ਜਿਹੜਾ ਖਜ਼ਾਨਾ ਉਹਨਾਂ ਦੇ ਕੋਲ ਆ। ਹੁਣ ਜਿੱਦਾਂ ਮੈਂ ਹਰ ਲਫ਼ਜ਼ ਦੇ ਅੱਗੇ ਲਾ ਦਿੰਦਾ ਸਿਆਣੇ ਕਹਿੰਦੇ ਨੇ ਜੀ, ਸਿਆਣੇ ਕਹਿੰਦੇ ਨੇ ਤਾਂ ਮਤਲਬ ਵੀ ਕਈ ਵਾਰੀ ਮੂੰਹ ਚੋਂ ਗੱਲ ਗਲਤ ਵੀ ਨਿਕਲ ਜਾਂਦੀ ਹੈ ਤੇ ਬੰਦਾ ਕਹੇ ਤੂੰ ਆਹ ਗੱਲ ਕੀ, ਮੈਂ ਕਹਿੰਦੀ ਮੈਂ ਤੇ ਨਹੀਂ ਕਹੀ, ਸਿਆਣੇ ਕਹਿੰਦੇ ਆ, ਕੋਈ ਕਾਪੀਰਾਈਟ ਨਹੀਂ ਜਰਨੈਲ ਸਿੰਘ ਦਾ। ਜਦੋਂ ਤੁਸੀਂ ਇਹੋ ਜਿਹੀਆਂ ਫਿਲਮਾਂ ਕਰਦੇ ਹੋ ਜਿਹੜੀਆਂ ਐਕਚੁਅਲੀ ਕੁਝ ਦੱਸਦੀਆਂ ਨੇ, ਕੁਝ ਕਹਿੰਦੀਆਂ ਨੇ, ਹੈ ਨਾ, ਤੇ ਤੁਹਾਡੇ ਮਦਰ ਦਾ ਰਿਐਕਸ਼ਨ ਕੀ ਹੁੰਦਾ ਹੈ? ਆਈ ਮੀਨ ਹੁੰਦਾ ਹੀ ਆ ਕਿ ਹਾਂ ਠੀਕ ਹੈ ਕਰ ਰਹੇ ਨੇ ਕੰਮ, ਓਕੇ। ਫਿਲਮ ਨੂੰ ਫਿਲਮ ਵੇਚਦੇ ਨਹੀਂ, ਮੇਰੇ ਮੇਰੇ ਕਹਿਣ ਤਾਂ ਅੱਜ ਤੱਕ ਜ਼ਿੰਦਗੀ 'ਚ ਮੇਰੀ ਮਾਤਾ ਇੱਕ ਫਿਲਮ ਵੇਖਣ ਗਈ ਹੈ, ਸੱਜਣ ਸਿੰਘ ਰਘੂ। ਓ ਵਾਹ, ਫੈਮਿਲੀ ਬੈਠੀ, ਮੇਰੇ ਸਹੁਰੇ ਵੀ ਆਏ। ਉਹ ਚੱਲਦਿਆਂ ਚੱਲਦਿਆਂ ਸੀਨ ਦੇ ਵਿੱਚ ਨਾ, ਹੁਣ ਹੈ ਤੁਸੀਂ ਫਿਲਮ 'ਤੇ ਵਿਚਾਰੀ ਧਾਰਮਿਕ ਹੀ ਸੀ ਇੱਕ ਹਿਸਾਬ ਦੀ, ਉਹ ਵੀ ਉਹ 'ਚ ਇੱਕ ਸੀਨ ਹੈ ਕਿ ਇੱਕ ਗੋਰੀ ਦਲਜੀਤ ਭਾਜੀ ਨੂੰ ਥੈਂਕਸ ਕਹਿੰਦੀ ਹੈ, ਉਹਦੇ ਅੱਗੇ ਜੱਗਾ ਖੜਾ, ਫਿਰ ਮੈਂ ਕਹਿਣਾ ਜਦੋਂ ਹੱਕ ਕਰੀ ਤਾਂ ਮੈਂ ਉਹਨੂੰ ਪਿੱਛੇ ਕਰ ਦਿੰਦਾ ਵੀ ਤੂੰ ਇੱਧਰ ਹੋ, ਅਗਲੀ ਵਾਰੀ ਮੇਰੀ ਆ। ਇੰਟਰਵਲ ਆ, ਸਾਰੇ ਜਣੇ ਬਾਹਰ ਆਏ, ਮੇਰੀ ਮਾਤਾ ਵੀ ਆਈ ਬਾਹਰ, ਮੇਰੀ ਕਹਿੰਦੀ ਇੱਧਰ ਆ, ਮੈਂ ਕਿਹਾ ਮੈਂ ਆਉਣਾ ਇੱਥੇ, ਇਸ ਮੁੰਡੇ ਨੂੰ ਭੇਜਿਆ ਪਤਾ ਨਹੀਂ ਜਦੋਂ ਨੂੰ ਕਿਹਾ, ਮਤਲਬ ਕਹਿੰਦੇ ਬੁਲਾ ਕੇ ਮੈਂ ਇੱਥੇ ਜੁੱਤੀ ਲਾ ਲੈਣੀ, ਮੈਂ ਆਇਆ, ਮੈਨੂੰ ਕਹਿੰਦੇ ਤੈਨੂੰ ਸ਼ਰਮ ਆਉਂਦੀ ਹੈ? ਮੈਂ ਕਿਹਾ ਕੀ ਹੋਇਆ ਜੀ? ਕਹਿੰਦੇ ਤੇਰਾ ਸਹੁਰਾ ਬੈਠਾ ਫਿਲਮ ਵੇਖਦਾ, ਤੂੰ ਗੋਰੀਆਂ ਨੂੰ ਜੱਟੀਆਂ ਪਾਉਣਾ ਕਰਦਾ। ਜਦੋਂ ਇਹ ਫਿਲਮ ਤੁਹਾਡੇ ਕੋਲ ਆਈ ਹੈ, ਆਈ ਐਮ ਸ਼ੋਰ ਉਸ ਤੋਂ ਬਾਅਦ ਇੱਕ ਅੱਛਾ ਰਿਸਰਚ ਔਰ ਹਾਰਡਵਰਕ ਤੁਹਾਡੇ ਵੱਲੋਂ ਕੀਤਾ ਗਿਆ, ਬਟ ਉਸ ਦੌਰਾਨ ਕਿੰਨਾ ਕੁ ਬੀਬੀ ਰਜਨੀ ਬਾਰੇ ਜਾਣੂ ਸੀਗੇ ਤੁਸੀਂ? ਆਪਣੀ ਮੰਮਾ ਤੋਂ ਸੁਣੀ ਸੀ ਇਹ ਕਹਾਣੀ, ਮੈਂ ਅਤੇ ਮੇਰੇ ਬ੍ਰਦਰ ਨੇ, ਆਈ ਥਿੰਕ ਉਦੋਂ ਜਿਹੜੀ ਇੱਕ ਵਾਰੀ ਇੱਕ ਹੋਰ ਫਿਲਮ ਬਣੀ ਹੋਈ ਹੈ ਬੀਬੀ ਰਜਨੀ ਅਤੇ ਪੁਰਾਣੀ, ਉਹ ਟੀ ਵੀ 'ਤੇ ਆਈ ਸੀ ਉਦੋਂ, ਅਤੇ ਅਸੀਂ ਛੋਟੇ ਜਿਹੇ ਸੀ ਉਦੋਂ ਮੇਰੀ ਮੰਮਾ ਨੇ ਸਾਨੂੰ ਇਹ ਕਹਾਣੀ ਸੁਣਾਈ ਹੋਈ ਸੀ ਆਲਰੇਡੀ। ਭਾਜੀ ਜਿਹੜੀ ਫਿਲਮ ਦੀ ਗੱਲ ਕਰ ਰਹੇ ਪਹਿਲਾਂ, ਜਿਹੜੀ ਪਹਿਲੀ ਹੈਗੀ ਦੁੱਖ ਭੰਜਨ ਨਾਮ ਸੀ ਉਹਦਾ, ਦੁੱਖ ਭੰਜਨ ਤੇਰਾ, ਹੈ ਨਾ, ਦੁੱਖ ਭੰਜਨ ਤੇਰਾ ਨਾਮ, ਅਤੇ ਜਦੋਂ ਉਹਨਾਂ ਨੂੰ ਮੈਂ ਦੱਸੀ ਇੱਕ ਖੁਸ਼ੀ ਵੀ ਸੀ, ਪਰ ਮੇਰੀ ਮੰਮਾ ਨੇ ਇਹ ਜ਼ਰੂਰ ਕਿਹਾ ਆਉਂਦੇ ਹੋਏ ਵੀ ਕਿ ਇਹ ਬਹੁਤ ਵੱਡੀ ਰਿਸਪੋਂਸਿਬਿਲਟੀ ਆ ਅਤੇ ਇਹਨੂੰ ਵਧੀਆ ਤਰੀਕੇ ਨਾਲ ਨਿਭਾਵੀ। ਜਦੋਂ ਤੁਸੀਂ ਇਹ ਕਰੈਕਟਰ ਕਰ ਰਹੇ ਸੀਗੇ, ਕੀ ਕਦੀ ਇੱਦਾਂ ਹੋਇਆ ਕਿ ਰੂਪੀ ਔਰ ਰਜਨੀ ਇੱਕੋ ਹੀ, ਯੂ ਨੋ, ਉਹ ਸੋਲਸ ਆਪਸ 'ਚ ਗੱਲ ਕਰ ਰਹੀਆਂ ਨੇ, ਤੁਹਾਡੀ ਅੰਤਰ ਆਤਮਾ ਜਿਹਨੂੰ ਆਪਾਂ ਕਹਿੰਦੇ ਹਾਂ? ਹਾਂਜੀ, ਇੱਕ ਪੋਜ਼ਿਟਿਵ ਐਨਰਜੀ ਜ਼ਰੂਰ ਸੀਗੀ ਸੈੱਟ 'ਤੇ ਜੋ ਸਾਰਿਆਂ ਨੇ ਫੀਲ ਕੀਤੀ ਆ। ਮੈਂ ਤੁਹਾਡੀ ਬਾਂਹ 'ਤੇ ਦੇਖ ਪਾ ਰਹੀ ਹਾਂ ਕਿ ਇਹ ਵਜ੍ਹਾ ਹੈ ਕਿ ਕੰਮ ਦੇ ਨਾਲ ਨਾਲ ਸਿਮਰਨ ਚੱਲਦਾ ਰਹਿੰਦਾ? ਜੇ ਅੰਦਰੋਂ ਨਹੀਂ ਚੱਲ ਰਹੀ ਤੇ ਜਿੰਨੇ ਮਰਜ਼ੀ ਹੱਥ ਫੇਰ ਜਾਵਾਂ, ਇਹਨੇ ਨਹੀਂ ਚੱਲਣਾ, ਤੇ ਚੱਲ ਪਵੇ ਤੇ ਸਾਰਾ ਦਿਨ ਹੀ ਨਹੀਂ ਰੁਕਦੀ, ਗੱਲਾਂ ਵੀ ਚੱਲੀ ਜਾਂਦੀਆਂ। ਬਈ ਛੋਟੇ ਹੁੰਦੇ ਇਦਾਂ ਨਹੀਂ ਹੁੰਦਾ ਸੀ ਕਿ ਵੀ ਪੇਪਰ ਦੇਣ ਤੁਰੇ ਆ ਤੇ ਵੀ ਰੱਬ ਨੂੰ ਕਹਿ ਕੇ ਜਾਣਾ ਅੱਜ ਵਾਲੇ ਪੇਪਰ 'ਚ ਪਾਸ ਕਰਾ ਦੀ। ਮਾਤਾ ਨੇ ਪੈਨ ਦਿੱਤਾ, ਲੈ ਕਹਿੰਦੀ ਫਰਿੱਜ 'ਤੇ ਪੈਨ ਪਿਆ ਵਾ, ਸਵੇਰੇ ਪੈਨ ਨੂੰ ਮੱਥਾ ਟਿਕਾ ਲਈ, ਤੇ ਉੱਥੇ ਪਿਆ ਸੁੱਕਿਆ ਪੈਨ ਜਾ ਕੇ ਜੀ ਮੱਥਾ ਟੇਕਿਆ, ਮੈਂ ਬਾਅਦ ਮੀਟ ਪਾ ਦਿਉ। ਮੈਂ ਹਜੇ ਨਾ ਕਿਉਂ ਪਾ ਕੇ ਤੇ ਕੁਐਸਚਨ ਹੀ ਲਿਖਿਆ, ਆਂਸਰ ਮੈਨੂੰ ਆਇਆ, ਮੈਂ ਲਿਖਣ ਲੱਗਾ ਤੇ ਮੈਂ ਪੁਰਾਣਾ ਪੈਨ ਲੈ ਗਿਆ, ਉਹਦੀ ਸਾਈ ਮੁੱਕ ਗਈ। ਅੱਛਾ, ਅਰਦਾਸ ਪੁਰਾਣੀ ਦੀ ਕਰਾ ਦੀ। ਅਗਲੇ ਬੈਂਚ ਦੇ ਕੁੜੀ ਮੇਰੇ ਨਾਲ ਪੜ੍ਹਦੀ, ਉਹਦਾ ਨਾਂ ਸੁਸ਼ਮਾ ਰਾਣੀ। ਹੁਣ ਸਾਡੇ ਵੇਲੇ ਮਤਲਬ ਹੱਥ ਮਿਲਾਉਣਾ ਬੜੀ ਵੱਡੀ ਗੱਲ ਹੁੰਦੀ ਸੀ ਸਕੂਲਾਂ 'ਚ ਪੜ੍ਹਦੇ ਹਾਂ। ਉਹ ਖੜੀ ਵੀ ਤੂੰ ਮੈਨੂੰ ਹੱਥ ਲਾਇਆ, ਮੈਂ ਕਿਹਾ ਮੈਂ ਤੇਰੇ ਹੱਥ ਜੋੜਦਾ ਪਹਿਲਾਂ, ਮੈਡਮ ਨਾਲ ਵੇਖ ਲੈ ਬੈਠਾ, ਮੈਨੂੰ ਬਾਅਦ 'ਚ ਪੁੱਛਿਆ ਉਹਨੇ ਹੌਲੀ ਜਿਹੀ, ਕਹਿੰਦੀ ਹਾਂ ਦੱਸ ਕੀ ਨਕਲ ਮਾਰ ਦੂੰ, ਮੈਂ ਕਹਿੰਦੀ ਮੈਨੂੰ ਚਾਰ ਕੁਐਸਚਨ ਆਉਂਦੇ ਆ, ਜਿਹੜੇ ਪੈਨ ਦੀ ਸ਼ਾਈ ਮੁੱਕ ਗਈ ਆ, ਪਾਸ ਵੀ ਤੂੰ ਉਹਨੇ ਹੀ ਕਰਾਇਆ। ਅੱਛਾ, ਉਹਨੂੰ ਪਤਾ ਸੀਗਾ ਵੀ ਇਹ ਨਲਾਇਕ ਕਲਾਸ ਦਾ ਸਭ ਤੋਂ, ਕਿਉਂਕਿ ਮੈਂ ਕਬੱਡੀ 'ਚ ਸੀਗਾ, ਤਾਂ ਉਹਨਾਂ ਨੂੰ ਹੁੰਦਾ ਵੀ ਸਾਡਾ ਬੱਚਾ ਫੇਲ ਨਾ ਹੋਵੇ, ਵੀ ਪੇਪਰ ਉਸ ਹਿਸਾਬ ਨੇ ਰੱਖਦੇ ਸੀ, ਉਹਨੇ ਪੇਪਰ ਕਰਾਉਣਾ ਸੀ ਮੇਰਾ ਜੀ, ਮੈਨੂੰ ਕਾਹਲੀ ਸੀ ਵੀ ਜੇ ਚਾਰ ਆਉਂਦੇ ਉਹਦੇ ਨਵੇੜਾ ਫਟਾਫਟ, ਹੈ ਨਾ, ਜਿਹੜੀ ਪੈਨ ਵਾਲੀ ਤੁਸੀਂ ਗੱਲ ਕੀਤੀ ਉਹ ਪੈਨ ਵਾਲਾ ਵਾਕਿਆ ਮੇਰੀ ਜ਼ਿੰਦਗੀ 'ਚ ਹੋਇਆ ਵਾ, ਦੇਖ ਲਓ ਕਿੰਨੇ ਖੁਸ਼ ਹੋ ਰਹੇ ਨੇ ਯਾਦ ਕਰਕੇ, ਬਟ ਇਹ ਇਨੋਸੈਂਸ ਹੁੰਦੀ ਹੈ ਬੇਸਿਕਲੀ, ਯਕੀਨ ਮੈਂ ਖੁਸ਼ ਹੋਣਾ ਨਹੀਂ, ਇੱਕੋ ਹੀ ਤਾਂ ਬੋਰਡ ਦਾ ਸਰਟੀਫਿਕੇਟ 8ਵੀਂ ਦਾ ਬਸ ਮੇਰੇ ਕੋਲ, ਹੋਰ ਤਾਂ ਹੈ ਹੀ ਨਹੀਂ। ਬੰਦਾ ਭੋਲੇ ਭਾਅ ਮੰਗ ਲੈਂਦਾ ਤੂੰ ਦੇ ਦਿੰਦਾ, ਕਹਿੰਦਾ ਦਾਤੇ ਨੂੰ ਤੇ ਚਾਰ ਇੰਦਾ ਦਾਤਾਂ ਵਰਤਾਉਣ ਦਾ, ਸਾਨੂੰ ਨਹੀਂ ਤਰੀਕਾ ਆਉਂਦਾ ਝੋਲੀਆਂ ਤੋਂ। ਰੂਪੀ ਨਾਲ ਲਾਈਫ ਦੇ ਵਿੱਚ ਇਹ ਮੂਮੈਂਟ ਕਦੋਂ ਹੋਇਆ ਹੈ ਜਿਹੜਾ ਕਦੀ ਭੁਲਾਇਆ ਨਹੀਂ ਜਾ ਸਕਦਾ, ਬਸ ਸ਼ੁਕਰਾਨਾ ਹੀ ਕੀਤਾ ਜਾਂਦਾ? ਪਹਿਲਾਂ ਅੰਗਰੇਜ਼ ਸਟੋਰੀ ਜੋ ਮੈਂ ਦੇਖੀ ਸੀ ਅੰਗਰੇਜ਼ ਆਈ, ਫਿਰ ਹਰਿਮੰਦਰ ਸਾਹਿਬ ਦੀ ਫੋਟੋ ਆਈ ਕਿਉਂਕਿ ਉਹ ਆਉਂਦੀ ਹੁੰਦੀ ਹੈ, ਫਿਰ ਇੱਦਾਂ ਟਿੰਗ 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 ਰਿਦਮ ਬਹੁਤ ਜ਼ਿਆਦਾ, ਕੱਟ ਟੂ ਥੋੜ੍ਹੇ ਸਾਲ ਬਾਅਦ ਅਸੀਂ ਸੇਮ ਹਾਲ 'ਚ ਬੈਠੇ ਹਾਂ, ਹਰਿਮੰਦਰ ਸਾਹਿਬ ਦੀ ਫੋਟੋ ਆਈ,
ਰਿਦਮ ਬੋਇਜ਼ ਆਇਆ, ਸਟਾਰਿੰਗ ਅਮਰਿੰਦਰ ਗਿੱਲ ਆਇਆ, ਇੰਟਰੋਡਿਊਸਿੰਗ ਰੂਪੀ ਗਿੱਲ, ਕਿਆ ਬਾਤ ਹੈ, ਇਹ ਆ ਉਸ ਕਾਦਰ ਦੀ ਕੁਦਰਤ ਵੀ ਜਿਹਨੂੰ ਯਾਦ ਕੀਤਾ ਜਾਂਦਾ ਉਹ ਮਿਲਦਾ ਹੈ ਜ਼ਰੂਰ, ਵਸੇ ਹਮੇਸ਼ਾ ਦਿਲ ਵਿੱਚ ਭਾਵੇਂ ਨਜ਼ਰਾਂ ਤੋਂ। ਸਹੀ ਗੱਲ ਹੈ, ਮਤਲਬ ਖੁਸ਼ੀ ਦੇ ਆਂਸੂ ਹੈ ਇਸ ਟਾਈਮ ਤੋਂ, ਪ੍ਰਾਊਡ ਦੇ ਆਂਸੂ ਹੈ, ਹੈ ਨਾ। ਇਹ ਠੀਕ ਹੈ, ਇਸ ਤੋਂ ਪਤਾ ਲੱਗਦਾ ਕਿ ਬੰਦੇ ਨੇ ਜ਼ਿੰਦਗੀ 'ਚ ਕਮਾਇਆ, ਉਹ ਇੱਕ ਨਾਮ ਹੈ ਜੀ, ਉਸ ਨਾਮ 'ਤੇ ਭਾਵੇਂ ਆਪਾਂ 5 ਦਿਨ ਬੋਲੀ ਜਾਈਏ ਤਾਂ ਨਹੀਂ ਮੁੱਕਣਾ। ਮਾਂ ਜੰਮ ਦੇ ਬੱਚੇ ਤੋਂ ਲੈ ਕੇ ਅਤੇ ਮਤਲਬ ਸ਼ਮਸ਼ਾਨ ਦੇ ਉੱਤੇ ਪਏ ਬੰਦੇ ਤੱਕ ਮਾਂ ਇੱਕ ਇਹੋ ਜਿਹਾ ਸ਼ਹਿਰ ਜਿਹੜਾ ਖੇੜਾ ਨਹੀਂ ਛੱਡਦਾ। ਬਿਲਕੁਲ, ਗੁਰਦੁਆਰੇ ਮੱਥਾ ਟੇਕਣ ਜਾਂਦੇ ਹਾਂ, ਬੜਾ ਸਕੂਨ ਮਿਲਦਾ ਉੱਥੇ, ਹੈ ਨਾ। ਮੈਂ ਯੂਜੁਅਲੀ ਇਮੋਸ਼ਨਲ ਹੋ ਜਾਂਦੀ ਹਾਂ ਬੈਠੀ ਬੈਠੀ, ਮੈਨੂੰ ਉਹਦਾ ਰੀਜ਼ਨ ਅਜੇ ਤੱਕ ਨਹੀਂ ਪਤਾ ਲੱਗਾ, ਖਾਸ ਕਰ ਜਦੋਂ ਕੀਰਤਨ ਚੱਲਦਾ ਹੁੰਦਾ। ਸੋ ਜਿਹੜੀ ਹਰਿਮੰਦਰ ਸਾਹਿਬ ਦੀ ਉਹ ਪਾਵਰ ਹੈ, ਉਹ ਸਕੂਨ ਹੈ, ਉਹ ਮੈਂ ਤੁਹਾਡੇ ਦੋਨਾਂ ਕੋਲੋਂ ਜ਼ਰੂਰ ਜਾਣਨਾ ਚਾਹਾਂਗੀ। ਜਦੋਂ ਆਈ ਥਿੰਕ ਆਪਾਂ ਪੌੜੀਆਂ ਉਤਰਦੇ ਹਾਂ, ਜਦੋਂ ਪਹਿਲਾਂ ਦੇਖਦੇ ਹਾਂ ਜੋ ਦਰਸ਼ਨ ਹੁੰਦੇ ਆ, ਉਹ ਮੈਂ ਉਹ ਆਈ ਥਿੰਕ ਕੋਈ ਡਿਸਕ੍ਰਾਈਬ ਨਹੀਂ ਕਰ ਸਕਦਾ, ਉਹ ਦੁਨੀਆ ਹੀ ਹੋਰ ਆ। ਮੈਨੂੰ ਆਪ ਨਹੀਂ ਪਤਾ ਕਿਉਂ ਇਮੋਸ਼ਨਲ ਹੋ ਜਾਂਦੇ ਆ, ਇਹ ਕਦੇ ਵੀ ਨਹੀਂ ਮੈਨੂੰ ਪਤਾ, ਆਈ ਡੋਂਟ ਨੋ ਇਹਦਾ ਰੀਜ਼ਨ ਕੀ ਆ। ਜਗ੍ਹਾ ਹੀ ਇਹੋ ਜਿਹੀ ਆ, ਹਾਂਜੀ, ਹੈ ਨਾ। ਕਹਿੰਦੇ ਜਦੋਂ ਜਗ੍ਹਾ ਬਣਨੀ ਸੀ ਨਾ, ਅਤੇ ਜਿਹੜਾ ਕਾਰੀਗਰ ਸੀਗਾ, ਮਿਸਤਰੀ ਸੀ, ਉਹਨੇ ਗੁਰੂ ਰਾਮਦਾਸ ਜੀ ਨੂੰ ਪੁੱਛਿਆ ਵੀ ਕੀ ਬਣਾਉਣਾ, ਉਹਨਾਂ ਨੇ ਸਿਰ 'ਤੇ ਹੱਥ ਰੱਖਤਾ, ਕਹਿੰਦੇ ਅੱਖਾਂ ਮੀਚੀਆਂ ਸਿਰ 'ਤੇ ਹੱਥ ਰੱਖਤਾ, ਕਹਿੰਦੇ ਉਹਨੂੰ ਸੱਚਖੰਡ ਦਿਖਿਆ ਜਿੱਥੇ ਰੱਬ ਆਪ ਰਹਿੰਦਾ। ਉਹ ਕਹਿੰਦੇ ਦੇਖ ਲਿਆ, ਕਹਿੰਦੇ ਦੇਖ ਲਿਆ ਜੀ ਕੀ ਸੀ, ਕਹਿੰਦੇ ਉਹ ਜਗ੍ਹਾ ਜਿੱਥੇ ਅਕਾਲ ਪੁਰਖ ਰਹਿੰਦਾ, ਵਨ ਗੋਡ, ਉਹ ਬਣਾਉਣਾ। ਕਹਿੰਦੇ ਆ ਵੀ ਇਹ ਨਕਸ਼ਾ ਉਹਦਾ ਵਾ, ਪਾਣੀ ਨਾਲ ਘਿਰਿਆ ਹੋਇਆ ਵਾ ਜਿੱਥੇ ਉਹ ਰਹਿੰਦਾ, ਤਾਂ ਉਹਨੇ ਉਹ ਬਣਾਇਆ। ਉਹਨੇ ਪੁੱਛਿਆ ਨਹੀਂ ਫਿਰ ਕਿਸੇ ਨੂੰ, ਹੋਰ ਕੋਈ ਦੁਨੀਆਂ 'ਚ ਗੁਰਦੁਆਰਾ ਇਹੋ ਜਿਹਾ ਨਹੀਂ ਜਿਹੜਾ ਗੁਰੂ ਨੇ ਬਣਾਇਆ। ਦੋ ਹੀ ਥਾਵਾਂ ਨੇ, ਇੱਕ ਹਰਿਮੰਦਰ ਸਾਹਿਬ ਅਤੇ ਇੱਕ ਸਾਹਮਣੇ ਅਕਾਲ ਤਖ਼ਤ, ਉਹ 6ਵੇਂ ਪਾਤਸ਼ਾਹ ਨੂੰ ਬਣਾਇਆ। ਸੋ ਇਹ ਮੈਂ ਤੁਹਾਡੇ ਦੋਨਾਂ ਕੋਲੋਂ ਜਾਣਨਾ ਚਾਹਾਂਗੀ ਕਿ ਡਰਾਈਵਿੰਗ ਟਾਈਮ 'ਤੇ ਆਈ ਮੀਨ ਜਿਹੜੀ ਉਹ ਰੀਲ ਹੈ ਉਹ ਕਿੰਨਾ ਹਿੱਸਾ ਰਹਿੰਦਾ, ਅਤੇ ਰੂਪੀ ਦੀ ਐਕਚੁਅਲੀ ਪਲੇਲਿਸਟ ਜਿਹੜੀ ਆ ਉਹ ਕਿੱਦਾਂ ਆਊਟ ਹੁੰਦੀ ਹੈ? ਸੱਚੀ ਦੱਸਾਂ, ਮੈਂ ਵੀ ਸ਼ੁਰੂਆਤ ਇੱਦਾਂ ਹੀ ਕਰਦੀ ਹਾਂ। ਹਾਂ, ਪਹਿਲਾਂ ਕੀਰਤਨ ਸੁਣਨਾ, ਫਿਰ ਵਾਪਸ ਆਉਂਦੇ ਅਸੀਂ ਗਾਣੇ 'ਤੇ ਆ ਜਾਂਦੇ ਹਾਂ। ਬਾਈ, ਤੁਹਾਡੇ ਨਾਲ ਚੀਜ਼ਾਂ ਚੇਂਜ ਹੋਈਆਂ ਨੇ ਟਾਈਮ ਦੇ ਅਕੋਰਡਿੰਗ ਜਾਂ? ਮੇਰਾ ਸੁਭਾਅ ਹੁਣ ਮੈਂ ਜ਼ਿਆਦਾ ਸੁਣਦਾ ਆਡੀਓ ਬੁੱਕ ਗੱਡੀ ਦੇ ਵਿੱਚ, ਜਦੋਂ ਤਾਂ ਮੁੰਡੇ ਮੰਡੇ ਹੋਣ ਉਦੋਂ ਤਾਂ ਫਿਰ ਗਾਣੇ ਹੀ ਲਾਉਣੇ ਉਹਨਾਂ ਨੂੰ। ਮੈਨੂੰ ਹੁੰਦਾ ਵੀ ਮੈਨੂੰ ਤਾਂ ਚੱਲ ਠੀਕ ਹੈ, ਇਹਨਾਂ ਨੇ ਅੱਧਿਆਂ ਸੌਂ ਜਾਣਾ ਵਿੱਚੋਂ, ਅੱਧਿਆਂ ਧਿਆਨ ਉੱਧਰ ਜਾਣਾ, ਅਮਰ ਤੋਂ ਅਮਰ ਧੋਣੀ ਤਾਰੇ, ਉਹਨਾਂ ਨੇ ਕੋਈ ਚੱਕਵਾਂ ਜਿਹਾ ਪ੍ਰੋਗਰਾਮ ਰੱਖੋ ਭਾਜੀ। ਪੁਰਾਣੇ ਬਜ਼ੁਰਗ ਬਾਤ ਪਾਉਣ, ਕਹਾਣੀਆਂ ਸੁਣਾਉਣ ਜਾਂ ਫਿਰ ਕੋਈ ਵੀ ਸਿਆਣੀ ਗੱਲ ਕਰਨ, ਕੁਛ ਨਾ ਕੁਛ ਤਾਂ ਸਿੱਖਣ ਨੂੰ ਮਿਲਦਾ ਹੀ ਹੈ। ਮੈਨੂੰ ਯਾਦ ਹੈ ਕਿ ਬਚਪਨ ਦੇ ਵਿੱਚ ਕਿਸ ਤਰ੍ਹਾਂ ਨਾਨੀਆਂ ਦਾਦੀਆਂ ਸਾਨੂੰ ਕਹਾਣੀਆਂ ਸੁਣਾਉਂਦੀਆਂ ਹੁੰਦੀਆਂ ਸੀ, ਪਰ ਅੱਜ ਕੱਲ੍ਹ ਉਹ ਚੀਜ਼ਾਂ ਘੱਟਦੀਆਂ ਜਾ ਰਹੀਆਂ ਨੇ, ਹੈ ਨਾ। ਸ਼ਿਕਾਇਤ ਰਹਿੰਦੀ ਹੈ ਸਾਨੂੰ, ਕਿਉਂਕਿ ਡਿਜੀਟਲ ਹੋ ਗਿਆ ਨਾ ਜ਼ਮਾਨਾ, ਬੱਚੇ ਵੀ ਕਿੱਥੇ ਪਸੰਦ ਕਰਦੇ ਨੇ, ਪਰ ਕੁਛ ਗੱਲਾਂ ਇਹੋ ਜਿਹੀਆਂ ਨੇ ਕਿ ਅੱਜ ਵੀ ਮੁੜ ਇਤਿਹਾਸ ਫਰੋਲ ਦੇਖੀਆਂ ਜਾਣ ਜਾਂ ਸਿਨੇਮਾ ਵੱਲੋਂ ਵਿਖਾਈਆਂ ਜਾਣ, ਅਤੇ ਵਾਕਈ ਦਾਦੀਆਂ ਪਰਦਾਦੀਆਂ ਤੋਂ ਲੈ ਕੇ ਅੱਜ ਕੱਲ੍ਹ ਦੀ ਜਨਰੇਸ਼ਨ ਤੱਕ ਇੱਕ ਕਿਉਰਿਓਸਿਟੀ ਪੈਦਾ ਹੁੰਦੀ ਹੈ ਕਿ ਵਾਕਈ, ਕਿਉਂਕਿ ਅਕਸਰ ਕੁੜੀਆਂ ਨੂੰ ਖਾਸ ਤੌਰ 'ਤੇ ਸਿਖਾਇਆ ਜਾਂਦਾ ਹੈ ਸਬਰ ਸੰਤੋਖ, ਅਤੇ ਉਦੋਂ ਫਿਰ ਇਤਿਹਾਸ ਫਰੋਲ ਕੇ ਨਾਮ ਲਿਆ ਜਾਂਦਾ ਹੈ ਬੀਬੀ ਰਜਨੀ ਦਾ। ਔਰ ਤੁਹਾਨੂੰ ਪਤਾ ਹੈ ਪੰਜਾਬੀ ਸਿਨੇਮਾ ਬੀਬੀ ਰਜਨੀ ਦੀ ਕਿਆ ਖੂਬਸੂਰਤ ਕਹਾਣੀ ਲੈ ਕੇ ਆ ਰਿਹਾ। ਔਰ ਇੱਕ ਵਾਰ ਫਿਰ ਤੋਂ ਅਸੀਂ ਜਾਣਾਂਗੇ ਇਤਿਹਾਸ ਦੇ ਉਹਨਾਂ ਪੰਨਿਆਂ ਬਾਰੇ, ਪੜ੍ਹਾਂਗੇ, ਫਰੋਲਾਂਗੇ ਅਤੇ ਸਿਨੇਮਾ ਦੇ ਥਰੂ ਵੇਖਾਂਗੇ। ਵੈਲ, ਇਸ ਦੇ ਨਾਲ ਨਾਲ ਮੁਬਾਰਕਬਾਦ ਤਾਂ ਬਣਦੀ ਹੈ, ਲੇਕਿਨ ਕੁਛ ਗੱਲਾਂ ਬਾਤਾਂ ਤਾਂ ਉਹਨਾਂ ਨਾਲ ਹੋਣੀਆਂ ਚਾਹੀਦੀਆਂ ਨੇ ਨਾ ਜਿਨ੍ਹਾਂ ਨੇ ਮਿਹਨਤ ਕਰਕੇ ਇਸ ਫਿਲਮ ਨੂੰ ਬਣਾਇਆ। ਸੋ ਸਾਡੇ ਨਾਲ ਜਰਨੈਲ ਭਾਅ ਜੀ ਨੇ, ਰੂਪੀ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਬਾਈ, ਬਹੁਤ ਮੁਬਾਰਕਬਾਦ ਹੈ, ਬੜਾ ਸੋਹਣਾ ਇਤਿਹਾਸ ਲੈ ਕੇ ਆਉਣ ਲੱਗੇ ਹੋ। ਕੱਲ੍ਹ ਤੱਕ ਨਾਨੀਆਂ ਦਾਦੀਆਂ ਕੋਲੋਂ ਸੁਣਦੇ ਜ਼ਰੂਰ ਸੀਗੇ, ਪਰ ਹੁਣ ਐਕਚੁਅਲ ਦੇ ਵਿੱਚ ਵੇਖਣ ਨੂੰ ਮਿਲੇਗਾ। ਜੀ ਜੀ, ਰਾਈਟ। ਅਤੇ ਤੁਹਾਡੇ ਤੋਂ ਸਵਾਲ ਸ਼ੁਰੂ ਕਰਦੇ ਹਾਂ। ਤੁਸੀਂ, ਮੈਂ ਤੁਹਾਡਾ ਉਹ ਪੋਸਟਰ ਦੇਖ ਪਾ ਰਹੀ ਹਾਂ, ਬਹੁਤ ਹੀ ਖੂਬਸੂਰਤ ਹੈ। ਉਹ ਰੂਪੀ ਨਹੀਂ, ਉਹ ਸੱਚੀ ਇੱਦਾਂ ਲੱਗਦਾ ਕਿ ਵਾਕਈ ਇੱਕ ਉਹ ਕੁੜੀ ਹੈ ਜਿਹਦੇ ਉੱਤੇ ਇੱਕ ਦੁੱਖਾਂ ਦਾ ਪਹਾੜ ਜ਼ਰੂਰ ਹੈ, ਪਰ ਕਿਤੇ ਨਾ ਕਿਤੇ ਯਕੀਨ ਹੈ ਜੋ
ਤੁਹਾਡੀ ਸ਼ਕਲ ਤੋਂ ਦੇਖਦਾ। ਰੱਬ ਦੇ ਯਕੀਨ ਦੀ ਗੱਲ ਕਰਦੇ ਆ ਰੂਪੀ, ਜਦੋਂ ਸਿਨੇਮਾ ਵਿੱਚ ਆਏ ਨਹੀਂ ਸੀਗੇ ਬਟ ਕਿਤੇ ਨਾ ਕਿਤੇ ਮੈਨੀਫੈਸਟੋ ਸੁਪਨਾ ਲੈਂਦੇ ਹੋਵਾਂਗੇ ਆਪਾਂ, ਸੋ ਉਹ ਰੱਬ ਦਾ ਯਕੀਨ ਨੇ ਰੂਪੀ ਦੀ ਜ਼ਿੰਦਗੀ ਨੂੰ ਕਿੰਨਾ ਕੁ ਬਦਲਿਆ? ਬਹੁਤ ਬਦਲਿਆ ਜੀ। ਆਈ ਥਿੰਕ ਸਿਰਫ ਇੰਡਸਟਰੀ 'ਚ ਆਉਣ ਲਈ ਨਹੀਂ, ਮਤਲਬ ਸਿਰਫ ਉਹਦੇ ਤੱਕ ਯਕੀਨ ਨਹੀਂ ਸੀਗਾ, ਵੈਸੇ ਵੀ ਆਮ ਜ਼ਿੰਦਗੀ ਦੇ ਵਿੱਚ ਵੀ ਡੇਲੀ ਲਾਈਫ ਦੇ ਵਿੱਚ ਵੀ ਛੋਟੀ ਤੋਂ ਛੋਟੀ ਚੀਜ਼ਾਂ ਹੁੰਦੀਆਂ ਰਹਿੰਦੀਆਂ ਨੇ ਆਪਣੇ 'ਚ, ਅਤੇ ਇੱਕ ਸਮਟਾਈਮਸ ਉਹ ਚੀਜ਼ ਨਹੀਂ ਮਿਲਦੀ ਜੋ ਆਪਾਂ ਚਾਹੁੰਦੇ ਹਾਂ, ਤਾਂ ਇੱਕ ਆਪਾਂ ਗਿਲੇ ਸ਼ਿਕਵੇ ਕਰਦੇ ਹਾਂ ਰੱਬ ਨਾਲ, ਆਪਾਂ ਗੱਲਾਂ ਕਰਦੇ ਹਾਂ ਅਤੇ ਉਹ ਜ਼ਰੂਰ ਹੁੰਦੇ ਰਹਿੰਦੇ ਆ, ਅਤੇ ਇੱਕ ਪਰ ਸ਼ੁਕਰਾਨਾ ਵੀ ਹੁੰਦਾ ਹੈ ਡੇਲੀ, ਸੋ ਰੱਬ 'ਤੇ ਤਾਂ ਸ਼ੁਰੂ ਤੋਂ ਯਕੀਨ ਹੈ ਜੀ। ਕੀ ਬਾਤ ਹੈ, ਬਹੁਤ ਅੱਛੀ ਗੱਲ ਹੈ, ਹੋਣਾ ਵੀ ਚਾਹੀਦਾ ਹੈ ਨਾ। ਕੁਛ ਕੁਛ ਇਹੋ ਜਿਹੇ ਕਿਰਦਾਰ ਨੇ ਜਿਨ੍ਹਾਂ ਨੂੰ ਅਸੀਂ ਜਦੋਂ ਪਰਦੇ 'ਤੇ ਦੇਖਦੇ ਹਾਂ ਤਾਂ ਲੱਗਦਾ ਕਿ ਹਾਂ ਇਹ ਕੁਛ ਵੀ ਕਰ ਸਕਦੇ ਨੇ, ਬਟ ਕਈ ਇਹੋ ਜਿਹੇ ਸਿਆਣੇ ਕਿਰਦਾਰ ਨੇ, ਇਹੋ ਜਿਹੇ ਇਨਸਾਨ ਨੇ ਜਿਨ੍ਹਾਂ ਨੂੰ ਵੇਖ ਕੇ ਇੱਦਾਂ ਲੱਗਦਾ ਇੱਥੋਂ ਸਿਆਣੀ ਗੱਲ ਹੀ ਆਉਣੀ ਆ, ਭਾਵੇਂ ਫਿਲਮਾਂ ਦੀ ਗੱਲ ਕਰ ਲਈਏ ਭਾਵੇਂ ਹਕੀਕਤ ਦੀ ਗੱਲ ਕਰ ਲਈਏ। ਸੋ ਰੱਬ 'ਚ ਯਕੀਨ ਦੀ ਗੱਲ ਆਈ ਹੈ ਭਾਜੀ, ਅਸੀਂ ਅਕਸਰ ਕਹਿ ਦਿੰਦੇ ਸਮਾਂ ਹੀ ਨਹੀਂ ਲੱਗਾ, ਅੱਜ ਮੈਨੂੰ ਟਾਈਮ ਹੀ ਨਹੀਂ ਮਿਲਿਆ, ਮੈਂ ਤੁਹਾਡੀ ਬਾਂਹ 'ਤੇ ਦੇਖ ਪਾ ਰਹੀ ਹਾਂ, ਕੀ ਇਹ ਵਜ੍ਹਾ ਹੈ ਕਿ ਕੰਮ ਦੇ ਨਾਲ ਨਾਲ ਸਿਮਰਨ ਚੱਲਦਾ ਰਹਿੰਦਾ? ਹਾਂਜੀ ਜੀ, ਪਹਿਲਾਂ ਵੀ ਗੱਲ ਕਰਕੇ ਹਟੇ ਆ ਵੀ ਇਹ ਚੇਤਾ ਕਰਾਉਂਦਾ ਰਹਿੰਦਾ ਵੀ ਐ ਕਰਨ ਨਾਲੋਂ ਨਾਮ ਜਪਣਾ, ਹਾਂ ਵੀ ਸਕਰੋਲਿੰਗ ਕਰਨ ਨਾਲੋਂ ਇਧਰ ਹੀ ਮਾੜਾ ਜਾ ਇਧਰ ਮਾੜੇ ਦਾ ਮਲਕਾ ਫੇਰ ਲਈਏ। ਅੱਛਾ, ਨਾਈਸ, ਅੱਛਾ ਡਾਈਵਰਸ਼ਨ ਦਾ ਤਰੀਕਾ ਤੇ ਪਰਮਾਤਮਾ ਦਾ ਨਾਮ। ਮਾਤਾ ਮੇਰੀ ਨੇ ਦਿੱਤੀ ਵੀ ਜੇ ਟਾਈਮ ਨਹੀਂ ਮਿਲਦਾ ਤੇ ਹਨਾ, ਜਿਹਦਾ ਸ਼ੁਰੂ ਕੀਤਾ ਵੀ ਚੱਲ ਦਿਨ ਦੀਆਂ ਪੰਜ ਮਾਲਾ ਫੇਰ ਲਿਆ ਕਰ, ਪੰਜ ਹੋਣ ਲੱਗੇ, ਪੰਜ ਕਰਦਾ ਹਾਂਜੀ ਕਰਦਾ, ਚੱਲ ਦਸ ਕਰਦੇ, ਦਸ ਹੋਣ ਲੱਗੇ, ਉਹ ਰੂਟੀਨ ਜੀ ਬਣ ਗਈ। ਮਾਲਾ ਵੀ ਸੇਮ ਉਹੀ ਚੀਜ਼ ਹੈ ਵੀ ਤੁਸੀਂ ਭਾਵੇਂ ਹੁਣ ਆਪਾਂ ਡਿਸਕਸ ਕਰ ਰਹੇ ਹਾਂ, ਜੇ ਅੰਦਰੋਂ ਨਹੀਂ ਚੱਲ ਰਹੀ ਤੇ ਜਿੰਨੇ ਮਰਜ਼ੀ ਹੱਥ ਫੇਰੀ ਜਾਵਾਂ ਇਹਨੇ ਨਹੀਂ ਚੱਲਣਾ, ਤੇ ਚੱਲ ਪਵੇ ਤੇ ਸਾਰਾ ਦਿਨ ਹੀ ਨਹੀਂ ਰੁਕਦੀ, ਗੱਲਾਂ ਵੀ ਚੱਲੀ ਜਾਂਦੀਆਂ, ਸਟੋਰੀ ਡਿਸਕਸ਼ਨਸ ਵੀ ਚੱਲੀ ਜਾਂਦੀਆਂ, ਪਰ ਇਹ ਵੀ ਚੱਲੀ ਜਾਂਦੀ, ਇਹ ਚੱਲਣ ਦੀ ਗੱਲ ਆ, ਇਹ ਬੜੀ ਬੜੀ ਮਤਲਬ ਹਰ ਇੱਕ ਨੂੰ ਮਿਲਾ ਲੱਗ ਕੇ ਕੈਰੀ ਕਰਨੀ ਚਾਹੀਦੀ ਨਾਲ, ਪਤਾ ਨਹੀਂ ਕਦੋਂ ਤੁਹਾਡਾ ਮਨ ਜੁੜ ਜਾਣਾ ਵੀ ਯਾਰ ਮੈਂ ਮਾਲਾ ਫੇਰਾਂ, ਮਾਲਾ 'ਚ ਫਿਰਨ ਲੱਗ ਗਈ ਇੱਕ ਵਾਰੀ ਤੇ ਸਾਰਾ ਦਿਨ ਹੱਥ ਰੁਕਦਾ ਨਹੀਂ, ਗੱਲਾਂ ਵੀ ਚੱਲੀ ਜਾਂਦੀਆਂ, ਕੰਮ ਵੀ ਚੱਲੀ ਜਾਂਦੇ, ਕੌਫੀ ਵੀ ਪੀ ਰਹੇ ਹਾਂ, ਗੱਲਾਂ ਵੀ, ਪਰ ਇਹ ਨਾਲ ਨਾਲ ਰਿੜੀ ਜਾਂਦੀ ਗੱਲ। ਬਾਈ ਇੱਦਾਂ ਹੁੰਦਾ ਤੁਹਾਡੇ ਨਾਲ, ਅਕਸਰ ਅਸੀਂ ਲੋਕਾਂ ਨੂੰ ਕਹਿੰਦੇ ਸੁਣਦੇ ਹਾਂ ਬਈ ਕੋਸ਼ਿਸ਼ ਤੇ ਬੜੀ ਕਰਦੇ ਆ, ਪਤਾ ਨਹੀਂ ਧਿਆਨ ਹੀ ਬੜੀ ਜਗ੍ਹਾ ਤੇ ਜਾਂਦਾ। ਨਹੀਂ, ਗੱਲ ਉਹੀ ਮੈਂ ਦੱਸੀ ਨਾ ਕਿ ਧਿਆਨ ਤੁਹਾਡਾ ਜੁੜਨਾ ਜਦੋਂ ਉਸ ਪਰਮਾਤਮਾ ਨੇ ਚਾਹਿਆ, ਤੁਸੀਂ ਨਹੀਂ ਜੋੜ ਸਕਦੇ, ਜਦੋਂ ਉਹਦੀ ਰਜ਼ਾ ਹੋਈ ਉਹ ਤੇ ਜੁੜਨਾ ਉਦੋਂ ਹੀ ਆ, ਪਰ ਜੁੜ ਕਦੋਂ ਜਾਣਾ ਵਾ ਇਹ ਨਹੀਂ ਪਤਾ, ਤਿਆਰ ਰਹੋ ਹਮੇਸ਼ਾ ਹੀ, ਰਾਈਟ, ਤਿਆਰ ਰਹੋ। ਮੈਂ ਹੁਣੇ ਗੱਲ ਕਰਕੇ ਹਟੀ ਹਾਂ ਵੀ ਅੱਜ ਕੱਲ੍ਹ ਅਸੀਂ ਸ਼ਿਕਾਇਤ ਕਰਦੇ ਹਾਂ ਵੀ ਜ਼ਮਾਨਾ ਡਿਜੀਟਲ ਹੋ ਗਿਆ, ਗ੍ਰੈਂਡ ਪੇਰੈਂਟਸ ਵੀ ਫੋਨ ਤੇ ਲੱਗੇ ਨੇ ਤੇ ਬੱਚੇ ਵੀ ਲੱਗੇ ਨੇ, ਪਰ ਤੁਸੀਂ ਕਿਹਾ ਕਿ ਸ਼ੁਰੂ ਤੋਂ ਤੁਹਾਡੇ ਘਰ ਦਾ ਮਾਹੌਲ ਵੱਖਰਾ ਹੈ ਕਿਉਂਕਿ ਤੁਹਾਡੇ ਮਦਰ ਦੇ ਹੱਥ ਤੋਂ ਤੁਹਾਡੇ ਬੱਚੇ ਪਲੇ ਨੇ, ਸੋ ਕੀ ਬੀਬੀ ਰਜਨੀ ਦੀ ਗੱਲ ਕਰ ਲਈ ਜਾਂ ਉਹ ਪੁਰਾਣੀਆਂ ਬਾਤਾਂ ਜੋ ਅਕਸਰ ਸਾਡੇ ਲਈ ਬਹੁਤ ਸਿਆਣੀਆਂ ਨੇ, ਜ਼ਿੰਦਗੀ ਦਾ ਸਬਕ ਲੈਣ ਲਈ ਸੋਹਣੀਆਂ ਨੇ, ਸੁਣਾਈਆਂ ਜਾਂਦੀਆਂ ਨੇ, ਉਹ ਵਾਕਿਫ ਨੇ? ਨਹੀਂ ਬਿਲਕੁਲ ਜੀ, ਦੇਖੋ ਉਹ ਸਾਡੇ ਵਾਲੀ ਪੀੜ੍ਹੀ ਕਹਿ ਦਿਓ ਜਾਂ ਸਾਡੇ ਤੋਂ ਪਹਿਲਾਂ ਵਾਲੀ ਪੀੜ੍ਹੀ, ਸਾਡੇ ਜਿਹੜੇ ਮਦਰ ਫਾਦਰ ਨੇ, ਉਹਨਾਂ ਤੱਕ ਤੇ ਉਹ ਚੀਜ਼ਾਂ ਜਿਹੜੀਆਂ ਨੇ ਬਹੁਤ ਜ਼ਿਆਦਾ ਪ੍ਰਚਲਿਤ ਅੱਜ ਵੀ ਨੇ। ਅੱਜ ਵੀ ਮੈਂ ਮੇਰੇ ਕਈ ਸਰਕਲ 'ਚ ਬੰਦੇ ਨੇ ਜਿਹੜੇ ਚੰਡੀਗੜ੍ਹ ਸ਼ਿਫਟ ਹੋ ਗਏ ਨੇ, ਪਿੰਡ ਨਹੀਂ ਰਹਿੰਦੇ, ਬਜ਼ੁਰਗ ਪਿੰਡ ਰਹਿੰਦੇ ਨੇ, ਪਰ ਜਦੋਂ ਕਦੀ ਬਜ਼ੁਰਗ ਪਿੰਡ ਆਉਂਦੇ ਨੇ ਤੇ ਮੈਂ ਚਾਹੁੰਦਾ, ਜੇ ਮੇਰੇ ਹੁਣ ਤਾਂ ਮੇਰੇ ਬੱਚੇ ਬਾਹਰ ਚਲੇ ਗਏ, ਮੈਂ ਚਾਹੁੰਦਾ ਸੀ ਕਿ ਮੇਰੇ ਬੱਚੇ ਅੱਜ ਮੇਰੀ ਮਾਂ ਕੋਲ ਤੇ ਰਹਿੰਦੇ ਨੇ, ਅੱਜ ਇੱਕ ਅੱਧਾ ਦਿਨ ਰਾਤ ਉੱਧਰ ਵੀ ਕੱਟ ਕੇ ਆਉਣ, ਉਹਨਾਂ ਕੋਲੋਂ ਵੀ ਕੁਛ ਵੱਖਰੀਆਂ ਗੱਲਾਂ ਸਿੱਖ ਕੇ ਆਉਣ, ਕਿਉਂਕਿ ਜਿਹੜਾ ਖਜ਼ਾਨਾ ਉਹਨਾਂ ਦੇ ਕੋਲ ਆ। ਹੁਣ ਜਿੱਦਾਂ ਮੈਂ ਹਰ ਲਫ਼ਜ਼ ਦੇ ਅੱਗੇ ਲਾ ਦਿੰਦਾ ਸਿਆਣੇ ਕਹਿੰਦੇ ਨੇ ਜੀ, ਸਿਆਣੇ ਕਹਿੰਦੇ ਨੇ ਤਾਂ ਮਤਲਬ ਵੀ ਕਈ ਵਾਰੀ ਮੂੰਹ 'ਚੋਂ ਗੱਲ ਗਲਤ ਵੀ ਨਿਕਲ ਜਾਂਦੀ ਹੈ, ਕੋਈ ਕਹਾਵਤ ਗਲਤ ਨਿਕਲ ਜਾਂਦੀ, ਕੋਈ ਤੁੱਕ ਗਲਤ ਨਿਕਲ ਜਾਂਦੀ, ਕੋਈ ਐਗਜ਼ਾਮਪਲ ਗਲਤ ਨਿਕਲ ਜਾਂਦੀ ਹੈ, ਤੇ ਬੰਦਾ ਕਹੇ ਤੂੰ ਆਹ ਗੱਲ ਕਹੀ, ਮੈਂ ਕਹਿੰਦੀ ਮੈਂ ਤੇ ਨਹੀਂ ਕਹੀ, ਸਿਆਣੇ ਕਹਿੰਦੇ ਆ, ਕੋਈ ਕਾਪੀ ਰਾਈਟ ਨਹੀਂ ਜਰਨੈਲ ਸਿੰਘ ਦਾ, ਤੇ ਕਿਹਨਾਂ ਦਾ ਕਾਪੀ ਰਾਈਟ ਆ ਇਹ ਜਨਤਾ, ਹਾਲਾਂਕਿ ਲਿਖਦਾ ਮੈਂ ਆਪ ਹਾਂ, ਮੈਂ ਹੋਰਾਂ ਦੀਆਂ ਵੀ ਬੋਲਦਾ, ਪਰ ਮੈਂ ਮੈਕਸੀਮਮ 90% ਖੁਦ ਦੀਆਂ ਲਿਖ ਕੇ ਬੋਲਦਾ, ਪਰ ਫਿਰ ਵੀ ਮੈਂ ਕਮਿਟ ਨਹੀਂ ਕਰਦਾ ਕਿ ਮੇਰੀ ਆ, ਮੈਂ ਕਹਿੰਦਾ ਜੇ ਕਿਤੇ ਕਿਸੇ ਕੋਈ ਚੀਜ਼ ਟੁੰਬ ਗਈ, ਕੋਈ ਗਲਤ ਲੱਗੀ, ਤੇ ਕੱਲ੍ਹ ਨੂੰ ਕਹਿਣ ਜੋਗਾ ਤੇ ਹੋਊਗਾ ਵੀ ਸਿਆਣੇ ਕਹਿੰਦੇ, ਮੈਂ ਨਹੀਂ ਕਹਿੰਦਾ। ਸੋ ਇਹ ਮਤਲਬ ਬਜ਼ੁਰਗਾਂ
ਸਾਡੇ ਤੋਂ ਪਹਿਲਾਂ ਵਾਲੀ ਪੀੜ੍ਹੀ ਦੇ ਕੋਲ ਉਹ ਯੋਗਤਾ ਉਹ ਕਹਾਣੀਆਂ ਹੈਗੀਆਂ, ਸਾਡੇ ਵਾਲੀ ਪੀੜ੍ਹੀ ਕੋਲ ਜੇ ਆਪਾਂ ਲਾਈਏ ਵੀ ਉਹਨਾਂ ਕੋਲ 100% ਹੈ ਤੇ ਸਾਡੇ ਵਾਲੇ ਕੋਲ 5% ਰਹਿ ਗਈਆਂ, 95% ਅਸੀਂ ਖਤਮ ਕਰ ਦਿੱਤੀਆਂ, 5% ਰਹਿ ਗਈਆਂ ਅਗਲੇ ਵਾਲਿਆਂ ਕੋਲ, ਉਹ ਵੀ ਨਹੀਂ ਰਹਿਣੀਆਂ। ਉਹਨਾਂ ਚੀਜ਼ਾਂ ਦੇ ਨਾਲ ਜੋੜਨ ਵਾਸਤੇ ਇਹੋ ਜਿਹੀਆਂ ਫਿਲਮਾਂ ਬਹੁਤ ਜ਼ਰੂਰੀ। ਬਹੁਤ ਬਹੁਤ ਅੱਛੀ ਗੱਲ ਹੈ, ਸਾਨੂੰ ਬੜਾ ਮਾਣ ਵੀ ਹੈ ਔਰ ਇਸ ਦੇ ਨਾਲ ਨਾਲ ਖੁਸ਼ੀ ਵੀ ਹੈ। ਅਤੇ ਤੁਹਾਡੇ ਕੋਲੋਂ ਮੈਂ ਇਹ ਜਾਣਨਾ ਚਾਹਾਂਗੀ ਕਿ ਇੱਥੋਂ ਤਾਂ ਅਸੀਂ ਫਿਰ ਵੀ ਕਿਤੇ ਨਾ ਕਿਤੇ ਜ਼ਿੰਮੇਵਾਰ ਸਿਆਣਿਆਂ ਨੂੰ ਕਹਿ ਦਿੰਦੇ ਵੀ ਸੁਣਾਉਂਦੇ ਨੇ ਜਾਂ ਦੱਸਦੇ ਨੇ, ਹੈ ਨਾ, ਪਤਾ ਹੁੰਦਾ, ਕੋਈ ਨਾਮ ਲੈ ਲਓ, ਹਿਸਟਰੀ ਨਹੀਂ ਪਤਾ ਹੋਊਗੀ ਤਾਂ ਸੁਣਿਆ ਹੋਊਗਾ। ਪਰ ਬਾਹਰਲੇ ਮੁਲਕਾਂ ਦੀ ਜੇਕਰ ਗੱਲ ਕਰੀਏ, ਇੱਕ ਪਾਸੇ ਅਸੀਂ ਕਹਿੰਦੇ ਹਾਂ ਸਭ ਤੋਂ ਜ਼ਿਆਦਾ ਉਹ ਰੂਟਿਡ ਨੇ, ਦੂਜੇ ਪਾਸੇ ਅਸੀਂ ਕਹਿੰਦੇ ਨਹੀਂ ਬੱਚੇ ਥੋੜ੍ਹੇ ਜਿਹੇ ਅਵੇਅਰ ਨਹੀਂ ਹੈਗੇ, ਹੈ ਨਾ। ਪਰ ਮੈਂ ਤੁਹਾਡੇ ਕੋਲੋਂ ਜਾਣਨਾ ਚਾਹਾਂਗੀ ਜਦੋਂ ਇਹ ਫਿਲਮ ਤੁਹਾਡੇ ਕੋਲ ਆਈ ਹੈ, ਆਈ ਐਮ ਸ਼ੋਰ ਉਸ ਤੋਂ ਬਾਅਦ ਇੱਕ ਅੱਛਾ ਰਿਸਰਚ ਔਰ ਹਾਰਡਵਰਕ ਤੁਹਾਡੇ ਵੱਲੋਂ ਕੀਤਾ ਗਿਆ, ਬਟ ਉਸ ਦੌਰਾਨ ਕਿੰਨਾ ਕੁ ਬੀਬੀ ਰਜਨੀ ਬਾਰੇ ਜਾਣੂ ਸੀਗੇ ਤੁਸੀਂ? ਸੁਣਨ ਤੋਂ ਪਹਿਲਾਂ ਨਾ ਆਈ ਥਿੰਕ ਸਾਰਿਆਂ ਨੂੰ ਇੱਕ ਵਾਰੀ ਰਿਮਾਈਂਡਰ ਤਾਂ ਹੋਇਆ ਹੀ ਹੈ ਟੀਜ਼ਰ ਦੇ ਕੇ ਜਾਂ ਵੈਸੇ ਜਦੋਂ ਆਪਾਂ ਸਾਰਿਆਂ ਨੇ ਨਰੇਸ਼ਨ ਸੁਣੀ ਆ ਜਾਂ ਕਾਲ ਆਈ ਹੈ ਕਿ ਫਿਲਮ 'ਚ ਸੀਨ ਹੈ ਕੁਛ ਵੀ ਹੈ। ਆਈ ਥਿੰਕ ਜੋ ਨਰੇਸ਼ਨ ਤੋਂ ਪਹਿਲਾਂ ਮੈਂ ਜ਼ਰੂਰ ਸੁਣੀ ਸੀਗੀ, ਆਪਣੀ ਮੰਮਾ ਤੋਂ ਸੁਣੀ ਸੀ ਇਹ ਕਹਾਣੀ, ਮੈਂ ਅਤੇ ਮੇਰੇ ਬ੍ਰਦਰ ਨੇ ਆਈ ਥਿੰਕ ਉਦੋਂ ਜਿਹੜੀ ਇੱਕ ਵਾਰੀ ਇੱਕ ਹੋਰ ਫਿਲਮ ਬਣੀ ਹੋਈ ਹੈ ਬੀਬੀ ਰਜਨੀ ਦੀ ਪੁਰਾਣੀ, ਉਹ ਟੀ ਵੀ 'ਤੇ ਆਈ ਸੀ ਉਦੋਂ, ਅਤੇ ਅਸੀਂ ਛੋਟੇ ਜਿਹੇ ਸੀ ਉਦੋਂ ਮੇਰੀ ਮੰਮਾ ਨੇ ਸਾਨੂੰ ਇਹ ਕਹਾਣੀ ਸੁਣਾਈ ਹੋਈ ਸੀ ਆਲਰੇਡੀ। ਅਤੇ ਬਹੁਤ ਸੋਹਣੀ ਗੱਲ ਹੈ ਕਿ ਇਹ ਫਿਲਮ ਐਕਚੁਲੀ ਜਦੋਂ ਆਈ, ਮੇਰੇ ਜੋ ਨੀਸਿਸ ਨੈਫਿਊ ਨੇ ਉਹ ਅਮੈਰੀਕਾ ਬੋਰਨ ਨੇ ਛੋਟੇ ਛੋਟੇ, ਅਵਨੂਰ ਅਤੇ ਜ਼ੋਰਾਵਰ, ਉਹ ਬਹੁਤ ਛੋਟੇ ਨੇ, ਅਤੇ ਉਹ ਮੇਰੀ ਮਾਸੀ ਨੇ ਉਹਨਾਂ ਨੂੰ ਕਹਾਣੀ ਸੁਣਾਈ ਜਦੋਂ ਉਹਨਾਂ ਨੇ ਇਹ ਟੀਜ਼ਰ ਦੇਖਿਆ, ਅਤੇ ਉਹ ਉਹਨਾਂ ਦੀ ਨਾਨੀ ਲੱਗਦੇ ਆ, ਸੋ ਉਹਨਾਂ ਨੇ ਵੀ ਕਹਾਣੀ ਸੁਣੀ। ਸੋ ਬਹੁਤ ਵਧੀਆ ਗੱਲ ਹੈ ਜੀ, ਜੇ ਬੱਚੇ ਵੀ ਜਦੋਂ ਇਹ ਫਿਲਮ ਦੇਖਣਗੇ ਉਹਨਾਂ ਦੇ, ਮਤਲਬ ਆਈ ਗੈਸ ਜੇ ਨਾਨੀਆਂ ਸੁਣਾਉਂਦੀਆਂ ਹੁੰਦੀਆਂ ਸੀ, ਹੁਣ ਆਪਾਂ ਸਿਨੇਮੇ ਦੇ ਰਾਹੀਂ ਵੀ ਉਹਨਾਂ ਨੂੰ ਇੱਕ ਮੈਸੇਜ ਪਹੁੰਚਾ ਸਕਦੇ ਹਾਂ ਜੀ। ਦੈਟਸ ਵੈਰੀ ਟਰੂ, ਬਟ ਕੀ ਹੈ ਕਿ ਜਦੋਂ ਮੈਨੂੰ ਲੱਗਦਾ ਜ਼ਿੰਮੇਵਾਰੀ ਹੈ, ਚੈਲੰਜ ਤਾਂ ਚਲੋ ਇੱਕ ਨੈਕਸਟ ਸਟੈਪ ਹੈ ਜੋ ਕਿ ਇੱਕ ਆਰਟਿਸਟ ਲਈ ਮੈਨੂੰ ਲੱਗਦਾ ਹਰ ਕਿਰਦਾਰ ਲਈ ਹੁੰਦਾ, ਇੱਕ ਜ਼ਿੰਮੇਵਾਰੀ ਹੁੰਦੀ ਹੈ ਕਿਸੇ ਦੀ ਜ਼ਿੰਦਗੀ ਨੂੰ ਅੱਗੇ ਲੈ ਕੇ ਆਉਣਾ, ਹੈ ਨਾ। ਅਤੇ ਮੇਰੇ ਨਾਲ ਤਾਂ ਇੱਦਾਂ ਹੁੰਦਾ ਮੇਰੀਆਂ ਰਾਤਾਂ ਦੀ ਨੀਂਦ ਉੱਡ ਜਾਂਦੀ ਹੈ ਕਿਉਂਕਿ ਮੇਰਾ ਦਿਮਾਗ ਲੱਗੀ ਸੀ ਜਦੋਂ ਸਟਾਰਟ ਨਹੀਂ ਹੋਈ ਸੀ, ਜਦੋਂ ਫਿਲਮ ਸਟਾਰਟ ਨਹੀਂ ਹੋਈ ਸੀ ਪਤਾ ਸੀ ਹੋਣ ਵਾਲੀ ਹੈ ਯੂ ਵੈਰੀ ਫਸਟ ਡੇ ਬਿਫੋਰ ਸ਼ੂਟ, ਹੈ ਨਾ। ਸੋ ਉਦੋਂ ਰੂਪੀ ਦਾ ਦਿਲ ਖੁਸ਼ ਸੀ ਜਾਂ ਦਿਮਾਗ ਗੱਲਾਂ ਕਰ ਰਿਹਾ ਸੀ ਵੀ ਨਹੀਂ ਮੈਂ ਸੇਮ ਤੁਹਾਡੇ ਵਾਂਗੂ ਹਾਂ, ਆਪਾਂ ਸੇਮ ਹਾਂ। ਮੇਰਾ ਜਦੋਂ ਮੈਂ ਫਿਲਮ ਸੁਣੀ ਇੱਕ ਖੁਸ਼ੀ ਤਾਂ ਹੁੰਦੀ ਹੋਈ ਹੈ ਕਿ ਤੁਸੀਂ ਗ੍ਰੇਟਫੁਲ ਹੁੰਦੇ ਹੋ, ਹਾਂਜੀ, ਪਰ ਰਾਈਟ ਅਵੇ ਜੋ ਦਿਮਾਗ ਆ ਉਹਨੂੰ ਪਤਾ ਹੈ ਕਿ ਇਹ ਬਹੁਤ ਵੱਡੀ ਰਿਸਪੋਂਸੀਬਿਲਟੀ ਆ। ਸੋ ਉਸ ਹੀ ਮਿਨਟ ਮੈਂ ਅਮਰ ਨੂੰ ਵੀ ਕਿਹਾ ਕਿ ਪਤਾ ਨਹੀਂ ਮੈਥੋਂ ਜੇ ਇਹ ਕਰ ਹੋਊਗੀ ਜਾਂ ਨਹੀਂ, ਬਟ ਆਫਕੋਰਸ ਉਹਨਾਂ ਦੀ ਹੈਲਪ ਬਹੁਤ ਕੀਤੀ, ਜਰਨੈਲ ਸਰ ਨੇ, ਸਾਰਿਆਂ ਨੇ ਬਹੁਤ ਹੈਲਪ ਕੀਤੀ। ਪਰ ਹੁਣੇ ਵੀ ਡਬਿੰਗ ਤੋਂ ਲੈ ਕੇ ਹੁਣ ਤੱਕ, ਆਈ ਥਿੰਕ ਫਿਲਮ ਦੇ ਸਟਾਰਟ ਤੱਕ, ਸੱਚੀ ਦੱਸਾਂ ਬਹੁਤ ਇੱਕ ਨਰਵਸ ਨੇ ਸਰ, ਬਿਕੋਜ਼ ਇੱਕ ਰਿਸਪੋਂਸੀਬਿਲਟੀ ਹੈਗੀ ਆ, ਤੁਸੀਂ ਨਹੀਂ ਨਿਰਾਸ਼ ਕਰਨਾ ਚਾਹੁੰਦੇ ਕਿਸੇ ਨੂੰ ਵੀ, ਅਤੇ ਉਹ ਜ਼ਰੂਰ ਹੈਗੀ ਆ, ਮੇਰੀ ਤਾਂ ਹੁਣ ਵੀ ਉੱਡੀ ਹੋਈ ਹੈ ਨੀਂਦ। ਸੋ ਜਦੋਂ ਇਹ ਫਿਲਮ ਤੁਹਾਨੂੰ ਮਿਲੀ ਨਾ, ਤਾਂ ਬਹੁਤ ਸਾਰਿਆਂ ਲੋਕਾਂ ਨੂੰ ਇਹ ਸੀ ਕਿ ਰੂਪੀ ਪਿਆਰੀ ਬਹੁਤ ਹੈ, ਬਟ ਕੀ ਉਹ ਇਹ ਕਿਰਦਾਰ ਕਰ ਸਕਦੇ ਨੇ, ਬਈ ਉਹਨਾਂ ਦਾ ਸਲੈਂਗ ਬਾਹਰ ਲੈ, ਉਹਨਾਂ ਦਾ ਹੈ ਨਾ ਕਪੋਲਾਪਣ ਜਿਹਾ ਉੱਦਾਂ ਦਾ, ਅਤੇ ਬਟ ਮੈਂ ਤੁਹਾਡੇ ਕੋਲੋਂ ਜਾਣਨਾ ਚਾਹੁੰਦੀ ਹਾਂ ਕਿ ਸਾਨੂੰ ਕਈ ਵਾਰ ਇੱਕ ਉਹ ਡਾਊਟ ਫੈਕਟਰ ਆਉਂਦਾ ਕਿ ਕੀ ਮੈਂ ਇਹ ਕਰ ਲਵਾਂਗੀ, ਫਿਰ ਸਾਨੂੰ ਇੱਕ ਪਿੱਠ 'ਤੇ ਥਾਪੜਾ ਦੇਣ ਵਾਲਾ ਘਰ ਦਾ ਕੋਈ ਸਿਆਣਾ ਹੁੰਦਾ ਕਿ ਤੂੰ ਹੀ ਕਰ ਸਕਦੀ ਹੈ, ਰੱਬ ਨੇ ਤੈਨੂੰ ਦਿੱਤਾ, ਦੈਟ ਮੀਨਸ ਤੇਰੀ ਰਿਸਪੋਂਸੀਬਿਲਿਟੀ ਆ, ਉਹ ਥਾਪੜਾ ਦੇਣ ਵਾਲਾ ਕੌਣ ਸੀ ਰੂਪੀ ਘਰ ਦੇ ਵਿੱਚ? ਮੈਂ ਸੱਚੀ ਦੱਸਾਂ ਘਰਦਿਆਂ ਨੂੰ ਵੀ ਉਨਾ ਹੀ ਡਰ ਆ, ਬਿਕੋਜ਼ ਇੱਕ ਉਹਨਾਂ ਨੂੰ ਵੀ ਇੱਕ ਹੈਗਾ ਆ ਕਿ ਰੂਪੇ, ਕਿਉਂਕਿ ਉਹਨਾਂ ਨੇ ਵੀ ਛੋਟੇ ਹੁੰਦੇ ਕਹਾਣੀ ਸੁਣੀ ਆ ਆਫਕੋਰਸ, ਅਤੇ ਸਾਰਿਆਂ ਦੀ ਆਪਣਾ ਆਪਣਾ ਇੱਕ ਵਿਜ਼ਨ ਹੁੰਦਾ ਕਿਉਂਕਿ ਆਪਾਂ ਵਿਜ਼ੂਅਲੀ ਨਹੀਂ ਦੇਖਿਆ ਸੀਗਾ, ਕੋਈ ਫੋਟੋ ਨਹੀਂ ਸੀ ਬੀਬੀ ਰਜਨੀ ਜੀ ਦੀ, ਸੋ ਸਾਰਿਆਂ ਨੇ ਆਪਣੀ ਆਪਣੀ ਇੱਕ ਇਮੇਜ ਇਮੈਜਨਰੀ ਬਣਾਈ ਹੋਈ ਆ। ਮੇਰੇ ਪੇਰੈਂਟਸ ਨੇ ਵੀ ਸੇਮ, ਅਤੇ ਜਦੋਂ ਉਹਨਾਂ ਨੂੰ ਮੈਂ ਦੱਸੀ ਇੱਕ ਖੁਸ਼ੀ ਵੀ ਸੀ, ਪਰ ਮੇਰੀ ਮੰਮਾ ਨੇ ਇਹ ਜ਼ਰੂਰ ਕਿਹਾ ਆਉਂਦੇ ਹੋਏ ਵੀ ਕਿ ਇਹ ਬਹੁਤ ਵੱਡੀ ਰਿਸਪੋਂਸੀਬਿਲਟੀ ਆ ਅਤੇ ਇਹਨੂੰ ਵਧੀਆ ਤਰੀਕੇ ਨਾਲ ਨਿਭਾਵੀ, ਬਟ ਜੋ ਇੱਕ ਆਈ ਥਿੰਕ ਇੱਕ ਹੌਸਲਾ ਦਿੱਤਾ ਉਹ ਸਾਰੀ ਟੀਮ ਨੇ, ਸੱਚੀ ਦੱਸਾਂ ਜਿਹੜੇ ਜਿਹੜੇ ਵੀ ਫਿਲਮ ਨਾਲ ਜੁੜੇ
ਭਾਵੇਂ ਜਰਨੈਲ ਸਰ ਹੁਣ ਜਦੋਂ ਸ਼ੂਟ 'ਤੇ ਆਏ, ਜਿੰਨਾ ਇਹਨਾਂ ਨੇ ਇਹਨਾਂ ਤੋਂ ਹੋ ਸਕਿਆ, ਹੁਣ ਵੀ ਇੰਟਰਵਿਊਜ਼ ਦੇ ਵਿੱਚ ਵੀ ਜਿੰਨਾ ਮੈਨੂੰ ਸਮਝਾਉਂਦੇ ਆ, ਅਮਰ ਹੁੰਦਲ ਹੋ ਗਏ, ਉਹਦੀ ਟੀਮ ਹੋ ਗਈ, ਬਲਜੀਤ ਸਿੰਘ ਦਿਓ ਸਰ ਹੋ ਗਏ, ਪ੍ਰੋਡਿਊਸਰਸ ਹੋ ਗਏ, ਇੱਕ ਇੱਕ ਇਨਸਾਨ ਨੇ ਮੇਰੀ ਬਹੁਤ ਮਦਦ ਕੀਤੀ ਹੈ. ਸੋ ਇਹ ਸਿਰਫ ਮੈਨੂੰ ਲੱਗਦਾ ਮੈਂ ਨਹੀਂ ਇਹ ਫਿਲਮ ਕੀਤੀ, ਅਸੀਂ ਪੂਰੀ ਜੈਨੂਨਲੀ ਇੱਕ ਇੱਕ ਟੀਮ ਦੀ ਬਹੁਤ ਹਾਰਡ ਵਰਕ ਹੈ ਇਹਦੇ ਨਾਲ ਜੁੜਿਆ ਹੋਇਆ. ਉਹੀ ਕਹਿੰਦੇ ਨਾ ਮਣਕਾ ਮਣਕਾ ਮਿਲ ਕੇ ਮਾਲਾ ਬਣਦੀ ਆ, ਤੁਹਾਡੀ ਟੀਮ ਇਸ ਫਿਲਮ ਦੀ ਉਹੀ ਕਹਿ ਸਕਦੇ ਹਾਂ ਆਪਾਂ, ਹੈ ਨਾ? ਤੋਂ ਲੈ ਕੇ ਮੈਮ ਸੱਚੀ ਲੁੱਕ ਤੋਂ ਲੈ ਕੇ ਕੋਸਟਿਊਮ ਤੱਕ ਮੇਰਾ ਕੋਈ ਆਈ ਥਿੰਕ ਕੰਟਰੀਬਿਊਸ਼ਨ ਸਭ ਤੋਂ ਘੱਟ ਹੋਊਗਾ. ਇਹ ਸਾਰੀ ਟੀਮ ਦਾ ਮਤਲਬ ਬਹੁਤ ਬਹੁਤ ਮਿਹਨਤ ਲੱਗੀ ਹੋਈ ਹੈ ਇਸ ਫਿਲਮ 'ਤੇ, ਇਸ ਕੈਰੇਕਟਰ 'ਤੇ ਜੀ. ਓਕੇ, ਸੋ ਬਾਈ ਤੁਸੀਂ ਜਿੱਦਾਂ ਆਪਾਂ ਕਹਿਤਾ ਕਿ ਇੱਕ ਸਿਆਣਾ ਇੱਕ ਸੁਲਝਿਆ ਹੋਇਆ ਕਿਰਦਾਰ ਹਮੇਸ਼ਾ ਤੁਹਾਡੇ ਵਿੱਚ ਵੇਖਣ ਨੂੰ ਮਿਲਦਾ ਹੈ, ਚਾਹੇ ਅਸੀਂ ਫਿਲਮ ਦੇਖੀਏ ਚਾਹੇ ਤੁਸੀਂ ਸਾਹਮਣੇ ਵੀ ਬੈਠੇ ਹੋ, ਬਟ ਜਦੋਂ ਤੁਸੀਂ ਇਹੋ ਜਿਹੀਆਂ ਫਿਲਮਾਂ ਕਰਦੇ ਹੋ ਜਿਹੜੀਆਂ ਐਕਚੁਅਲੀ ਕੁਛ ਦੱਸਦੀਆਂ ਨੇ, ਕੁਛ ਕਹਿੰਦੀਆਂ ਨੇ, ਹੈ ਨਾ, ਤਾਂ ਤੁਹਾਡੇ ਮਦਰ ਦਾ ਰਿਐਕਸ਼ਨ ਕੀ ਹੁੰਦਾ? ਆਈ ਮੀਨ ਹੁੰਦਾ ਹੀ ਆ ਕਿ ਹਾਂ ਠੀਕ ਹੈ ਕਰ ਰਹੇ ਨੇ ਕੰਮ? ਓਕੇ, ਪਹਿਲਾਂ ਤਾਂ ਫਿਲਮ ਵੇਖਦੇ ਹੀ ਨਹੀਂ. ਹਾਂਜੀ ਹਾਂਜੀ, ਪਹਿਲਾਂ ਤਾਂ ਫਿਲਮ ਵੇਖਦੇ ਨਹੀਂ. ਮੇਰੇ ਕਹਿਣ ਤੇ ਅੱਜ ਤੱਕ ਜ਼ਿੰਦਗੀ 'ਚ ਮੇਰੀ ਮਾਤਾ ਇੱਕ ਫਿਲਮ ਵੇਖਣ ਗਈ ਆ. ਓਕੇ, ਸੱਜਣ ਸਿੰਘ ਰੰਗਰੂਟ. ਓ ਵਾਓ, ਚਲੋ ਉਹ ਵੀ ਸਾਰਿਆਂ ਨੇ ਕਹਿ ਕਵਾ ਕੇ ਵੀ ਕੋਈ ਨਹੀਂ, ਚਲੋ ਉਹ ਧਾਰਮਿਕ ਹੀ ਆ ਫਿਲਮ, ਫੌਜੀਆਂ ਦੀ ਫਿਲਮ ਆ, ਉਹਦੇ ਤੇ ਵੀ ਉਹਨਾਂ ਨੇ ਡਾਂਟਿਆ, ਚਲ ਗਏ, ਫੈਮਲੀ ਬੈਠੀ, ਮੇਰੇ ਸਹੁਰੇ ਵੀ ਆਏ, ਉਹ ਚੱਲਦਿਆਂ ਚੱਲਦਿਆਂ ਸੀਨ ਦੇ ਵਿੱਚ ਨਾ, ਹੁਣ ਹੈ ਫਿਲਮ ਤੇ ਵਿਚਾਰੀ ਧਾਰਮਿਕ ਹੀ ਸੀ ਇੱਕ ਹਿਸਾਬ ਦੀ, ਉਹ ਵੀ ਹੈ ਨਾ ਫੌਜੀਆਂ ਦੀ ਫਿਲਮ ਸੀ. ਉਹ 'ਚ ਇੱਕ ਸੀਨ ਹੈ ਕਿ ਇੱਕ ਗੋਰੀ ਦਲਜੀਤ ਭਾਜੀ ਨੂੰ ਥੈਂਕਸ ਕਹਿੰਦੀ ਆ, ਅਤੇ ਉਹ ਦਲਜੀਤ ਭਾਜੀ ਨੂੰ ਹੱਗ ਕਰਕੇ ਅਤੇ ਜਾਂਦੀ ਆ, ਉਹਦੇ ਅੱਗੇ ਜੱਗਾ ਖੜਾ, ਫਿਰ ਮੈਂ ਖੜਾ, ਜਦੋਂ ਹੱਗ ਕਰਦੀ ਤਾਂ ਮੈਂ ਉਹਨੂੰ ਪਿੱਛੇ ਕਰ ਦਿੰਦਾ ਵੀ ਤੂੰ ਇੱਧਰ ਹੋ, ਅਗਲੀ ਵਾਰੀ ਮੇਰੀ ਆ. ਜਦੋਂ ਮੈਂ ਉਹਨੂੰ ਹੱਥ ਐਂ ਕਰਦਾ ਤਾਂ ਉਹ ਲੰਘ ਜਾਂਦੀ ਹੈ, ਮੈਨੂੰ ਬੁਲਾ ਕੇ ਕਹਿੰਦਾ ਚਾਚਾ ਬਸ. ਹੁਣ ਉਹ ਤੋਂ ਬਾਅਦ ਇੰਟਰਵਲ ਹੋਇਆ, ਇੰਟਰਵਲ ਹੋਇਆ, ਸਾਰੇ ਜਾਣੇ ਬਾਹਰ ਆਏ, ਮੇਰੀ ਮਾਤਾ ਵੀ ਆਈ ਬਾਹਰ, ਮੇਰੇ ਕਹਿੰਦੇ ਇੱਧਰ ਆ, ਮੈਂ ਕਿਹਾ ਮੈਂ ਆਉਣਾ ਇੱਕ ਮਿੰਟ, ਫਿਰ ਦੋ ਤਿੰਨ ਆਵਾਜ਼ ਮਾਰੀ ਇੱਧਰ ਆ, ਕਿਸੇ ਮੁੰਡੇ ਨੂੰ ਭੇਜਿਆ ਪਤਾ ਨਹੀਂ ਜੰਜੋਤ ਨੂੰ, ਕਿਹਾ ਮਤਲਬ ਕਹਿੰਦੇ ਬੁਲਾ ਕੇ ਲੈਣੇ, ਮੈਂ ਇੱਥੇ ਜੁੱਤੀ ਲਾ ਲੈਣੀ, ਮੈਂ ਆਇਆ, ਮੈਨੂੰ ਕਹਿੰਦੇ ਤੈਨੂੰ ਸ਼ਰਮ ਆਉਂਦੀ ਆ? ਮੈਂ ਕਿਹਾ ਕੀ ਹੋਇਆ ਜੀ? ਕਹਿੰਦੇ ਤੇਰਾ ਸਹੁਰਾ ਬੈਠਾ ਫਿਲਮ ਵੇਖਦਾ, ਤੂੰ ਗੋਰੀਆਂ ਨੂੰ ਜੱਪੀਆਂ ਪਾ ਲਾ. ਮੈਨੂੰ ਸਮਝਾਓ, 26 ਸਾਲ ਹੋ ਗਏ ਮੈਨੂੰ ਫਿਲਮਾਂ ਦੀਆਂ, ਇਹਨੂੰ ਸਮਝਾਓ ਕੁਛ ਵੀ, ਤੂੰ ਕੰਮ ਕਰ ਲਵੇ, ਕਿਹੜੇ ਚੱਕਰਾਂ 'ਚ ਪਿਆ? ਦੁਨੀਆ ਬਾਹਰੋਂ ਜਿੰਨੀ ਮਰਜ਼ੀ ਸ਼ਾਬਾਸ਼ੀ ਮਿਲਦੇ, ਵੀ ਘਰ ਦੀ ਚਪੇੜ ਹੀ ਮਿਲ ਜਾਵੇ ਨਾ ਇੱਕ, ਵੀ ਚਪੇੜ ਵਾਲਾ ਚੰਗਾ, ਆਹ ਸ਼ਾਬਾਸ਼ ਵਧੀਆ, ਉਹ ਬੰਦਾ ਕਹਿੰਦਾ ਉਹ ਸਾਰੀਆਂ ਸ਼ਾਬਾਸ਼ਾਂ ਪਿੱਛੇ ਰਹਿ ਗਈਆਂ ਮੇਰੇ ਘਰਦਿਆਂ ਨੇ ਯਾਰ. ਬਟ ਨਹੀਂ, ਕਮਿੰਗ ਬੈਕ ਟੂ ਬੀਬੀ ਰਜਨੀ, ਕਿਉਂਕਿ ਜੈਸ ਨਾਲ ਜਦੋਂ ਇੰਟਰਵਿਊ ਹੋਈ ਸੀ, ਕਹਿੰਦੇ ਵੀ ਮੇਰੇ ਮਦਰ ਕਦੀ ਗਏ ਨਹੀਂ ਆ ਫਿਲਮ ਦੇਖਣ, ਪਹਿਲੀ ਫਿਲਮ ਮੈਂ ਉਹਨਾਂ ਨੂੰ ਇਹ ਦਿਖਾਉਣ ਲੈ ਕੇ ਜਾਣੀ ਆ, ਕਿਉਂਕਿ ਕਿਤੇ ਨਾ ਕਿਤੇ ਦਾਦੀਆਂ ਨਾਨੀਆਂ ਨੂੰ ਜੋੜਦੀ ਹੈ ਇਸ ਚੀਜ਼ ਦੇ ਨਾਲ. ਸੋ ਇਹਨੂੰ ਲੈ ਕੇ ਕੋਈ ਟਿਪੀਕਲ ਉਹਨਾਂ ਦੀ ਗੱਲਬਾਤ ਜਾਂ ਯੂ ਨੋ ਕੋਈ ਡਿਸਕਸ਼ਨ ਵਗੈਰਾ ਹੋਈ ਤੁਹਾਡੀ? ਨਹੀਂ ਦੇਖੋ, ਮੇਰੇ ਆਈ ਥਿੰਕ ਮੇਰੀ ਮਾਤਾ ਨੂੰ ਹਜੇ ਪਤਾ ਵੀ ਨਹੀਂ ਹੈ ਕਿ ਫਿਲਮ ਆ ਰਹੀ ਹੈ, ਉਹਨੂੰ ਨਾ ਤੇ ਸੋਸ਼ਲ ਮੀਡੀਆ ਤੇ ਨਾ ਕਿਤੇ ਹੋਰ ਹੈ ਨਾ, ਤੇ ਨਾ ਮੈਂ ਇਦਾਂ ਦੀਆਂ ਕੋਈ ਡਿਸਕਸ਼ਨਸ ਬਹੁਤ ਫਿਲਮ ਦੇ ਰਿਗਾਰਡਿੰਗ ਤੇ ਗੱਲ ਹੁੰਦੀ ਨਹੀਂ ਨਾ. ਓਕੇ, ਉਹ ਤੇ ਫਿਲਮ ਦੀ ਗੱਲ ਸ਼ੁਰੂ ਹੋ ਗਈ ਤਾਂ ਉਹਨੂੰ ਉੱਠ ਕੇ ਆਪਣੇ ਉੱਧਰ ਚੱਲ ਜਾਣਾ ਵੀ ਪਤਾ ਕਿਹੜੀਆਂ ਗੱਲਾਂ ਛੇੜ ਕੇ ਬਹਿ ਗਿਆ. ਬਜ਼ੁਰਗਾਂ ਦੀਆਂ ਸੋਚ ਤੋਂ ਤਾਂ ਦੀਆਂ ਗੱਲਾਂ ਨੇ, ਆਪਾਂ ਗੱਲ ਕਰਨਾ ਇੱਥੋਂ ਬਲੌਕ ਲਾ ਲਾਂਗੇ, ਇੱਥੋਂ ਸ਼ਾਰਟ ਲਾਵਾਂਗੇ, ਇੱਥੋਂ ਪੈਨ ਲਾਵਾਂਗੇ, ਫਲਾਣਾ, ਉਹ ਕਹਿੰਦੇ ਵੀ ਮਨ ਕੀ ਕਰੀ ਜੀ ਜੀ. ਸੋ ਪਰ ਮੈਨੂੰ ਪਤਾ ਵੀ ਇਸ ਕਰੈਕਟਰ ਨੂੰ ਆਈ ਥਿੰਕ ਘਰੇ ਹੀ ਵੇਖਣਗੇ, ਸਿਨੇਮੇ ਤੇ ਜਾਣਾ ਨਹੀਂ ਉਹਨਾਂ ਨੇ. ਓਕੇ, ਟੀਵੀ ਟੂਵੀ ਤੇ ਕਿਤੇ ਵੇਖਣਗੇ, ਪਰ ਮਤਲਬ ਪਸੰਦ ਜ਼ਰੂਰ ਆਊਗਾ ਜੀ. ਸੋ ਬੀਬੀ ਰਜਨੀ ਦੇ ਕਿਰਦਾਰ ਦੀ ਗੱਲ ਕਰਦੇ ਆ, ਜਦੋਂ ਵੀ ਸਬਰ ਸੰਤੋਖ ਦੀ ਗੱਲ ਆਉਂਦੀ ਹੈ ਨਾ, ਅੱਜ ਵੀ ਰੂਪੀ ਘਰ ਦੇ ਕਹਿੰਦੇ ਨੇ ਵੀ ਉਹਨੂੰ ਵੇਖੋ,
ਵੀ ਉਹਦਾ ਰੱਬ ਤੇ ਕਿੰਨਾ ਯਕੀਨ ਸੀ, ਔਰ ਅਖੀਰ 'ਚ ਰੱਬ ਨੇ ਵੀ ਪੂਰੀ ਬਾਂਹ ਫੜੀ ਹੈ। ਪਰ ਅੱਜ ਕੱਲ੍ਹ ਆਪਾਂ ਕਹਿੰਦੇ ਨਾ ਵੀ ਜਿਹੜਾ ਬੰਦਾ ਜਿੰਨਾ ਚੰਗਾ ਪਰਮਾਤਮਾ ਉਹਦੀ ਉਨੀ ਪ੍ਰੀਖਿਆ ਲੈਂਦਾ ਹੈ ਨਾ। ਸੋ ਇਹ ਸਬਰ ਸੰਤੋਖ ਰੂਪੀ ਦੇ ਵਿੱਚ ਕਿੰਨਾ ਹੈ? ਕੋਸ਼ਿਸ਼ ਕਰਦੀ ਹਾਂ ਜੀ ਕਿ ਹੈਗੀ ਹੈ ਜੀ, ਹੈਗੀ, ਕਿਉਂਕਿ ਇਸ ਇੰਡਸਟਰੀ ਦੇ ਵਿੱਚ ਮੈਨੂੰ ਲੱਗਦਾ ਰੱਖਣੀ ਪੈਣੀ ਹੈ ਤੁਹਾਨੂੰ। ਹਾਂਜੀ, ਜੇ ਤੁਹਾਡੇ 'ਚ ਪੇਸ਼ੈਂਸ ਨਹੀਂ ਹੈਗੀ ਫਿਰ ਤੁਹਾਡੇ 'ਚ ਇੱਕ ਉਹ ਇਨਸਿਕਿਉਰਿਟੀ ਫੈਕਟਰ ਆ ਜਾਂਦਾ, ਫਿਰ ਤੁਸੀਂ ਗਲਤੀਆਂ ਵੀ ਬਹੁਤ ਕਰਦੇ ਹੋ ਜੋ ਮੈਂ ਨੋਟਿਸ ਕੀਤਾ ਆ, ਅਤੇ ਉਹ ਰੱਖਣੀ ਪੈਂਦੀ ਆ। ਅਤੇ ਉਹ ਆਈ ਡੋਂਟ ਥਿੰਕ ਉਹ ਨੈਚੁਰਲੀ ਆਉਂਦੀ ਆ, ਮੈਨੂੰ ਤਾਂ ਨਹੀਂ ਆਉਂਦੀ ਹੈਗੀ, ਉਹ ਮੈਨੂੰ ਟ੍ਰੇਨ ਕਰਨਾ ਪੈਂਦਾ ਆਪਣੇ ਦਿਮਾਗ ਨੂੰ ਡੇਲੀ। ਇੱਕ ਫਾਈਟ ਹੁੰਦੀ ਆ ਆਪਣੇ ਆਪ ਨਾਲ, ਤੁਹਾਨੂੰ ਲੱਗਦਾ ਹੁੰਦਾ ਕਿ ਅਸੀਂ ਭੱਜ ਕੇ ਅਚੀਵ ਕਰ ਲਈਏ ਕੋਈ ਚੀਜ਼, ਪਰ ਉਹ ਪੋਸੀਬਲ ਨਹੀਂ ਹੈਗਾ, ਕੁਦਰਤੀ ਨਹੀਂ ਉਹ ਪੋਸੀਬਲ ਹੈਗਾ ਕਿ ਉਹ ਇੱਕਦਮ ਜੇ ਤੁਹਾਨੂੰ ਮਿਲ ਜੇ। ਸੋ ਮੈਂ ਕੋਸ਼ਿਸ਼ ਕਰਦੀ ਹਾਂ ਕਿ ਮੈਂ ਆਪਦੇ ਦਿਮਾਗ ਨੂੰ ਡੇਲੀ ਟ੍ਰੇਨ ਕਰਾਂ ਕਿ ਇੱਕ ਸਬਰ ਅਤੇ ਫੇਅਰ। ਅਤੇ ਸੱਚੀ ਦੱਸਾਂ, ਇਹ ਫਿਲਮ ਕਰਨ ਤੋਂ ਬਾਅਦ ਵੀ ਜੈਨੂਅਨਲੀ ਮੈਂ ਕਹਿ ਰਹੀ ਹਾਂ ਕਿ ਮੈਂ ਆਟੋਮੈਟਿਕਲੀ ਆਪਦੇ ਮਾਇੰਡ ਨੂੰ ਸਮਟਾਈਮਸ ਦੇਖਦੀ ਹਾਂ ਕਿ ਮੈਂ ਰਿਲੇਟ ਨਹੀਂ, ਕਦੇ ਰਿਲੇਟ ਤਾਂ ਚਲੋ ਆਪਾਂ ਕਦੇ ਉਹਨਾਂ ਵਾਂਗੂ ਬਣ ਹੀ ਨਹੀਂ ਸਕਦੀ ਮੈਂ, ਪਰ ਮੈਂ ਕੋਸ਼ਿਸ਼ ਕਰਦੀ ਹਾਂ ਕਿਉਂਕਿ ਉਹਨਾਂ ਨਾਲ ਜੋ ਮੈਂ ਇੰਨੀ ਨੇੜੇ ਹੋ ਸੀ, ਉਹਨਾਂ ਦੇ ਬਾਰੇ ਰੀਸਰਚ ਕੀਤੀ ਆ ਕਿ ਜੋ ਉਹਨਾਂ ਦੇ ਨਾਲ ਹੋਇਆ ਕਈ ਸੀਨਸ ਮੈਨੂੰ ਨਹੀਂ ਭੁੱਲਦੇ ਹੈਗੇ ਜੋ ਅਸੀਂ ਨਾਲ, ਸਾਡੇ ਕੋਲ ਤਾਂ ਇੰਨੀਆਂ ਸਹੂਲਤਾਂ ਸੀਗੀਆਂ ਜਦੋਂ ਅਸੀਂ ਸ਼ੂਟ ਕਰਦੇ ਸੀਗੇ, ਉਹਨਾਂ ਦੀ ਜਰਨੀ ਦੇ ਤਾਂ ਅਸੀਂ ਲਾਈਕ ਹਾਫ ਪ੍ਰਸੈਂਟ ਵੀ ਨਹੀਂ ਜੋ ਉਹਨਾਂ ਨੇ ਫੇਸ ਕੀਤਾ। ਪਰ ਮੈਂ ਕੋਸ਼ਿਸ਼ ਕਰਦੀ ਹੁੰਦੀ ਹਾਂ ਕਿ ਉਹਨਾਂ ਬਾਰੇ ਜ਼ਰੂਰ ਸੋਚਾਂ ਕਿ ਉਹਨਾਂ ਨੇ ਜੋ ਫੇਸ ਕੀਤਾ ਅਤੇ ਮੇਰੀ ਲਾਈਫ ਤੋਂ ਮਤਲਬ ਬਹੁਤ ਬਹੁਤ ਵਧੀਆ ਆ, ਅਤੇ ਉਹਦੇ ਵਿੱਚ ਛੋਟੀ ਛੋਟੀ ਚੀਜ਼ਾਂ ਤੋਂ ਆਪਾਂ ਨਿਰਾਸ਼ ਹੋ ਜਾਂਦੇ ਹਾਂ, ਅਤੇ ਮੈਂ ਕੋਸ਼ਿਸ਼ ਕਰਦੀ ਹਾਂ ਹਮੇਸ਼ਾ ਬੈਕ ਆਫ ਮਾਇੰਡ। ਕਈ ਵਾਰ ਰੂਪੀ ਕੀ ਹੁੰਦਾ, ਅਸੀਂ ਵੀ ਬਚਪਨ ਤੋਂ ਹੀ ਕਈ ਜਿਹਨਾਂ ਦੇ ਬਾਰੇ ਜ਼ਿਆਦਾ ਸੁਣਦੇ ਹਾਂ ਨਾ, ਅਸੀਂ ਖੁਦ ਨੂੰ ਉੱਦਾਂ ਫੀਲ ਕਰਨ ਲੱਗ ਜਾਂਦੇ ਜਾਂ ਪ੍ਰਟੈਂਡ ਕਰਨ ਲੱਗ ਜਾਂਦੇ। ਚਲੋ ਇਹਨਾਂ ਦੀ ਤਾਂ ਗੱਲ ਬਹੁਤ ਉੱਚੀ ਹੋ ਗਈ, ਐਕਟ੍ਰੈਸ ਦੀ ਗੱਲ ਹੀ ਕਰ ਲਓ, ਸਾਡੀ ਵੇ ਆਫ ਟਾਕਿੰਗ ਉੱਦਾਂ ਦੀ ਹੋ ਜੂਗੀ, ਸਾਡਾ ਤੁਰਨਾ ਉੱਦਾਂ ਦਾ ਹੋ ਜੂਗਾ, ਹੈ ਨਾ। ਜਦੋਂ ਤੁਸੀਂ ਇੱਕ ਕਰੈਕਟਰ ਕਰ ਰਹੇ ਸੀਗੇ, ਕੀ ਕਦੇ ਇੱਦਾਂ ਹੋਇਆ ਕਿ ਰੂਪੀ ਔਰ ਰਜਨੀ ਇੱਕੋ ਹੀ ਉਹ ਸੋਲਸ ਆਪਸ 'ਚ ਗੱਲ ਕਰ ਰਹੀਆਂ ਨੇ, ਤੁਹਾਡੀ ਅੰਤਰ ਆਤਮਾ ਜਿਹਨੂੰ ਆਪਾਂ ਕਹਿੰਦੇ ਹਾਂ? ਇੱਦਾਂ ਤਾਂ ਆਈ ਡੋਂਟ ਥਿੰਕ ਮੈਂ ਇੱਦਾਂ ਫੇਸ ਕੀਤਾ, ਬਟ ਹਾਂਜੀ ਇੱਕ ਪੋਜ਼ਿਟਿਵ ਐਨਰਜੀ ਜ਼ਰੂਰ ਸੀਗੀ ਸੈੱਟ 'ਤੇ ਜੋ ਸਾਰਿਆਂ ਨੇ ਫੀਲ ਕੀਤੀ ਆ, ਅਤੇ ਇਹ ਫਿਲਮ ਅਲੱਗ ਸੀਗੀ, ਸੋ ਇਸ ਕਰਕੇ ਅਸੀਂ ਜੋ ਗੱਲਾਂ ਹੁੰਦੀਆਂ ਸੀ ਸਾਡੀਆਂ, ਜੋ ਡਿਸਕਸ਼ਨ ਸੀ ਇਸ ਕਹਾਣੀ ਦੇ ਅਰਾਊਂਡ ਹੀ ਸੀਗੀਆਂ, ਅਤੇ ਇੱਦਾਂ ਜ਼ਰੂਰ ਸੀਗਾ ਕਿ ਇੱਕ ਪੋਜ਼ਿਟਿਵ ਐਨਰਜੀ ਜ਼ਰੂਰ ਲੈ ਕੇ ਚੱਲੀ ਸਾਰੀ ਟੀਮ। ਓਕੇ ਜੀ, ਅਤੇ ਰੱਬ 'ਤੇ ਯਕੀਨ ਦੀ ਗੱਲ ਕਰਦੇ ਹਾਂ, ਬਈ ਛੋਟੇ ਹੁੰਦੇ ਇੱਦਾਂ ਨਹੀਂ ਹੁੰਦਾ ਸੀ ਕਿ ਵੀ ਪੇਪਰ ਦੇਣ ਤੁਰੇ ਹਾਂ ਅਤੇ ਵੀ ਰੱਬ ਨੂੰ ਕਹਿ ਕੇ ਜਾਣਾ ਅੱਜ ਵਾਲੇ ਪੇਪਰ 'ਚ ਪਾਸ ਕਰਾ ਦੀ, ਹੈ ਨਾ, ਨਹੀਂ ਤੇ ਫਿਰ ਪੈਨ ਰੱਖ ਦੇਣਾ, ਅਗਲੇ ਦਿਨ ਪੈਨ ਉਹ ਪੈਨਸਲ ਰੱਖ ਦੇਣੀ, ਗੁਰੂ ਘਰ 'ਚ ਜਾ ਕੇ ਮੱਥਾ ਟੇਕ ਕੇ ਆਉਣਾ ਵੀ ਇਸੇ ਪੈਨ ਨਾਲ, 60 ਦੇ ਵਿੱਚ ਵੀ ਆਪਾਂ ਵਾਹਿਗੁਰੂ ਲਿਖ ਕੇ ਸਟਾਰਟ ਕਰਦੇ ਹੁੰਦੇ ਸੀ, ਹੈ ਨਾ, ਤੁਸੀਂ ਵਾਹਿਗੁਰੂ ਸਾਡੇ ਓਮ ਨਮਃ ਸ਼ਿਵਾਏ। ਮੈਂ ਜਦੋਂ ਪੇਪਰ 8ਵੀਂ, ਮੈਂ ਤਾਂ 9ਵੀਂ ਪਾਸ ਸੀਗਾ, 8ਵੀਂ ਬੋਰਡ ਦੇ ਪੇਪਰ ਸੀ ਮੇਰੇ ਤੇ, ਬਾਕੀ ਦੇ ਸਕੂਲ ਵਾਲੇ ਆਪੇ ਟਪਾਟ ਪੂ ਦਿੰਦੇ ਸੀਗੇ, ਕਲੀਅਰ ਸੀਗੇ, ਤੇ ਰੋਨਾਲਡ ਦਾ ਪੈਨ ਚੱਲਦਾ ਹੁੰਦਾ ਸੀਗਾ ਨੀਲੇ ਜਿਹੇ ਰੰਗ ਦਾ, ਤੇ ਮਾਤਾ ਨੇ ਪੈਨ ਦਿੱਤਾ, ਲੈ ਕਹਿੰਦੀ ਫ੍ਰਿਜ ਤੇ ਪੈਨ ਪਿਆ ਵਾ, ਸਵੇਰੇ ਪੈਨ ਨੂੰ ਮੱਥਾ ਟਕਾ ਲਈ ਜੀ, ਪੈਨ ਨੂੰ ਮੱਥਾ ਟਕਾ ਲਈ ਵੀ ਤੂੰ ਤਾਂ ਟੇਕ ਹੀ ਲੈਣਾ, ਮੈਂ ਜੀ ਉੱਥੇ ਚੁੱਕਿਆ ਪੈਨ ਜਾ ਕੇ ਜੀ ਮੱਥਾ ਟੇਕਿਆ, ਮੈਂ 8ਵੀਂ ਟਪਾ ਦੋ, ਬਸ ਤੂੰ ਸੁੱਕਣਾ ਸੁੱਕੀ ਹੋਣੀ ਵੀ ਆਹ ਕਰੂੰਗਾ ਜੀ ਫਲਾਣਾ ਕਰੂੰਗਾ। ਉੱਥੇ ਗਿਆ ਤੇ ਸਾਨੂੰ ਟੀਚਰਾਂ ਨੇ ਕਿਹਾ ਸੀਗਾ ਵੀ ਪਹਿਲਾਂ ਕੁਐਸਚਨ ਪੇਪਰ ਪੂਰਾ ਪੜ੍ਹਨਾ ਵਾ, ਜਿਹੜੇ ਪਹਿਲਾਂ ਆਉਂਦੇ ਉਹ ਟਿਕ ਕਰ ਲੈਣੇ ਵੀ ਆਹ ਆਉਂਦਾ ਆਹ ਆਉਂਦਾ ਆਹ ਆਉਂਦਾ, ਪਹਿਲਾਂ ਉਹ ਉਤਾਰਨੇ। ਮੈਂ ਹਜੇ ਨਾ ਕਿਊ ਪਾ ਕੇ ਤੇ ਕੁਐਸਚਨ ਹੀ ਲਿਖਿਆ, ਆਨਸਰ ਮੈਨੂੰ ਆਉਂਦਾ, ਮੈਂ ਲਿਖਣ ਲੱਗਾ ਤੇ ਮੈਂ ਪੁਰਾਣਾ ਪੈਨ ਲੈ ਗਿਆ, ਉਹਦੀ ਸਾਈ ਮੁੱਕ ਗਈ। ਅੱਛਾ, ਅਰਦਾਸ ਪੁਰਾਣੀ ਨਹੀਂ ਕਰਾਤੀ, ਮਾੜੀ ਕਿਸਮ। ਮੁਸ਼ਕਿਲ ਨਾਲ 4-5 ਕੁਐਸਚਨ ਆਉਂਦੇ ਸੀ, 4 ਕ ਉਹ ਮੈਂ ਕਿਹਾ ਪਹਿਲਾਂ ਆਹ ਵੇਖਾਂ ਫੇਰ ਵੇਖਦੇ ਕੀ ਤੂੰ ਨਕਲ ਮਾਰਦੀ। ਉਹ ਪਹਿਲਾ ਕੁਐਸਚਨ ਲਿਖਿਆ, ਆਨਸਰ ਲੱਗਾ ਲਿਖਣ ਤੋਂ, ਗਲਤੀ ਨਾਲ ਪੈਨ ਪੁਰਾਣਾ ਆ ਗਿਆ, ਉਹਦੀ ਛਾਈ ਮੁੱਕ ਗਈ। ਸਾਹਮਣੇ ਨਾ ਅਗਲੇ ਬੈਂਚ ਦੇ ਕੁੜੀ ਮੇਰੇ ਨਾਲ ਪੜ੍ਹਦੀ, ਉਹਦਾ ਨਾਂ ਸੁਸ਼ਮਾ ਰਾਣੀ। ਅੱਛਾ,
ਤੇ ਮੈਂ ਹੁਣ ਸਾਨੂੰ ਉਹਨਾਂ ਨੇ ਕਿਹਾ ਸੀਗਾ ਵੀ ਸਾਹ ਵੀ ਉੱਚਾ ਨਹੀਂ ਲੈਣਾ, ਪਹਿਲਾ ਬੋਰਡ ਦਾ ਪੇਪਰ ਸੀਗਾ ਵੀ ਸਾਹ ਵੀ ਉੱਚਾ ਲੈ ਲਿਆ ਤੇ ਕਲਾਸ ਚੋਂ ਬਾਹਰ ਕੱਢ ਦਿੰਦੇ ਆ। ਮੈਂ ਨਾ ਹੌਲੀ ਹੌਲੀ ਕਿਹਾ, ਮੈਂ ਸੁਸ਼ਮਾ ਸੁਸ਼ਮਾ ਹੁਣ ਉਹਦੀ ਇੱਕ ਛੇੜ ਪਾਈ ਹੋਈ ਸੀ ਕਲਾਸ 'ਚ, ਸਾਰਿਆਂ ਦੀ ਛੇੜ ਹੁੰਦੀ ਆ, ਹੁਣ ਸਾਰੀ ਜ਼ਿੰਦਗੀ ਜਿਹਨੂੰ ਤੰਗ ਕੀਤਾ ਹੋਵੇ ਉਹ ਤੁਹਾਡੀ ਗੱਲ ਕਿੱਥੋਂ ਸੁਣੇ, ਉਹਨੂੰ ਵੀ ਦੇਖੀ ਕਿਹਾ ਸੀ ਵੀ ਜੇ ਤੇਰਾ ਸਾਹ ਉੱਚਾ ਤੈਨੂੰ ਕੱਢ ਦੇਣਾ ਬਾਹਰ। ਮੈਂ ਨਾ 5 ਵਾਰੀ ਸੁਸ਼ਮਾ 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 ਕਹਿ ਕੇ ਨਾ ਉਹ ਨਹੀਂ ਸੁਣਿਆ, ਮੈਂ ਹਾਰ ਕੇ ਨਾ ਉਹਨੂੰ ਬੁਲਾਇਆ, ਮੈਂ ਸੁਸ਼ਮਾ ਹੁਣ ਸਾਡੇ ਵੇਲੇ ਮਤਲਬ ਹੱਥ ਮਿਲਾਉਣਾ ਬੜੀ ਵੱਡੀ ਗੱਲ ਹੁੰਦੀ ਸੀ ਸਕੂਲਾਂ 'ਚ ਪੜ੍ਹਦੇ ਆ, ਉਹ ਖੜੀ ਵੀ ਤੂੰ ਮੈਨੂੰ ਹੱਥ ਲਾਇਆ, ਮੈਂ ਕਿਹਾ ਮੈਂ ਤੇਰੇ ਹੱਥ ਜੋੜਦਾ ਪਹਿਲਾਂ ਮੈਡਮ ਨਾਲ ਵੇਖ ਲੈ, ਮੈਂ ਕਿਹਾ ਮੇਰਾ ਪੈਨ ਕਹਿੰਦੀ ਤੂੰ ਉਹ, ਮੈਂ ਕਿਹਾ ਮੈਂ ਤੇਰੇ ਹੱਥ ਜੋੜਦਾ, ਮੈਂ ਗਲਤੀ ਨਾਲ ਲੱਗ ਗਿਆ, ਮੈਨੂੰ ਪੈਨ ਪੁੱਨ ਭੁੱਲ ਗਿਆ ਸਭ, ਮੈਨੂੰ ਬਾਅਦ 'ਚ ਪੁੱਛਿਆ ਉਹਨੇ ਹੌਲੀ, ਕਹਿੰਦੀ ਹਾਂ ਦੱਸ ਕੀ ਨਕਲ ਮਾਰ, ਮੈਂ ਕਿਹਾ ਨਹੀਂ ਮੈਨੂੰ 4 ਕੁਐਸਚਨ ਆਉਂਦੇ ਆ, ਮੈਂ ਆਪਣੇ ਨੂੰ ਆਪਣਾ ਪਟੈਂਡ ਕਰ, ਮੈਂ 4 ਆਉਂਦੇ ਆ, ਮੇਰੇ ਪੈਨ ਦੀ ਸ਼ਾਈ ਮੁੱਕ ਗਈ ਆ, ਪਾਸ ਵੀ ਤੂੰ ਉਹਨੇ ਕਰਾਇਆ। ਉਹਨੂੰ ਪਤਾ ਸੀਗਾ ਵੀ ਇਹ ਨਲਾਇਕ ਕਲਾਸ ਦਾ ਸਭ ਤੋਂ, ਮੈਡਮਾਂ ਨੇ ਨਾ ਰੋਲ ਨੰਬਰ ਉਸ ਹਿਸਾਬ ਨਾਲ ਰੱਖੇ ਹੁੰਦੇ ਸੀ ਵੀ ਆਹ ਇਹਦੇ, ਹਾਲਾਂਕਿ ਮੇਰਾ ਰੋਲ ਨੰਬਰ 13 ਸੀਗਾ, ਉਹਦਾ ਪਤਾ ਨਹੀਂ ਕਿਹੜਾ ਸੀ, ਉਹ ਮੇਰੇ ਅੱਗੇ ਨੰਬਰ ਪਾਇਆ ਹੋਇਆ ਉਹਦਾ, ਮੇਰੇ ਅੱਗੇ ਵੀ ਇੱਕ ਹੁਸ਼ਿਆਰ ਬੱਚਾ ਬਿਠਾਇਆ, ਮੇਰੇ ਪਿੱਛੇ ਵੀ ਹੁਸ਼ਿਆਰ ਬਿਠਾਇਆ ਮੈਡਮ, ਕਿਉਂਕਿ ਮੈਂ ਕਬੱਡੀ 'ਚ ਸੀਗਾ, ਤਾਂ ਉਹਨਾਂ ਨੂੰ ਹੁੰਦਾ ਵੀ ਸਾਡਾ ਬੱਚਾ ਫੇਲ ਨਾ ਹੋਵੇ, ਪੇਪਰ ਉਸ ਹਿਸਾਬ ਨਾਲ ਰੱਖਦੇ ਸੀ, ਉਹਨੇ ਪੇਪਰ ਕਰਾਉਣਾ ਸੀ ਮੇਰਾ, ਮੈਨੂੰ ਕਾਹਲੀ ਸੀ ਵੀ ਜੇ 4 ਆਉਂਦੇ ਉਹਦੇ ਨਵੇੜਾ ਫਟਾਫਟ, ਹੈ ਨਾ, ਜਿਹੜੀ ਪੈਨ ਵਾਲੀ ਤੁਸੀਂ ਗੱਲ ਕੀਤੀ ਉਹ ਪੈਨ ਵਾਲਾ ਵਾਕਿਆ ਮੇਰੀ ਜ਼ਿੰਦਗੀ 'ਚ ਹੋਇਆ ਵਾ। ਅੱਛਾ ਅੱਛਾ, ਮਤਲਬ ਦੇਖ ਲਓ ਕਿੰਨੇ ਖੁਸ਼ ਹੋ ਰਹੇ ਨੇ ਯਾਦ ਕਰਕੇ, ਬਟ ਇਹ ਇਨੋਸੈਂਸ ਹੁੰਦੀ ਹੈ ਬੇਸਿਕਲੀ, ਯਕੀਨ ਬਣ ਖੁਸ਼ ਹੋਣਾ ਨਹੀਂ, ਇੱਕੋ ਹੀ ਤਾਂ ਬੋਰਡ ਦਾ ਸਰਟੀਫਿਕੇਟ 8ਵੀਂ ਦਾ ਬਸ ਮੇਰੇ ਕੋਲ, ਹੋਰ ਤਾਂ ਹੈ ਹੀ ਨਹੀਂ। ਨਹੀਂ ਭਾਜੀ, ਤੁਹਾਡੇ ਕੋਲ ਜਿਹੜਾ ਸਰਟੀਫਿਕੇਟ ਹੈ ਉਹ ਰੱਬ ਦਾ ਦਿੱਤਾ, ਬਹੁਤ ਸੋਹਣਾ। ਚਲੋ ਕੋਈ ਰਿਪੋਰਟ ਕਾਰਡ ਬਣਿਆ ਨਹੀਂ ਦੁਨੀਆ ਤੇ ਇਹੋ ਜਿਹਾ ਤੇ ਜਿਹੜਾ ਕਿਸੇ ਦੀ ਮਤਲਬ ਸੋਚ ਦੇ ਨੰਬਰ ਲਾ ਸਕਦਾ। ਐਗਜ਼ੈਕਟਲੀ, ਆਈ ਅਗਰੀ, ਪਰ ਚਲੋ ਫੇਰ ਵੀ ਉਹ ਵੀ ਜ਼ਰੂਰੀ ਆ। ਯੈਸ, ਜ਼ਰੂਰੀ ਹੈ, ਜ਼ਰੂਰੀ ਹੈ, ਬਿਲਕੁਲ, ਜ਼ਿੰਦਗੀ 'ਚ ਰੰਗ ਭਰਨ ਲਈ ਬਹੁਤ ਜ਼ਰੂਰੀ ਹੈ। ਤੁਹਾਡੇ ਨਾਲ ਕਦੀ ਇਦਾਂ ਹੋਇਆ ਕਰਦੇ ਨੇ ਕਿ ਵੀ ਯੂ ਨੋ, ਜਾਂ ਤੁਸੀਂ ਕਦੀ ਬਚਪਨ ਦੇ ਵਿੱਚ ਸਾਡੇ ਨਾਲ ਹੀ ਹੁੰਦਾ ਕਿ ਬਾਬਾ ਇਹ ਕੰਮ ਜ਼ਰੂਰ ਕਰਦੀ? ਨਹੀਂ, ਮੈਨੂੰ ਛੋਟੇ ਹੁੰਦੇ ਇਹ ਜ਼ਰੂਰ ਦੱਸਿਆ ਸੀ ਮੇਰੀ ਮੰਮੀ ਨੇ ਕਿ ਜਵਾਕਾਂ ਦੀ ਬਹੁਤ ਜਲਦੀ ਸੁਣਦੇ ਆ ਬਾਬਾ ਜੀ, ਅਤੇ ਮੈਂ ਬਸ ਉਹੀ ਲਈ ਫਿਰਦੀ ਹਾਂ ਹਜੇ ਤੱਕ, ਅਤੇ ਮੈਨੂੰ ਹੁਣ ਵੀ ਮਤਲਬ ਮੈਂ ਕੋਈ ਵੀ ਚੀਜ਼ ਮੰਗਣੀ ਅਤੇ ਮੈਂ ਇਹੀ ਕਹਿਣਾ, ਮੈਂ ਸੁਣਿਆ ਤੁਸੀਂ ਜਵਾਕਾਂ ਦੀ ਬਹੁਤ ਜਲਦੀ ਸੁਣਦੇ ਹੋ, ਅਤੇ ਇੱਕ ਤਰ੍ਹਾਂ ਬਲੈਕਮੇਲ ਹੀ ਕਰਨਾ, ਪਤਾ ਲੱਗ ਗਿਆ ਕਿ ਅਤੇ ਉਹ ਮਿਲ ਵੀ ਜਾਣੀ, ਤਾਂ ਫਿਰ ਮੈਂ ਉਹੀ ਲਈ ਬੈਠੀ ਸੱਚੀ, ਹਜੇ ਤੱਕ ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਕਦੋਂ ਇੰਨੀ ਇੰਨੀ ਵੱਡੀ ਉਮਰ ਹੋ ਗਈ, ਅਤੇ ਹਜੇ ਤੱਕ ਉਹੀ ਕਹੀ ਜਾਂਦੇ ਕਿ ਮੈਂ ਸੁਣਿਆ ਤੁਸੀਂ ਜਵਾਕਾਂ ਦੀ ਬਹੁਤ ਜਲਦੀ ਸੁਣਦੇ ਹੋ। ਕਹਿੰਦਾ ਰਾਈਟਰ ਦੀ ਬੜੀ ਸੋਹਣੀ ਨਜ਼ਮ ਹੈ ਮੇਰੀ ਗੱਲ, ਇਹਨਾਂ ਨੇ ਕਹੀ ਵੀ ਬੰਦਾ ਭੋਲੇ ਭਾਅ ਮੰਗ ਲੈਂਦਾ ਤੂੰ ਦੇ ਦਿੰਦਾ, ਉਹ ਕਹਿੰਦਾ ਦਾਤੇ ਨੂੰ ਤੇ ਚਾਰ ਰਹਿੰਦਾ ਦਾਤਾਂ ਵਰਤਾਉਣ ਦਾ, ਵੀ ਦਿੰਦਾ ਤੇ ਉਹ ਹੀ ਦਾਤਾ ਹੀ ਆ, ਕਹਿੰਦਾ ਦਾਤੇ ਨੂੰ ਤੇ ਚਾਰ ਰਹਿੰਦਾ ਦਾਤਾਂ ਵਰਤਾਉਣ ਦਾ, ਸਾਨੂੰ ਨੀ ਤਰੀਕਾ ਆਉਂਦਾ ਝੋਲੀਆਂ ਫਲਾਉਣ, ਸਾਨੂੰ ਹੀ ਨੀ ਮੰਗਣਾ ਆਉਂਦਾ, ਉਹ ਤੇ ਤਿਆਰ ਬੈਠਾ ਦੇਣ ਨੂੰ, ਵੀ ਭੋਲੇ ਭਾਅ ਜੋ ਮਰਜ਼ੀ ਲੈ ਲਓ ਉਹ ਤਿਆਰ ਬੈਠਾ। ਭਾਜੀ ਗੱਲ ਉੱਥੇ ਹੀ ਆ ਗਈ ਨਾ, ਵਪਾਰ ਕਰਨ ਲੱਗ ਗਏ ਅਸੀਂ, ਮੈਂ ਆਪਣੀ ਮਤਲਬ ਗਲਤੀ ਹੈ ਇਹ, ਜਿੱਦਾਂ ਬਚਪਨ 'ਚ ਇੱਦਾਂ ਵੀ ਜੇ ਮੰਦਰ ਮੈਥ ਦੇ ਮੈਂ ਪ੍ਰਸ਼ਾਦ ਚੜ੍ਹਾਉਂਗੀ 11 ਰੁਪਏ ਦਾ, ਤੁਸੀਂ ਮੈਨੂੰ ਪਾਸ ਕਰਾ ਦਿਓ, ਇਨ ਕੇਸ ਨਹੀਂ ਹੋਏ ਨੰਬਰ ਘੱਟ ਆ ਗਏ, ਫਿਰ ਨਾਰਾਜ਼ ਹੋ ਜਾਣਾ, ਪ੍ਰਸ਼ਾਦ ਕਿਉਂ ਚੜ੍ਹਾਉਣਾ, ਗੱਲ ਤੇ ਪਾਸ ਦੀ ਹੋਈ ਸੀ, ਸੋਹਣੇ ਨੰਬਰਾਂ ਦੀ ਮੈਂ ਕੀਤਾ ਡੀਲ, ਹੁਣ ਮੈਨੂੰ ਖੁਦ ਨੂੰ ਅੱਛਾ ਨਹੀਂ ਲੱਗਦਾ। ਅੱਛਾ, ਮੈਨੂੰ ਤਾਂ ਇਹ ਵੀ ਭੋਲੇ ਭਾਈ ਆ, ਤੁਸੀਂ ਇਹ ਚੀਜ਼ ਗਲਤ ਕੀਤੀ, ਤੁਹਾਨੂੰ ਪਤਾ ਕਿਉਂ ਤੁਸੀਂ ਉਹ ਗਲਤ ਕੀਤਾ ਸੀ, ਬਾਬੇ ਨੇ ਤੈਨੂੰ ਪਾਪ ਚੜਾਇਆ, ਬਸ ਬਸ, ਹੈ ਨਾ, ਇਹ ਵੀ ਤੁਹਾਨੂੰ ਕੋਈ ਕੋਈ ਤੁਹਾਨੂੰ ਕਵੇ ਨਾ ਕਵੇ, ਤੁਹਾਡਾ ਦਿਮਾਗ ਆਪੇ ਦੱਸ ਦਿੰਦਾ, ਤੁਹਾਡਾ ਆਪੇ ਦਿਮਾਗ ਦੱਸਦਾ ਵੀ ਅੱਛਾ ਜੇ ਅੱਜ ਤੇਰੇ ਬੂਟ ਗਵਾਚ ਗਿਆ, ਤੂੰ ਵੀ ਤਾਂ ਆਹ ਕੀਤਾ ਸੀ,
ਚਲ ਬਾਬਾ ਜੀ ਨੂੰ ਬਰਾਬਰ ਹੋ ਗਿਆ ਕੰਮ। ਬਲੀਵ ਹੈ, ਦੇਖੋ ਹਰ ਕਮਿਊਨਿਟੀ ਦਾ ਨਾ ਆਪਣਾ ਬਲੀਵ ਰੱਬ ਦੇ ਨਾਲ ਜੁੜਨ ਦਾ ਬੱਚੇ ਨੂੰ ਇੱਕ ਤਰੀਕਾ ਆ, ਤਰੀਕਾ ਆ ਬਸ। ਮੇਰਾ ਤਾਂ ਇਹ ਫਿਲਮ ਉਹਦੇ 'ਤੇ ਹੀ ਆ, ਇਹ ਤਰੀਕੇ 'ਤੇ ਹੀ ਆ ਕਿ ਹਾਂ ਵੀ ਪਿਓ ਜੋੜ ਨਹੀਂ ਰਿਹਾ, ਪਿਓ ਆਪਣੇ ਨਾਲ ਜੋੜ ਰਿਹਾ, ਅਤੇ ਇੱਕ ਘਰ 'ਚ ਕੰਮ ਕਰਨ ਵਾਲੀ ਆ ਜਿਹੜੀ ਵੀ ਉਹ ਨੇੜੀ ਆ ਉਹਨੇ ਜੋੜਤਾ ਵੀ ਇਹ ਨਹੀਂ ਸਭ ਕੁਛ, ਉਹ ਇੱਕ ਹੋਰ ਹੀ ਦੁਨੀਆ ਵਾ ਜਿੱਥੋਂ ਇਹ ਸਭ ਕੁਛ ਆ ਰਿਹਾ। ਜੁੜਨ ਦੀ ਗੱਲ ਆ ਸਾਰੀ, ਜੁੜ ਗਿਆ ਜਿਹੜਾ ਜੁੜ ਗਿਆ ਬਸ, ਇਹ ਵੀ ਤਾਂ ਰਜ਼ਾ ਹੀ ਆ ਜਿਹੜੀ ਉਹ ਕਹੇ ਵੀ ਠੀਕ ਆ। ਉਹਨੂੰ ਥੋੜ੍ਹੀ ਪਤਾ ਸੀ ਕਿ ਮੇਰਾ ਪਿਓ ਵਿਆਹ ਰਿਹਾ, ਹੁਣ ਸੀ ਵੀ ਰੱਬ ਵਿਆਹ ਰਿਹਾ, ਵੀ ਉਹ ਥੋੜ੍ਹੀ ਵਜਾਣ ਰਿਹਾ ਵੀ ਉਹਨੇ ਸੋਚਿਆ ਹੋਣਾ ਮੇਰੇ ਵਾਸਤੇ ਕੁਛ ਸੋਚਿਆ। ਬਿਲੀਵ ਦੀ ਗੱਲ ਹੈ ਸਰ, ਬਿਲੀਵ ਦੀ ਗੱਲ ਹੈ। ਪਰ ਮੈਂ ਉੱਥੇ ਗੱਲ ਕਰਨ ਲੱਗੀ ਹਾਂ ਕਿ ਸਾਡੇ ਸਾਰਿਆਂ ਦੇ ਲਾਈਫ ਦੇ ਵਿੱਚ ਨਾ ਕੋਈ ਫੇਸ ਆਉਂਦਾ। ਨੋਰਮਲ ਡੇਜ਼ ਦੇ ਵਿੱਚ ਠੀਕ ਹੈ, ਅਸੀਂ ਰੱਬ ਦੀਆਂ ਗੱਲਾਂ ਕਰ ਰਹੇ, ਅੱਛਾ ਲੱਗ ਰਿਹਾ, ਪਰ ਇੱਕ ਫੇਸ ਇੱਦਾਂ ਆਉਂਦਾ ਬਾਈ ਇੱਕ ਟਾਈਮ 'ਤੇ ਯਕੀਨ ਥੋੜ੍ਹਾ ਟੁੱਟਦਾ ਕਿ ਹਾਏ ਰੱਬਾ ਤੂੰ ਇੱਦਾਂ ਕਿਉਂ ਕੀਤਾ। ਬਟ ਸਡਨਲੀ ਇੱਕ ਫੇਸ ਸਟਾਰਟ ਹੁੰਦਾ ਜਦੋਂ ਇੱਦਾਂ ਲੱਗਦਾ ਸ਼ੁਕਰ ਹੈ ਰੱਬਾ ਤੂੰ ਇਹ ਕੀਤਾ ਅਤੇ ਅੱਜ ਇਹ ਦਿਨ ਆਇਆ। ਇੱਦਾਂ ਦਾ ਕੋਈ ਮਿਰਾਕਲ ਜਾਂ ਇੱਦਾਂ ਦਾ ਕੋਈ ਲਾਈਫ ਫੇਸ ਹੈ ਜਿਸਨੂੰ ਜਿਸਦੇ ਲਈ ਜਰਨੈਲ ਸਿੰਘ ਜਦੋਂ ਵੀ ਮੱਥਾ ਟੇਕਦੇ ਨੇ ਤਾਂ ਸ਼ੁਕਰਾਨਾ ਕਰਦੇ ਨੇ ਵੀ ਸ਼ੁਕਰ ਹੈ ਰੱਬਾ ਉਹ ਹੋਇਆ ਸੀ ਅਤੇ ਤੂੰ ਇਸ ਚੀਜ਼ ਨੂੰ ਜ਼ਿੰਦਗੀ 'ਚ ਇੱਦਾਂ ਲੈ ਕੇ ਆਇਆ। ਦੇਖੋ ਮੇਰੀ ਜ਼ਿੰਦਗੀ ਦੇ ਵਿੱਚ ਮੈਨੂੰ ਲੱਗਦਾ ਕਿ ਕੋਈ ਇੱਕ ਸ਼ਖਸ ਨਹੀਂ ਹੈਗਾ ਜਿਹਨੇ ਰੱਬ ਬਣ ਕੇ ਮੇਰੀ ਬੇੜੀ ਕੰਢੇ ਲਾਈ ਆ, ਕੋਈ ਇੱਕ ਨਹੀਂ ਹੈਗਾ, ਕਈ ਨੇ, ਕਈ ਨੇ। ਮਤਲਬ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਪਤਾ ਨਹੀਂ ਤੁਹਾਨੂੰ ਸਮਝ ਆਉਣੀ ਕਿਵੇਂ ਉਹ ਗੱਲ। ਮੈਂ ਪਰਮਿਸ਼ਨ ਲੈਣ ਗਿਆ ਇੱਕ ਫਿਲਮ ਸੀ ਮਟਰੂ ਕੀ ਬਿਜਲੀ ਕਾ ਮੰਡੋ, ਉਹਦਾ ਸ਼ੂਟ ਇੱਥੇ ਗੋਪਾਲੋ ਸਰਹੰਦ ਲਾਗੇ ਸ਼ੂਟ ਸੀਗਾ। ਅਤੇ ਸਾਨੂੰ ਇੱਕ ਚੀਜ਼ ਸਿਖਾਈ ਗਈ ਸੀ ਕਿ ਕਦੀ ਨਾ ਨਹੀਂ ਕਰਨੀ। ਪ੍ਰੋਡਕਸ਼ਨ ਕੰਟਰੋਲਰ ਉਹ ਹੁੰਦਾ, ਲਾਈਨ ਪ੍ਰੋਡਿਊਸਰ ਉਹ ਆ ਜਿਹਦੀ ਡਿਕਸ਼ਨਰੀ ਦੇ ਵਿੱਚ ਏ ਤੋਂ ਲੈ ਕੇ ਜ਼ੈਡ ਤੱਕ ਸਾਰੇ ਅੱਖਰ ਹੈ, ਐਨ ਨਹੀਂ ਹੈਗਾ, ਨੋ ਨੋ ਨਹੀਂ ਹੈਗਾ। ਨੋ ਜੇ ਹੈਗਾ ਵੀ ਤਾਂ ਮੌਕੇ 'ਤੇ ਨੋ ਨਹੀਂ ਕਹਿਣਾ ਜੀ, ਉਦੋਂ ਇਹ ਪਟੈਂਡ ਕਰਨਾ ਭਾਜੀ ਇਹ ਪਰਵਾਹ ਨਾ ਕਰੋ, ਇਹ ਤਾਂ ਐਂ ਚੱਕ। ਉਹ ਮੈਨੂੰ ਕਹਿੰਦੇ ਆਹ ਕਰਨਾ ਜੀ, ਉਹ ਕਰਨਾ ਜੀ, ਉਹ ਕਰਨਾ, ਉਹ ਫਲਾਣਾ ਕਰਨਾ। ਉਹਦੇ 'ਚ ਨਾ ਇੱਕ ਸੀਨ ਸੀਗਾ ਸੀਐਮ ਐ ਸਟੇਟ ਦੀ, ਅਤੇ ਉਹਨੂੰ ਵਿਧਾਨ ਸਭਾ ਚਾਹੀਦੀ ਸੀ ਜੀ, ਚੰਡੀਗੜ੍ਹ ਦੀ ਵਿਧਾਨ ਸਭਾ 'ਚ ਸ਼ੂਟਿੰਗ ਸੀ। ਮੈਂ ਉਹੀ ਮੇਰੇ ਉਹੀ ਫਤੂਰ 'ਚ ਫਿਰੀ ਗਿਆ ਸੀ, ਯੋਹਾਨੀ ਭਾਜੀ ਹੋ ਜੂਗਾ ਕੋਈ ਚੱਕਰ ਨਹੀਂ। ਮੈਂ ਪਾਇਆ ਗੱਡੀ ਦਾ ਗੇਅਰ, ਮੈਨੂੰ ਵਿਧਾਨ ਸਭਾ ਦਾ ਰਾਹ ਨਾ ਪਤਾ, ਉਦੋਂ ਮੈਂ ਵੀ ਨੂੰ ਵੀ ਗੇਟਰ ਵਾਲਾ ਕਾ। ਇਹ ਗੱਲ ਹੈਗੀ 2011 ਦੀ, ਉੱਧਰ ਸਨ ਆਫ ਸਰਦਾਰ ਚੱਲਦੀ ਸੀ ਸ਼ੂਟਿੰਗ, ਇੱਧਰ ਮਟਰੂ ਕੀ ਬਿਜਲੀ ਕਾ ਮੰਡੋਲਾ, ਦੋਵੇਂ ਫਿਲਮਾਂ ਪੈਰਲਰ ਸੀਗੀਆਂ। ਮੈਂ ਪਾਇਆ ਗੇਅਰ ਅਤੇ ਮੈਨੂੰ ਇੰਨਾ ਪਤਾ ਵੀ ਇੱਧਰ ਜੇ ਝੀਲ ਦੋਵਾਂ ਕਿ ਐਂ ਮੁੜੀ ਦਾ ਆਖਰੀ ਚੌਂਕ ਤੋਂ ਉੱਥੋਂ ਸਿੱਧਾ ਜਾਓ ਅਤੇ ਸਾਹਮਣੇ ਹਾਈ ਕੋਰਟ ਆ, ਹਾਈ ਕੋਰਟ ਦੇ ਲਾਗੇ ਹੀ ਆ ਕਿਤੇ। ਉਹ ਮੈਂ ਅੱਗੇ ਕਹਿੰਦੇ ਲਿਖਿਆ ਸੀ ਵਿਧਾਨ ਸਭਾ, ਮੈਂ ਕਿਹਾ ਬਣ ਗਈ ਗੱਲ। ਮੈਂ ਗੱਡੀ ਮੋੜੀ, ਮੇਰੇ ਮਗਰ 7-8 ਗੱਡੀਆਂ ਦਾ ਕਾਫਲਾ, ਬੰਬੇ ਤੋਂ ਆਏ ਹੋਏ ਸਾਰੇ ਜਣੇ। ਮੈਂ ਗਿਆ ਉੱਥੇ ਪਹੁੰਚਿਆ ਅਤੇ ਉਹ ਕੁਦਰਤੀ ਗੱਲ ਕਿ ਗਾਂਹ ਇੱਕ ਬੰਦਾ ਬੈਠਾ ਸੀਗਾ, ਉਹਨਾਂ ਨੂੰ ਲੱਗਿਆ ਕਿਤੇ ਵੀ ਇਹ ਮਤਲਬ ਜਦੋਂ ਵਿਜ਼ਿਟਰ ਵੀ ਆਉਂਦੇ ਆ ਨਾ, ਵਿਜ਼ਿਟਰ ਵੀ ਵੇਖਣ ਜਾਂਦੇ ਜੀ, ਕਿਉਂਕਿ ਚੰਡੀਗੜ੍ਹ ਦਾ ਉਹ ਬੇਸਿਕਲੀ ਅਟਰੈਕਸ਼ਨ ਹੈ, ਵਿਧਾਨ ਸਭਾ ਹਾਈ ਕੋਰਟ ਇੱਕੋ ਹੀ ਆ। ਤੋ ਮੈਂ ਗਿਆ ਅਤੇ ਮੈਂ ਜਾ ਕੇ ਉਹਦੇ ਨਾਲ ਗੱਲ ਕੀਤੀ, ਮਾੜਾ ਮੋਟਾ ਨੋਨ ਵੀ ਸੀ ਫੇਸ, ਉਹ ਗਾਂਹ ਪੰਜਾਬੀ ਸੀ। ਉਹ ਕਹਿੰਦਾ ਹਾਂਜੀ ਖਾਲਸਾ ਜੀ। ਮੈਂ ਕਿਹਾ ਜੀ ਵਿਧਾਨ ਸਭਾ ਦੇਖਣ ਆਏ ਆ, ਬੰਬੇ ਤੋਂ ਆਏ ਨੇ, ਫਿਲਮ ਦੀ ਸ਼ੂਟਿੰਗ ਕਰਨੀ ਇਹਨਾਂ ਨੇ। ਉਹਨਾਂ ਨੂੰ ਲੱਗਿਆ ਵੀ ਇਹ ਐਕਟਰ ਹੈ ਬੰਦਾ, ਇਹ ਪੁੱਛਿਆ ਹੀ ਹੋਣਾ, ਜਾਓ ਕਹਿੰਦਾ ਚਲੋ ਸਾਹਮਣੇ ਕਾਊਂਟਰ 'ਤੇ ਜਾਓ, ਉੱਥੇ ਗੱਲ ਕਰੋ। ਗੱਲ ਬਲੀਵ ਤੁਰੀ ਗਿਆ ਮਨ 'ਚ, ਦੱਬੇ ਸੱਚੇ ਪਾਤਸ਼ਾਹ ਅੱਜ ਟਪਾ ਦੇ, ਅੱਜ ਵੇਖ ਲੈਣ ਵਾਸਤੇ ਪਰਮਿਸ਼ਨ ਭਾਵੇਂ ਨਾ ਮਿਲੇ, ਕੋਈ ਮੁੱਦਾ ਨਹੀਂ ਵੀ ਕੱਲ ਨੂੰ ਇਹ ਨਾ ਕਹਿਣ ਤੂੰ ਦਿਖਾ ਹੀ ਨਹੀਂ ਸਕਿਆ, ਤੂੰ ਪਰਮਿਸ਼ਨ ਕੀ ਲੈ ਕੇ ਦੇਣੀ ਹੈ। ਮੈਂ ਗਿਆ ਉੱਥੇ ਗੱਲ ਕੀਤੀ, ਗਾਂਹ ਜਾਂਦਿਆਂ ਮੇਰਾ ਜਾਣਕਾਰ ਨਿਕਲ ਆਇਆ ਬੰਦਾ ਜਿਹੜਾ ਉੱਥੇ ਬੈਠਾ ਸੀ ਨਾ, ਉਹ ਮੈਂ 40 ਸੈਕਟਰ ਗੁਰਦੁਆਰੇ ਗੱਤਕਾ ਖੇਡਦਾ ਸੀਗਾ, ਅਤੇ ਉੱਥੇ ਕਮੇਟੀ 'ਚ ਸੀ ਉਹ। ਉਹ ਮੈਨੂੰ ਕਹਿੰਦਾ ਜਰਨੈਲ ਸਿੰਘ ਕਿੱਦਾਂ? ਮੈਂ ਕਿਹਾ ਜੀ ਆਹ ਫਿਲਮ ਵਾਲੇ ਆਏ, ਇਹਨਾਂ ਨੇ ਵਿਧਾਨ ਸਭਾ ਦੇਖਣੀ। ਕਹਿੰਦਾ ਕਿਹੜੀ ਵੇਖਣੀ? ਹਰਿਆਣੇ ਵਾਲੀ ਕਿ ਪੰਜਾਬ ਵਾਲੀ? ਮੈਨੂੰ ਉੱਥੇ ਪਹੁੰਚ ਕੇ ਮਤਲਬ, ਕਹਿੰਦੇ ਹਮਾਰੀ ਹੀਰੋਇਨ ਫਿਲਮ ਤੋਂ ਹਰਿਆਣਵੀ ਹੈ, ਮਟਰੂ ਕੀ ਬਿਜਲੀ ਹਰਿਆਣਵੀ ਫਿਲਮ ਸੀ।
ਮੈਂ ਕਿਹਾ ਹਰਿਆਣਵੀ ਆ, ਪਰ ਕਹਿੰਦਾ ਉਹ ਤਾਂ ਬੰਦ ਹੋ ਗਈ ਆ, ਤੁਸੀਂ ਇੱਧਰ ਹੀ ਦੇਖ ਲਓ। ਮੈਂ ਗਿਆ, ਔਰ ਉਹਨਾਂ ਨੇ, ਉਹਨਾਂ ਨੂੰ ਜ਼ਿਆਦਾ ਨਹੀਂ ਚਾਹੀਦਾ, ਉਹਨਾਂ ਨੂੰ ਰੈਂਪ ਚਾਹੀਦੇ ਸੀ। ਬੰਬੇ ਵਾਲੇ ਥੋੜ੍ਹੇ ਜਿਹੇ ਚੂਜ਼ੀ ਹੁੰਦੇ ਕਿ ਹਮ ਔਥੈਂਟਿਕ ਲੋਕੇਸ਼ਨ 'ਤੇ ਸ਼ੂਟ ਕਰੇਗੇ, ਚੀਟ ਵੀ ਹੋ ਸਕਦੀ ਸੀ ਕਿਤੇ। ਰੈਂਪ ਰੂਪ ਜੇ ਵੇਖਿਓ, ਉਹਨਾਂ ਦੇਖਿਆ ਵੱਡੀਆਂ ਫੋਟੋਆਂ ਲੱਗੀਆਂ ਅਤੇ ਓਕੇ ਆ ਚਲੋ। ਸ਼ਬਾਨਾ ਆਜ਼ਮੀ ਨੇ ਸ਼ੂਟ ਕਰਨਾ ਸੀ ਉੱਥੇ, ਮੈਂ ਆਇਆ ਅਤੇ ਨਿਬੜ ਗਿਆ, ਮਤਲਬ ਬਿਲੀਵ ਦੀ ਗੱਲ ਕਰ। ਮੈਨੂੰ ਕਹਿੰਦੇ ਪਰਮਿਸ਼ਨ ਪਾ ਦਿਉ। ਹੁਣ ਮੈਂ ਸੋਚਾਂ ਮੈਂ ਕਿਹਤੋਂ ਫੋਨ ਕਰਾਵਾਂ, ਕਿਹਨੂੰ ਕਹਾਂ, ਕਿੱਦਾਂ ਹੋਊਗਾ। ਚਾਰ ਪੰਜ ਜਣਿਆਂ ਦਾ ਡਿਸਕਸ ਕੀਤਾ ਕਰਦੇ 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 ਨੂੰ, ਮੈਂ ਕਿਹਾ ਲੈਟਰ 'ਤੇ ਪੁੱਟਅਪ ਕਰਾਂ। ਇੱਕ ਨੋਡਲ ਆਫਿਸਰ ਹੁੰਦਾ ਸੀ, ਲੇਕ ਕਲੱਬ ਬਹਿੰਦੇ ਸੀ। ਮੈਂ ਗਿਆ ਅਤੇ ਮੈਂ ਲੈਟਰ ਪੁੱਟਅਪ ਕੀਤਾ, ਜੇ ਵਿਧਾਨ ਸਭਾ ਲਿਖਿਆ, ਮੈਂ ਜਿਹੜਾ ਵਿਧਾਨ ਸਭਾ ਲਿਖਿਆ। ਮੈਂ ਕਿਹਾ ਹਾਂਜੀ ਸਰ, ਚੰਡੀਗੜ੍ਹ ਦੀ ਐਂਟਰੀ ਆਉਂਦੀ ਆ, ਉਹ ਸਾਰੀਆਂ ਪਰਮਿਸ਼ਨਸ ਉਹ ਦਿੰਦੇ ਸੀ। ਕਹਿੰਦਾ ਚਲੋ ਓਕੇ ਠੀਕ ਆ, ਉਹਨੇ ਸਾਈਨ ਕੀਤਾ। ਵਿਧਾਨ ਸਭਾ ਦੀ ਲੈਟਰ ਵੱਖਰੀ ਬਣਾ ਕੇ ਮਿਲਦੀ, ਕਹਿੰਦਾ ਉੱਥੇ ਜਾ, ਉੱਥੇ ਫਲਾਣਾ ਬੰਦਾ ਬੈਠਾ, ਉਹਨੂੰ ਮਿਲ ਲਈ। ਮੈਂ ਗਿਆ ਇਸ ਵਾਰ ਲੈਟਰ ਲੈ ਕੇ, ਮੈਂ ਕਿਹਾ ਸਰ ਲੈਟਰ ਉਹਨੂੰ ਮਿਲਣਾ। ਕਹਿੰਦਾ ਅੱਛਾ, ਇਹਨੂੰ ਮਿਲਣਾ, ਉੱਪਰ ਬੈਠੇ ਆ। ਉਹ ਸੀ ਸਪੀਕਰ ਜਿਹੜਾ ਹੁੰਦਾ ਨਾ, ਸਪੀਕਰ, ਸਪੀਕਰ ਦਾ ਅਸਿਸਟੈਂਟ, ਬੇਸਿਕਲੀ ਵਿਧਾਨ ਸਭਾ ਸਪੀਕਰ ਦੇ ਅੰਡਰ ਆ। ਹਾਂਜੀ, ਉਹਨਾਂ ਦਾ ਫਸਟ ਜਿੱਦਾਂ ਹੁੰਦਾ ਨਾ ਅਸਿਸਟੈਂਟ, ਉਹ ਮੈਂ ਗਿਆ, ਉਹ ਵੀ ਗਾਂ, ਹਾਏ ਹੈਲੋ ਤੇ ਮਾੜੀ ਮੋਟੀ ਸ਼ਕਲ ਤੋਂ ਪਛਾਣਦੀ ਸੀ। ਮੈਂ ਕਿਹਾ ਜੀ ਆ, ਕਹਿੰਦੇ ਪਰਮਿਸ਼ਨ ਕਿਹਨੇ ਦਿੱਤੀ ਹੈ ਜੀ ਵਿਧਾਨ ਸਭਾ ਦੀ ਤੁਹਾਨੂੰ? ਮੈਂ ਕਿਹਾ ਜੀ ਨੋਡਲ ਅਫਸਰ ਨੇ। ਮੈਂ ਕਹਿੰਦਾ ਕਿਹੜੇ? ਮੈਂ ਕਿਹਾ ਸਿਟਕੋ ਦੇ, ਸਿਟਕੋ ਚੰਡੀਗੜ੍ਹ ਦਾ। ਅੱਛਾ, ਕਹਿੰਦਾ ਹਾਂ ਯਾਰ ਹੈ ਤੇ ਉੱਤੇ। ਚਲੋ, ਕਹਿੰਦਾ ਕੋਈ ਨਹੀਂ, ਲਓ ਸਾਈਨ ਤਾਂ। ਉਹਨੇ ਸਾਈਨ ਕੀਤਾ ਇੱਦਾਂ ਹੀ। ਕੀ ਬਾਤ ਹੈ, ਵਾਹਿਗੁਰੂ। ਤੁਸੀਂ, ਮੈਂ ਤੁਹਾਨੂੰ ਸਿਰਫ ਇੱਕ ਵਾਕਿਆ ਦੱਸਿਆ ਵੀ ਮੇਰੀ ਜ਼ਿੰਦਗੀ 'ਚ ਇੱਕ ਨਹੀਂ ਆਇਆ ਰਾਬਣ, ਕਈ ਆਏ। ਮੈਨੂੰ ਲੱਗਦਾ ਹਰ ਉਹ ਬੰਦਾ ਜਿਹਨੇ ਪ੍ਰੋਬਲਮ ਨੂੰ ਹੱਲ ਕੀਤਾ, ਉਹ ਉਹਨੂੰ ਯਾਦ ਕਰਨ 'ਤੇ ਆਇਆ ਵੀ ਆ ਜਾ, ਉਹਨੂੰ ਯਾਦ ਕਰਨ 'ਤੇ ਉਤਰਿਆ। ਬਸ ਗੱਲ ਸਿਰਫ ਇੰਨੀ ਵੀ ਇੱਕ ਬੇੜੀ 'ਚ ਆ ਰਹੀ ਸੀ, ਬੇੜੀ 'ਚ ਕਈ ਬੰਦੇ ਸੀਗੇ, ਕਈ ਜਾਣੇ ਸੀਗੇ, ਤੇ ਉਹ ਬੇੜੀ 'ਚ ਸ਼ੇਕ ਹੋ ਗਿਆ। ਬੇੜੀ 'ਚ ਸ਼ੇਕ ਹੋ ਗਿਆ ਅਤੇ ਕਈਆਂ ਨੇ ਛਾਲ ਮਾਰਤੀ, ਕਈਆਂ ਨੇ ਜੈਕਟ ਪਾ ਲਈ, ਕੰਢਾ ਲੱਗ ਗਈ ਸੀ, ਕੋਈ ਤੈਰ ਕੇ ਪਹੁੰਚ ਗਏ, ਉੱਥੋਂ ਲਾਗੋਂ ਬੇੜੀ ਲੈ ਕੇ ਆ ਗਿਆ ਵੀ ਜਿਹੜੇ ਰਹਿ ਗਏ ਮੈਂ ਲੈ ਜਾਵਾਂ। ਮੇਰੇ ਵਰਗਾ ਵਿੱਚ ਬੈਠਾ ਸੀ, ਮੈਨੂੰ ਕਹਿੰਦਾ ਮੈਂ ਤਾਂ ਸੱਚੇ ਪਾਤਸ਼ਾਹ ਨੂੰ ਯਾਦ ਕੀਤਾ, ਉਹੀ ਆਊਗਾ। ਉਹ ਕਰਦਿਆਂ ਕਰਦਿਆਂ ਪਾਣੀ ਭਰੀ ਗਿਆ, ਭਰੀ ਗਿਆ, ਭਰੀ ਗਿਆ, ਕਈ ਜਾਣੇ ਆਏ ਵੀ ਚੱਲ, ਉਹ ਕਹਿੰਦਾ ਰੱਬ ਆਊਗਾ, ਮੇਰਾ ਰੱਬ 'ਤੇ ਬਿਲੀਵ ਹੈ। ਉਹ ਡੁੱਬ ਗਈ ਬੇੜੀ, ਮਰ ਗਿਆ, ਉੱਪਰ ਪਹੁੰਚਿਆ, ਕਹਿੰਦਾ ਰੱਬਾ ਮੈਂ ਤੇ ਇੰਨਾ ਵਿਸ਼ਵਾਸ ਕੀਤਾ, ਤੂੰ ਆਇਆ ਨਹੀਂ। ਉਹ ਕਹਿੰਦਾ ਜਿਹੜੇ ਆਏ ਸੀ ਉਹ ਮੈਂ ਹੀ ਸੀ, ਹੋਰ ਕੌਣ ਸੀ? ਜਿਹੜੇ ਵਾਰ ਵਾਰ ਤੇਰੇ ਕੋਲ ਆਉਂਦੇ ਸੀ ਉਹ ਮੈਂ ਹੀ ਸੀ, ਉਹ ਆਪ ਥੋੜ੍ਹੀ ਆਏ ਸੀ। ਗੱਲ ਤੇ ਉੱਥੇ ਹੀ ਆ, ਉੱਥੇ ਹੀ ਆ ਵੀ ਬਲੀਵ, ਤੁਸੀਂ ਬਸ ਵਿਸ਼ਵਾਸ, ਕੋਈ ਇੱਕ ਨਹੀਂ ਆਉਂਦਾ ਜ਼ਿੰਦਗੀ 'ਚ ਤੁਹਾਡੀ, ਤੁਹਾਡੀ ਬਾਈ ਇਸੇ ਮੋੜ ਤੇ ਤੁਹਾਨੂੰ ਕੋਈ ਨਾ ਕੋਈ ਖੜਾ ਮਿਲਦਾ। ਪਰ ਤੁਹਾਡੀ ਇਸੇ ਗੱਲ ਨੂੰ ਮੈਂ ਵੱਡਾ ਕਰਾਂਗੀ, ਫਿਰ ਤੁਹਾਡੇ ਤੋਂ ਮੈਂ ਇਸ ਗੱਲ ਦਾ ਆਨਸਰ ਲਵਾਂਗੀ, ਮਿਰਾਕਲ ਪੁਆਇੰਟ ਦਾ। ਇੱਕ ਇਸ ਗੱਲ ਨੂੰ ਮੈਂ ਥੋੜਾ ਵੱਡਾ ਕਰਨਾ ਚਾਹਾਂਗੀ, ਜਿਹੜੀ ਤੁਸੀਂ ਇਹ ਗੱਲ ਕਹੀ ਨਾ ਵੀ ਉਹ ਸਮਝ ਹੀ ਨਹੀਂ ਪਾਇਆ, ਇੰਡੀਕੇਸ਼ਨਸ ਤਾਂ ਦਿੰਦਾ ਰੱਬ। ਅੱਜ ਕੱਲ ਇੰਨੀ ਨੈਗੇਟਿਵਿਟੀ ਹਰ ਇੱਕ ਦੇ ਮਾਈਂਡ ਦੇ ਵਿੱਚ ਬਿਲਟ ਅਪ ਹੋ ਚੁੱਕੀ ਹੈ ਭਾਈ, ਕਿ ਜੇ ਕੁਛ ਚੰਗਾ ਹੋ ਰਿਹਾ ਤੇ ਮੈਂ ਕੀਤਾ, ਜੇ ਕੁਛ ਮਾੜਾ ਹੋ ਗਿਆ ਤਾਂ ਪਤਾ ਨਹੀਂ ਰੱਬ ਨੇ ਕਿਉਂ ਕੀਤਾ। ਉਹ ਰੱਬ ਦੇ ਜ਼ਿੰਮੇਵਾਰੀ ਅਸੀਂ ਪਾਈ ਜਾ ਰਹੇ ਹਾਂ ਵੀ ਮਾੜਾ ਰੱਬ ਕਰੀ ਜਾ ਰਿਹਾ, ਚੰਗਾ ਅਸੀਂ ਕਰ ਰਹੇ ਹਾਂ। ਇਹ ਤੋਂ ਤੁਸੀਂ ਕੀ ਸਮਝਦੇ ਹੋ ਜਾਂ ਸਿਆਣੇ ਕੀ ਕਹਿੰਦੇ ਨੇ ਇਹਨੂੰ ਲੈ ਕੇ ਕਿ ਸ਼ਾਇਦ ਥੋੜਾ ਅੱਛਾ ਮੈਸੇਜ ਆਵੇ? ਦੇਖੋ, ਇਹ ਜਿਹੜੀ ਜਿਹੜਾ ਸੁਭਾਅ ਬਣ ਗਿਆ ਨਾ, ਇਹ ਸੁਭਾਅ ਬਣ ਗਿਆ ਉਹ ਇਹਦੇ ਕਰਕੇ ਆ, ਇਹਨੇ ਸਾਡਾ ਸੁਭਾਅ ਇਹੋ ਜਿਹਾ ਬਣਾ ਦਿੱਤਾ। ਕਿਉਂਕਿ ਸਾਨੂੰ, ਦੇਖੋ ਮੈਂ ਇੱਕ ਜਗ੍ਹਾ ਪੜ੍ਹਨ ਰਿਹਾ ਸੀਗਾ ਕਿ ਇਹਦਾ ਰੈਕਟ ਕੀ ਪੈਂਦਾ ਤੁਹਾਡੇ ਦਿਮਾਗ 'ਤੇ। ਜੀ, ਸਾਡਾ ਮਾਇੰਡ ਜਿਹੜਾ ਨਾ, ਇੱਕ ਦਿਨ ਦੇ ਵਿੱਚ ਜੇ ਆਪਾਂ ਕਿਤਾਬ ਪੜ੍ਹਦੇ ਹਾਂ, ਕੁਛ ਵੀ ਪੜ੍ਹਦੇ ਹਾਂ, ਕੋਈ ਚੀਜ਼ਾਂ ਕਰਦੇ, ਅਤੇ ਦੋ ਜਾਂ ਤਿੰਨ ਪੰਨੇ ਸਾਡੇ ਦਿਮਾਗ ਦੇ ਵਿੱਚ ਸਟੋਰ ਹੋ ਸਕਦੇ ਆ, ਉਹ ਤੋਂ ਬਾਅਦ ਯਾਦਾਂ ਉਮਰ ਦੇ ਹਿਸਾਬ ਨਾਲ ਨਹੀਂ ਹੋ ਸਕਦੀਆਂ। ਅਸੀਂ ਇੱਕ ਚੀਜ਼ ਵੇਖਦੇ ਹਾਂ, ਹਜੇ ਸਿਰਫ ਇੱਕ ਗੱਲ ਕਹੀ ਹੁੰਦੀ, ਚੱਲ ਲੱਗੇ, ਚੱਲ ਲੱਗੇ, ਹਜ਼ਾਰ ਤੋਂ ਉੱਪਰ ਅਸੀਂ ਸਕਰੋਲ ਵੇਖਦੇ ਹਾਂ, ਦਿਮਾਗ ਕਿੱਧਰ ਜਾਊਗਾ? ਉਹ ਫਿਰ ਉਹ ਫਰਸਟ੍ਰੇਸ਼ਨ ਕਿੱਥੇ ਨਿਕਲਦੀ ਆ? ਆਪਣੇ ਯਾਰਾਂ ਦੋਸਤਾਂ ਫੈਮਿਲੀ ਪਰਿਵਾਰ ਇਹਨਾਂ ਸਾਰਿਆਂ ਦੇ ਉੱਤੇ। ਸਾਨੂੰ ਇੱਕ ਚੀਜ਼ ਹੈ, ਇਸ ਚੀਜ਼ ਦਾ ਹੱਲ ਪਤਾ ਕੀ ਹੈ, ਸਲਿਊਸ਼ਨ ਕੀ ਹੈ ਇਸ ਚੀਜ਼ ਦਾ? ਇਸ ਚੀਜ਼ ਦਾ ਸਲਿਊਸ਼ਨ ਹੈ ਆਹ, ਕੁਛ ਨਹੀਂ ਕਰਨਾ ਤੁਸੀਂ, ਉਸ ਰੱਬ ਦੇ ਨਾਂ ਦਾ ਆਪਣੇ ਮੰਜੇ 'ਤੇ ਬਹਿ ਕੇ, ਜ਼ਰੂਰੀ ਨਹੀਂ ਵੀ ਤੁਸੀਂ ਨਹਾ ਧੋ ਕੇ ਜਾ ਕੇ ਕਿਸੇ, ਜਿੱਥੇ ਤੁਹਾਨੂੰ ਜੀ ਕਰਦਾ, ਕਿਸੇ ਪਾਰਕ 'ਚ, ਕਿਤੇ ਗੱਡੀ 'ਚ ਚੱਲਦੇ ਆ, ਉਹਦਾ ਧਿਆਨ ਧਰ ਲਓ ਬਸ ਥੋੜ੍ਹਾ ਜਿਹਾ।
ਉਹਦਾ ਧਿਆਨ ਤੁਹਾਨੂੰ ਉਹ ਧਿਆਨ ਹੈ ਨਾ ਜਿਹੜਾ ਉਹ ਤੁਹਾਡੇ ਦਿਮਾਗ ਦੇ ਵਰਵਲਿਆਂ ਨੂੰ ਸ਼ਾਂਤ ਕਰ ਦਿੰਦਾ ਬਸ ਸ਼ਾਂਤ ਜਿੱਦਣ ਹੋ ਗਏ ਉਹ ਤੁਹਾਡੀ ਸਪੇਸ ਬਣ ਗਈ ਫਿਰ ਸਪੇਸ ਬਣਾਉਂਦਾ ਫਿਰ ਉਹ ਜੋ ਮਰਜ਼ੀ ਬਸ ਗੱਲ ਹੈ ਵੀ ਮੰਨਣਾ ਮੰਨਣਾ ਰਾਈਟ ਸੋ ਹੁਣ ਮੈਂ ਤੁਹਾਡੇ 'ਤੇ ਆਉਣਾ ਚਾਹਾਂਗੀ ਹੈ ਜਿੱਦਾਂ ਉਹਨਾਂ ਨੇ ਕਿਹਾ ਵੀ ਇੱਕ ਵਾਰ ਨਹੀਂ ਬਥੇਰੀ ਵਾਰ ਇੱਦਾਂ ਦੇ ਮੇਰਾ ਕੱਲ੍ਹ ਸੋਏ ਨੇ ਕੋਈ ਨਾ ਕੋਈ ਜ਼ਰੀਆ ਰੱਬ ਦਾ ਬਣ ਕੇ ਆਇਆ ਰੂਪੀ ਨਾਲ ਲਾਈਫ ਦੇ ਵਿੱਚ ਇਹ ਮੂਮੈਂਟ ਕਦੋਂ ਹੋਇਆ ਜਿਹੜਾ ਕਦੀ ਭੁਲਾਇਆ ਨਹੀਂ ਜਾ ਸਕਦਾ ਬਸ ਸ਼ੁਕਰਾਨਾ ਹੀ ਕੀਤਾ ਜਾਂਦਾ ਮੈਨੂੰ ਲੱਗਦਾ ਜੀ ਆਹ ਫਿਲਮ ਕਰਨਾ ਵੀ ਬਹੁਤ ਮਤਲਬ ਜੇ ਮੈਂ ਪ੍ਰੈਜੈਂਟ ਮੂਮੈਂਟ ਦੀ ਗੱਲ ਕਰਾਂ ਤਾਂ ਰਾਈਟ ਨਾਓ ਤਾਂ ਇਹ ਫਿਲਮ ਆ ਬਾਕੀ ਸੱਚੀ ਦੱਸਾਂ ਤਾਂ ਗਾਣਿਆਂ 'ਚ ਆਉਣਾ ਫਿਲਮਾਂ 'ਚ ਆਉਣਾ ਇਹੀ ਬਹੁਤ ਵੱਡੀ ਗੱਲ ਸੀ ਸਾਡੀ ਫੈਮਿਲੀ ਲਈ ਮੇਰੇ ਲਈ ਇਹ ਮਿਰਕਲ ਦੇ ਮਤਲਬ ਇਟਸ ਨੋ ਲੈਸ ਦੈਨ ਅ ਮਿਰਕਲ ਕਿਉਂਕਿ ਲਾਈਕ ਮੈਂ ਪਹਿਲਾਂ ਕਿਹਾ ਇਹ ਚੀਜ਼ਾਂ ਸਾਡੇ ਲਈ ਬਹੁਤ ਦੂਰ ਲੱਗਦੀਆਂ ਨੇ ਕਿਉਂਕਿ ਤੁਸੀਂ ਕਦੇ ਸੋਚਿਆ ਨਹੀਂ ਹੁੰਦਾ ਤੁਹਾਨੂੰ ਟੀ ਵੀ 'ਤੇ ਦੇਖ ਕੇ ਤੁਹਾਨੂੰ ਲੱਗਦਾ ਹੁੰਦਾ ਵੀ ਕਿੱਦਾਂ ਕਿੱਦਾਂ ਸ਼ੁਰੂ ਕਿੱਦਾਂ ਕਰੀਦਾ ਉਦੋਂ ਲੱਗਦਾ ਹੁੰਦਾ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਵੀ ਕਿਹਨੂੰ ਮਿਲਣਾ ਕਿੱਥੇ ਜਾਣਾ ਅਤੇ ਸੱਚੀ ਦੱਸਾਂ ਆਟੋਮੈਟਿਕਲੀ ਇਹ ਚੀਜ਼ਾਂ ਹੁੰਦੀਆਂ ਹੈਗੀਆਂ ਮੈਂ ਅੱਜ ਸਰ ਨੂੰ ਦੱਸ ਰਹੀ ਸੀ ਵੀ ਅਸੀਂ ਅਸ਼ਕੇ ਕੀਤੀ ਜਾਂ ਗਾਣੇ ਕੀਤੇ ਉਹ ਬਾਈ ਚਾਂਸ ਹੋਏ ਕਿਉਂਕਿ ਮੈਂ ਸੈੱਟ 'ਤੇ ਵੈਸੇ ਹੀ ਸੀਗੀ ਟੀਮ ਦਾ ਇੱਕ ਹਿੱਸਾ ਸੀ ਅਸੀਂ ਮੈਂ ਲਾਈਟਾਂ 'ਚ ਕੋਸਟਿਊਮ 'ਚ ਹੈਲਪ ਕਰ ਰਹੀ ਸੀ ਉਦੋਂ ਕੋਈ ਨਹੀਂ ਸੀਗਾ ਉਹ ਫਿਲਮਾਂ ਜਾਂ ਗਾਣੇ ਦੇ ਵਿੱਚ ਅਤੇ ਆਈ ਥਿੰਕ ਉਹ ਮਿਰਕਲ ਦੇ ਬਰਾਬਰ ਹੀ ਆ ਸੀਰੀਅਸਲੀ ਮੈਨੂੰ ਯਾਦ ਆ ਮੈਂ ਅੰਗਰੇਜ਼ ਦੇਖਣ ਗਈ ਸੀ ਜਦੋਂ ਅੰਗਰੇਜ਼ ਪਹਿਲੇ ਦਿਨ ਰਿਲੀਜ਼ ਹੋਈ ਆ 27 July ਨੂੰ ਮੇਰਾ ਬਰਥਡੇ 28 July ਨੂੰ ਆ ਅਤੇ ਮੈਂ ਕੁਇਕਲੀ ਇੱਕ ਸਟੋਰੀ ਸੁਣਾਉਂਦੀ ਹਾਂ ਉਹ ਜਦੋਂ ਅੰਗਰੇਜ਼ ਆਈ ਤਾਂ ਅਸੀਂ ਗਏ ਮੇਰਾ ਜਨਮ ਦਿਨ ਸੀਗਾ ਅਤੇ ਮੈਂ ਉਹਨਾਂ ਤੋਂ ਟਿਕਟ ਮੰਗੀ ਉਹ ਸੋਲਡ ਆਊਟ ਸੀਗੀ ਮੈਂ ਬਹੁਤ ਅਪਸੈਟ ਹੋਈ ਕਿਉਂਕਿ ਮੈਨੂੰ ਮੈਂ ਆਪਣੀ ਫਰੈਂਡਸ ਨੂੰ ਕਿਹਾ ਸੀ ਕਿ ਮੈਂ ਫਿਲਮ ਬਸ ਮੈਂ ਇਹ ਫਿਲਮ ਹੀ ਦੇਖਣੀ ਆ ਹੋਰ ਕੁਛ ਨਹੀਂ ਕਰਨਾ ਆਪਣੇ ਬਰਥਡੇ 'ਤੇ ਫਿਲਮ ਦੇਖਾਂਗੇ ਅਤੇ ਉਹ ਕੁੜੀ ਕਹਿੰਦੀ ਵੀ ਜਿਹੜੀ ਸਭ ਤੋਂ ਫਰੰਟ 'ਤੇ ਮਤਲਬ ਜਿੱਥੇ ਤੁਸੀਂ ਸਕਰੀਨ ਨੂੰ ਟੱਚ ਵੀ ਕਰ ਸਕਦੇ ਹੋ ਉਹ ਸੀਟ ਨੇ ਮੈਂ ਕਿਹਾ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਅਤੇ ਅਸੀਂ ਸਾਰੇ ਗਏ ਮੇਰੀ ਫਰੈਂਡਸ ਵੀ ਮਤਲਬ ਉਹਨਾਂ ਨੂੰ ਹੋਣਾ ਵੀ ਕਿੱਥੇ ਫਸ ਗਏ ਅਤੇ ਅਸੀਂ ਬੈਠੇ ਹਾਂ ਅਤੇ ਮੈਂ ਇੱਦਾਂ ਪੂਰੀ ਰੀਝ ਨਾਲ ਮਤਲਬ ਇੰਨੇ ਮਤਲਬ ਆਈ ਕੈਂਟ ਐਕਸਪਲੇਨ ਮੈਂ ਕਿੱਦਾਂ ਉਹ ਫਿਲਮ ਦੇਖੀ ਅਤੇ ਮੈਂ ਉਹ ਦੇਖ ਰਹੀ ਹਾਂ ਕਿ ਉੱਥੇ ਲਿਖਿਆ ਸਟਾਰਿੰਗ ਅਮਰਿੰਦਰ ਗਿੱਲ ਇੰਟਰੋਡਿਊਸਿੰਗ ਸਰਗੁਣ ਮਹਿਤਾ ਇੰਟਰੋਡਿਊਸਿੰਗ ਅਦਿਤੀ ਸ਼ਰਮਾ ਅਤੇ ਮੈਂ ਦੇਖ ਰਹੀ ਵਿੱਚ ਫਰਕ ਕੀ ਹੈ ਇਹਨਾਂ ਦੋਨਾਂ ਇੱਦਾਂ ਕਿਉਂ ਲਿਖਿਆ ਚਲੋ ਮੈਂ ਕਿਹਾ ਓਕੇ ਫਿਰ ਮੈਂ ਆਪਣੇ ਦਿਮਾਗ 'ਚ ਮੈਂ ਵੀ ਅੱਛਾ ਵੀ ਉਹ ਪਹਿਲੀ ਫਿਲਮ ਉਹਨਾਂ ਦੀ ਇੱਦਾਂ ਇੱਦਾਂ ਕਾਟੂ ਕੀ ਹੋਇਆ ਥੋੜ੍ਹੇ ਕੁ ਸਾਲ ਬਾਅਦ ਮੇਰਾ ਜਨਮ ਦਿਨ ਸੀ ਕਿਉਂਕਿ ਰਿਦਮ ਬੋਇਜ਼ ਉਸ ਡੇਟ ਦੇ ਅਰਾਊਂਡ ਫਿਲਮ ਰਿਲੀਜ਼ ਕਰ ਦਿੰਦੇ 27-28 ਦੇ ਵਿੱਚ ਅਤੇ ਅਸੀਂ ਥੀਏਟਰ ਦੇ ਵਿੱਚ ਬੈਠੇ ਹਾਂ ਸੇਮ ਹਾਲ ਸਟ੍ਰਾਬੇਰੀ ਹਿੱਲ ਅਸੀਂ ਉੱਥੇ ਬੈਠੇ ਹਾਂ ਅਤੇ ਪਹਿਲਾਂ ਅੰਗਰੇਜ਼ ਸਟੋਰੀ ਜੋ ਮੈਂ ਦੇਖੀ ਸੀ ਅੰਗਰੇਜ਼ ਆਈ ਫਿਰ ਹਰਿਮੰਦਰ ਸਾਹਿਬ ਦੀ ਫੋਟੋ ਆਈ ਕਿਉਂਕਿ ਉਹ ਆਉਂਦੀ ਹੁੰਦੀ ਹੈ ਫਿਰ ਇੱਦਾਂ ਟਿੰਗ 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 ਰਿਦਮ ਬੋਇਜ਼ ਕਾਟੂ ਥੋੜ੍ਹੇ ਸਾਲ ਬਾਅਦ ਅਸੀਂ ਸੇਮ ਹਾਲ 'ਚ ਬੈਠੇ ਹਾਂ ਸੇਮ ਥੀਏਟਰ 'ਚ ਉੱਥੇ ਲਿਖਿਆ ਆਸ਼ਕੇ ਹਰਿਮੰਦਰ ਸਾਹਿਬ ਦੀ ਫੋਟੋ ਆਈ ਰਿਦਮ ਬੋਇਜ਼ ਆਇਆ ਸਟਾਰਿੰਗ ਅਮਰਿੰਦਰ ਗਿੱਲ ਆਇਆ ਇੰਟਰੋਡਿਊਸਿੰਗ ਰੂਪੀ ਗਿੱਲ ਕੀ ਬਾਤ ਹੈ ਇਹ ਆ ਉਸ ਕਾਦਰ ਦੀ ਕੁਦਰਤ ਮਤਲਬ ਮੈਂ ਹੁਣ ਵੀ ਉਹੀ ਗੱਲ ਪਰਸਨਲ ਹੋ ਜਾਣੀ ਹੈ ਹਾਂ ਆਪਾਂ ਪਿਛਲੀ ਇੰਟਰਵਿਊ 'ਚ ਗੱਲ ਕੀਤੀ ਸੀ ਨਾ ਵੀ ਜਿਹਨੂੰ ਯਾਦ ਕੀਤਾ ਜਾਂਦਾ ਉਹ ਮਿਲਦਾ ਹੈ ਜ਼ਰੂਰ ਜੀ ਵਸੇ ਹਮੇਸ਼ਾ ਦਿਲ ਵਿੱਚ ਭਾਵੇਂ ਨਜ਼ਰਾਂ ਤੋਂ ਸਹੀ ਗੱਲ ਹੈ ਜੀ ਜੀ ਮਤਲਬ ਖੁਸ਼ੀ ਦੇ ਆਂਸੂ ਹੈ ਇਸ ਟਾਈਮ ਤੋਂ ਪ੍ਰਾਊਡ ਦੇ ਆਂਸੂ ਹੈ ਹੈਨਾ ਸੋ ਭਾਜੀ ਜਿਹੜੀ ਇਹ ਫਿਲਮ ਦੀ ਗੱਲ ਕਰ ਰਹੇ ਪਹਿਲਾਂ ਜਿਹੜੀ ਪਹਿਲੀ ਹੈ ਦੁੱਖ ਭੰਜਨ ਨਾਮ ਹੀ ਉਹਦਾ ਦੁੱਖ ਭੰਜਨ ਤੇਰਾ ਨਾਮ ਹੈਨਾ ਦੁੱਖ ਭੰਜਨ ਤੇਰਾ ਨਾਮ ਓਕੇ ਸੋ ਤੁਸੀਂ ਓਹੋ ਕੀ ਪਰ ਮੈਂ ਤੁਹਾਨੂੰ ਨਹੀਂ 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 ਹੁੰਦਾ ਹੀ ਆ ਇੱਕ ਕਿੱਸਾ ਆ ਬੜਾ ਵਧੀਆ ਬਹੁਤ ਲੰਬਾ ਮੈਂ ਸੁਣਾਉਣਾ ਤੇ ਨਹੀਂ ਹੈ ਪਰ ਮੈਂ ਜਦੋਂ ਹਾਂਜੀ ਇਹ ਕਿੱਦਾਂ ਦੀ ਗੱਲ ਹੈ ਹੈਗਾ ਪਰ ਮੈਂ ਨਹੀਂ ਸੁਣਾਉਣਾ ਬੜਾ ਲੰਬਾ ਵਾ ਉਹ ਇੰਟਰਵਿਊ ਆਪਾਂ ਇਹਦੀ ਗੱਲ ਕਿ ਉਹ ਹੋਰ ਪਾਸੇ ਤੁਰ ਜਾਣੀ ਗੱਲ ਉਹ ਜਦੋਂ ਮੈਂ ਕਿੱਸਾ ਸੁਣਾਉਂਦਾ ਨਾ ਮੈਂ ਅੱਜ ਤੱਕ ਦੀ ਪੂਰਾ ਸੁਣਾ ਹੀ ਨਹੀਂ ਪਾਇਆ ਮੈਂ ਜਿੰਨੀ ਵਾਰ ਵੀ ਸੁਣਾਉਣ ਦੀ ਕੋਸ਼ਿਸ਼ ਕੀਤੀ ਆ ਮੈਂ ਸੁਣਾ ਹੀ ਨਹੀਂ ਪਾਇਆ ਮੈਨੂੰ 2-3 ਵਾਰ ਰੋਕ ਕੇ ਸੁਣਾਉਣਾ ਪੈਂਦਾ ਉਹ ਕਿੱਸਾ ਇੱਕ ਚੰਕ 'ਚ ਮੈਂ ਸੁਣਾ ਹੀ ਨਹੀਂ ਸਕਦਾ ਉਹ ਗੱਲ ਹੀ ਇੱਦਾਂ ਦੀ ਬਸ ਉਹ ਫੀਲਿੰਗ ਆ ਕੁਛ ਗੱਲ ਹੁੰਦੀ ਹੈ ਇਹੋ ਜਿਹੀ ਵੀ ਉਹ ਗੱਲ ਜਿਹੜੀ ਗੱਚ ਭਰ ਆਉਂਦਾ ਬੰਦੇ ਦਾ ਵੀ ਯਾਰ ਹੁਣ ਮੈਂ ਗੱਲ ਅੱਗੇ ਕੀ ਕਵਾਂ ਉਹ ਗੱਲ ਇਹੋ ਜਿਹੀ ਹੈ ਹਾਂ ਕੁਝ ਜਜ਼ਬਾਤ ਹੁੰਦੇ ਨੇ ਸ਼ਬਦ ਉਹਨੂੰ ਪੂਰਾ ਨਹੀਂ ਕਰ ਸਕਦੇ ਹਾਂ ਇਹ ਕੁਝ
ਰਿਸ਼ਤੇ ਇਹੋ ਜਿਹੇ ਹੁੰਦੇ, ਰਿਸ਼ਤੇ ਇਹੋ ਜਿਹੇ ਹੁੰਦੇ। ਹਾਂ ਕੋਈ ਨਹੀਂ, ਕਿਸੇ ਅੱਗੇ ਇੰਟਰਵਿਊ ਕਰਾਂਗੇ ਲੰਬੀ, ਉਹ 'ਚ ਮੈਨੂੰ ਪੁੱਛੀ ਜ਼ਰੂਰ, ਮੈਂ ਸੁਣਾਉਂਗਾ ਜ਼ਰੂਰ। ਮੈਂ ਤਾਂ ਕਹਿਣ ਲੱਗੀ ਸੀ ਕਿ ਇੱਕ ਇੰਟਰਵਿਊ ਮੈਂ ਉਸੇ ਕਿੱਸੇ ਬਾਰੇ ਕਰਨੀ ਆ ਬਸ, ਕੋਈ ਹੋਰ ਗੱਲ ਨਹੀਂ ਹੋਣੀ। ਕਿਸੇ ਦਾ ਮੁੱਦਾ ਹੀ ਬੜਾ ਵੱਡਾ ਨਾ, ਉਸ ਉਹ ਇੱਕ ਨਾਮ ਹੈ ਜੀ, ਉਸ ਨਾਮ 'ਤੇ ਭਾਵੇਂ ਆਪਾਂ 5 ਦਿਨ ਬੋਲੀ ਜਾਈਏ ਤਾਂ ਨਹੀਂ ਮੁੱਕਣਾ। ਮਾਂ ਜੀ, ਮਾਂ ਦਾ ਕਿੱਸਾ, ਮਾਂ ਵੀ ਜੰਮਦੇ ਬੱਚੇ ਤੋਂ ਲੈ ਕੇ ਅਤੇ ਮਤਲਬ ਸ਼ਮਸ਼ਾਨ ਦੇ ਉੱਤੇ ਪਏ ਬੰਦੇ ਤੱਕ ਮਾਂ ਇੱਕ ਇਹੋ ਜਿਹਾ ਸ਼ਹਿ ਜਿਹੜਾ ਖਹਿੜਾ ਨਹੀਂ ਛੱਡਦਾ, ਬਿਲਕੁਲ ਨਾ ਉਹ ਛੱਡਦਾ ਉਹਦਾ ਖਹਿੜਾ, ਨਾ ਉਹ ਛੱਡਦਾ ਉਹਨੂੰ। ਹਰ ਮੂਵਮੈਂਟ ਦੁਨੀਆ ਤੋਂ ਚਲੀ ਵੀ ਜਾਵੇ ਉਹਨੂੰ ਹਰ ਮੂਵਮੈਂਟ ਜੋ ਦੇਖਦੀ ਰਹਿੰਦੀ ਆ, ਵੀ ਜੇ ਅੱਜ ਹੁੰਦੀ ਤਾਂ ਇੱਥੇ ਹੋਣਾ ਹੀ, ਜੇ ਹੁੰਦੀ ਤਾਂ ਇੱਥੇ ਬੈਠੀ ਹੋਣਾ ਸੀ। ਉਹ ਰੋਟੀ ਦੀ ਬੁਰਕੀ ਤੋੜਨ ਲੱਗੇ ਤਾਂ ਉਹਨੂੰ ਉਹਦਾ ਤਾਂ ਰੋਟੀ ਦੀ ਬੁਰਕੀ ਉੱਤੇ ਇਕੱਲੀ ਸ਼ੱਕਰ ਦੇਖੇ, ਜੇ ਉਹਦਾ ਜੇ ਹੋ ਜੇ ਮੇਰੀ ਮਾਂ ਹੋ ਗਈ ਉਹਨੇ ਘਿਓ ਪਾ ਦੇਣਾ ਹੈ। ਉਹ ਦੁਨੀਆ ਤੋਂ ਜਾਣ ਤੋਂ ਬਾਅਦ ਵੀ ਉਹ ਤੁਹਾਡੇ ਜ਼ਿਹਨ ਚੋਂ ਸਕਿੱਪ ਨਹੀਂ ਹੋ ਸਕਦੀ, ਉਹ ਬਹੁਤ ਵੱਡੀ ਗੱਲ ਆ। ਉਹ ਮਤਲਬ ਇੱਕ ਬਜ਼ੁਰਗ ਦੀ ਗੱਲ ਆ, ਮੈਨੂੰ ਕਦੇ ਆਪਾਂ ਲੰਬਾ ਕਰਾਂਗੇ ਇੰਟਰਵਿਊ ਯਾਦ ਕਰੀਏ, ਆਪਾਂ ਡੈਫੀਨਿਟਲੀ ਕਰਾਂਗੇ ਵੈਰੀ ਸੂਨ, ਆਈ ਪ੍ਰੋਮਿਸ ਟੂ ਯੂ। ਯੈਸ, ਬਸ ਸਮਾਂ ਮਿਲ ਜੇ ਤੁਹਾਡਾ ਫਿਰ। ਓਕੇ, ਸੋ ਬਾਈਂਡ ਅਪ ਕਰਦੇ ਹੋਇਆ ਇੱਕ ਬਹੁਤ ਇੰਪੋਰਟੈਂਟ ਗੱਲ, ਤੁਹਾਡੀ ਇੱਕ ਰੀਲ ਬਹੁਤ ਵਾਇਰਲ ਹੋਈ ਹੈ, ਤੁਸੀਂ ਪ੍ਰਸ਼ਾਦ ਹੌਟ ਕੇਸ 'ਚ ਲੈ ਕੇ ਗੱਡੀ 'ਚ ਬਹਿੰਦੇ ਹੋ, ਫਿਰ ਤੁਸੀਂ ਕੀਰਤਨ ਲਾਉਂਦੇ ਹੋ, ਹੈ ਨਾ? ਅਤੇ ਯੂਜੁਅਲੀ ਇਹ ਸੁਭਾਅ ਹੈ ਮੇਰੇ ਵਰਗੇ ਤਾਂ, ਪਤਾ ਕੀ ਹੈ, ਦਿਨ ਦੀ ਸ਼ੁਰੂਆਤ ਤੁਸੀਂ ਕਰ ਲਓ, ਇੱਕ ਦੋ ਅੱਛੇ ਭਜਨ ਸੁਣੋ, ਕੀਰਤਨ ਸੁਣੋ, ਮਨ ਨੂੰ ਸਕੂਨ ਮਿਲ ਜਾਏ, ਫਿਰ ਸਿੱਧਾ ਸਵਿਚ ਟੂ ਕਰਨ ਔਜਲਾ ਜਾਂ ਮੂਸੇ ਵਾਲਾ। ਇਨਸਾਨੀਅਤ ਫਿਤਰਤ ਹੈ, ਫਿਰ ਥੋੜ੍ਹੀ ਐਨਰਜੀ ਵੀ ਉਸ ਲੈਵਲ 'ਤੇ ਲੈ ਕੇ ਜਾਣੀ ਹੁੰਦੀ ਨਾ, ਇੱਦਾਂ ਵਾਲੇ ਕਿ ਅੱਜ ਅਸੀਂ ਦਿਨ 'ਚ ਇਹ ਕੰਮ ਕਰ ਦੇਣਾ, ਇੱਦਾਂ ਕਰ ਦੇਣਾ, ਹੈ ਨਾ? ਕਈ ਮੇਰੇ ਮਦਰ ਹੈ, ਸਵੇਰੇ ਸ਼ਾਮ 4-5 ਘੰਟੇ ਉਹਨਾਂ ਦੇ ਈਜ਼ੀਲੀ ਜਾਂਦੇ ਨੇ, ਫੋਨ 'ਤੇ ਵੀ ਦੇਖਣਗੇ ਤਾਂ ਕੁਛ ਸੁਣਨਗੇ, ਜਾਂ ਮਤਲਬ ਸ਼ੀ ਇਜ਼ ਵੈਰੀ ਸਪਿਰਿਚੁਅਲ, ਤਾਂ ਮੇਰੇ ਕੋਲ ਜਿੰਨੀ ਕੁ ਵੀ ਆ ਉਹਨਾਂ ਕੋਲ ਆਈ ਆ। ਕਈ ਬਾਈ ਹੁੰਦੇ ਸ਼ੁਰੂਆਤ ਇੱਦਾਂ ਕਰਦੇ ਆ, ਕਈ ਬਾਈ ਹੁੰਦੇ ਆ ਜਿਹੜੇ ਗੱਡੀ 'ਚ ਬਹਿ ਕੇ ਸੁਣਨਾ ਹੀ ਇਹ ਪਸੰਦ ਕਰਦੇ ਕਿ ਰੱਬਾ ਤੂੰ ਨਾਲ ਹੀ ਰਹਿਣਾ, ਹੈ ਨਾ? ਸੋ ਇਹ ਮੈਂ ਤੁਹਾਡੇ ਦੋਨਾਂ ਕੋਲੋਂ ਜਾਣਨਾ ਚਾਹਾਂਗੀ ਕਿ ਡਰਾਈਵਿੰਗ ਟਾਈਮ 'ਤੇ ਆਈ ਮੀਨ ਜਿਹੜੀ ਉਹ ਰੀਲ ਹੈ ਉਹ ਕਿੰਨਾ ਹਿੱਸਾ ਰਹਿੰਦਾ, ਅਤੇ ਰੂਪੀ ਦੀ ਐਕਚੁਅਲੀ ਪਲੇ ਲਿਸਟ ਜਿਹੜੀ ਆ ਉਹ ਕਿੱਦਾਂ ਆਊਟ ਹੁੰਦੀ ਹੈ? ਸੱਚੀ ਦੱਸਾਂ, ਮੈਂ ਵੀ ਸ਼ੁਰੂਆਤ ਇੱਦਾਂ ਹੀ ਕਰਦੀ ਹਾਂ। ਪਹਿਲਾਂ ਵੀ ਮੈਨੂੰ ਇਹ ਦੇਖੀਏ ਸ਼ੁਰੂਆਤ ਇੱਦਾਂ, ਜਦੋਂ ਮੈਂ ਸਕੂਲ ਵੀ ਜਾਣਾ ਜਾਂ ਕਿਤੇ ਵੀ, ਪਹਿਲਾਂ ਸ਼ੁਰੂਆਤ ਇੱਦਾਂ ਜਦੋਂ ਅਸੀਂ ਸ਼ੂਟ 'ਤੇ ਵੀ ਜਾਂਦੇ ਹਾਂ ਕਿ ਕ੍ਰਾਂਤੀ ਮੇਰੇ ਨਾਲ ਹੁੰਦਾ ਸੀ ਵੀ ਪਹਿਲਾਂ ਕੀਰਤਨ ਸੁਣਨਾ, ਫਿਰ ਵਾਪਸ ਆਉਂਦੇ ਅਸੀਂ ਗਾਣੇ 'ਤੇ ਆ ਜਾਂਦੇ ਹਾਂ। ਪਰ ਹੁਣ ਮੈਨੂੰ, ਮੈਂ ਕੋਸ਼ਿਸ਼ ਕਰਦੀ ਹਾਂ ਕਿ ਜਦੋਂ ਵਿਹਲੇ ਹੁੰਦੇ ਹਾਂ, ਜੇ ਗੱਡੀ 'ਚ ਕਦੇ ਕਦੇ ਗਾਣੇ ਨਹੀਂ ਲੱਗੇ ਹੁੰਦੇ ਤਾਂ ਮੈਂ ਪਾਠ ਕਰ ਲਾਂ, ਜਾਂ ਮਤਲਬ ਅਸੀਂ ਕੋਸ਼ਿਸ਼ ਕਰਦੇ ਹੁੰਦੇ ਕਿ ਸਾਰੇ ਰਾਹ ਹੀ ਕੀਰਤਨ ਹੋਵੇ, ਅਤੇ ਪੋਡਕਾਸਟ ਸੁਣ ਲਈ ਦੀ ਹੁਣ ਤਾਂ ਗਾਣੇ ਤੋਂ ਥੋੜ੍ਹਾ ਜਿਹਾ ਕੱਢ ਕੇ ਪਤਾ ਹੋਣਾ ਚਾਹੀਦਾ ਬਾਈ। ਤੁਹਾਡੇ ਨਾਲ ਚੀਜ਼ਾਂ ਚੇਂਜ ਹੋਈਆਂ ਨੇ ਟਾਈਮ ਦੇ ਅਕੋਰਡਿੰਗ ਜਾਂ? ਨਹੀਂ ਨਹੀਂ, ਸ਼ੁਰੂ ਤੋਂ ਹੀ ਸੈਟਅਪ, ਮੈਂ ਮੇਰੇ ਦਾਇਰੇ 'ਚ ਆਲੇ ਦੁਆਲੇ ਲੋਕ ਹੀ ਉਹ ਰਹੇ ਨੇ, ਲੋਕ ਉਹ ਰਹੇ ਨੇ ਜਿਨ੍ਹਾਂ ਨੇ ਮਤਲਬ ਜਿੱਧਰੋਂ ਵੀ ਮਾੜਾ ਮੋਟਾ ਵਿਗੜਨ ਲੱਗਾ ਉੱਥੋਂ ਹੀ ਛੈਣੀ ਥੋੜ੍ਹਾ ਲੈ ਕੇ ਤਰਾਸ਼ਣਾ ਸ਼ੁਰੂ ਕਰਤਾ ਵੀ ਆਹੀ ਦਾਇਰਾ, ਦਾਇਰੇ ਤੋਂ ਬਾਹਰ ਨਹੀਂ ਜਾਣਾ। ਗਾਣੇ ਵੀ ਸੁਣਦਾ, ਸਭ ਕੁਛ ਕਰਦਾ, ਪਰ ਮੈਂ ਜ਼ਿਆਦਾ ਜਦੋਂ ਦਾ ਮੈਨੂੰ ਇਹ ਸਮਝ ਲੱਗਣ ਲੱਗੀ ਕਿ ਗਿਆਨ ਹੋਣਾ ਬੜਾ ਜ਼ਰੂਰੀ ਆ, ਵੀ ਤੁਹਾਡੇ ਕੋਲ ਗਿਆਨ ਦਾ ਇੰਨਾ ਕੁ ਭੰਡਾਰ ਹੋਵੇ ਕਿ ਤੁਸੀਂ ਜਿਸ ਮਹਿਫਲ ਦੇ ਵਿੱਚ ਬੈਠੋ ਉਸ ਮਹਿਫਲ ਦੇ ਵਿੱਚੋਂ ਕੁਛ ਲੈ ਕੇ ਉੱਠੋ ਚਾਹੇ ਨਾ ਉੱਠੋ, ਉਸ ਮਹਿਫਲ ਨੂੰ ਦੇ ਕੇ ਜ਼ਰੂਰ ਉੱਠੋ। ਉਹ ਕੀ ਆ? ਉਹ ਚੰਗੀਆਂ ਯਾਦਾਂ, ਉਹ ਚੰਗੀਆਂ ਗੱਲਾਂ, ਉਹ ਗੱਲਾਂ ਜਿਹੜੀਆਂ ਅੱਜ ਕੱਲ੍ਹ ਲੋਕਾਂ ਨੂੰ ਮਿਲਦੀਆਂ ਨੇ, ਉਹਨਾਂ ਨੂੰ ਗੱਲਾਂ ਦਾ ਭਾਵੇਂ ਸਟਾਰਟ ਦੇ ਕੇ ਉੱਠੋ। ਜੇ ਤੁਹਾਨੂੰ ਫੋਨ ਕਰਕੇ ਪੁੱਛਣ ਭਾਜੀ ਉਹ ਤੋਂ ਅੱਗੇ ਕੀ, ਉਹਨੂੰ ਕਹੇ ਯਾਰ ਫਲਾਣਿਆ ਜਗ੍ਹਾ ਸਵਿਚ ਕਰ ਅਤੇ ਸੁਣ, ਉਹਨੂੰ ਲੌਗਇਨ ਕਰ, ਉਹਨੂੰ ਸੁਣ, ਮੈਂ ਤਾਂ ਤੈਨੂੰ ਇੱਕ ਲਾਈਨ ਸੁਣਾਈ ਆ, ਉਹ 5 ਦਿਨ ਦਾ ਕਿੱਸਾ ਸੁਣ ਪੂਰਾ ਜਾ ਕੇ ਜਾ। ਮਤਲਬ ਮੇਰੀ ਗੱਲ ਸਮਝ, ਮੇਰਾ ਸੁਭਾਅ ਹੁਣ ਮੈਂ ਜ਼ਿਆਦਾ ਸੁਣਦਾ ਆਡੀਓ ਬੁੱਕ। ਅੱਛਾ ਜੀ। ਮੈਂ ਆਡੀਓ ਬੁੱਕਸ ਲਾ ਲੈਂਦਾ, ਮੈਂ ਭਾਵੇਂ ਸੁਣੀ ਵੀ ਹੋਵੇ ਮੈਂ ਫਿਰ ਲਾ ਲੈਂਦਾ, ਮੈਂ ਫਿਰ ਲਾ ਲੈਂਦਾ ਸਪੋਟੀਫਾਈ 'ਤੇ ਜਾਂ ਯੂਟਿਊਬ 'ਤੇ ਕਿਤੇ ਵੀ ਲਾ ਲੈਂਦਾ। ਬਟ ਜ਼ਿਆਦਾਤਰ ਮਤਲਬ ਮੈਂ ਗੱਡੀ ਦੇ ਵਿੱਚ ਜਦੋਂ ਤਾਂ ਮੁੰਡੇ ਮੰਡੇ ਹੋਣ ਉਦੋਂ ਤਾਂ ਫਿਰ ਗਾਣੇ ਹੀ ਲਾਉਣੇ, ਉਹਨਾਂ ਨੂੰ
ਮੈਨੂੰ ਹੁੰਦਾ ਮੈਨੂੰ ਤੇ ਚੱਲ ਠੀਕ ਹੈ, ਇਹਨਾਂ ਨੇ ਅੱਧਿਆਂ ਸੌਂ ਜਾਣਾ ਵਿੱਚੋਂ, ਅੱਧਿਆਂ ਧਿਆਨ ਉੱਧਰ ਜਾਣਾ, ਮਰਤੋਂ ਨਹੀਂ ਤਾਰੇ ਉਹਨਾਂ ਕੋਈ ਚੱਕਵਾ ਜਿਹਾ ਪ੍ਰੋਗਰਾਮ ਰੱਖੋ ਭਾਜੀ। ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਗੁਰਬਾਣੀ ਸੁਣਨ ਦਾ ਅਸਰ ਕੀ ਪੈਂਦਾ। ਅਸੀਂ ਇੱਕ ਵੀਜ਼ਾ ਲਵਾਉਣਾ ਸੀ ਸਾਊਥ ਅਫਰੀਕਾ, ਜੰਜੋਤ ਨੇ ਵੀ ਜਾਣਾ ਸੀ, ਕਾਕਾ ਸਾਰਿਆਂ ਨੇ ਜਾਣਾ ਸੀ। ਸਾਡਾ ਇੱਕ ਵਾਰੀ ਵੀਜ਼ਾ ਨਾ ਰਿਫਿਊਜ਼ ਨਹੀਂ ਹੋਇਆ, ਮਤਲਬ ਸਾਨੂੰ ਪੇਪਰ ਨਹੀਂ ਸੀ ਭਰਨੇ ਆਉਂਦੇ, ਬਹੁਤ ਪੁਰਾਣੀ ਗੱਲ ਹੈ, ਮੇਰੇ ਖਿਆਲ 2005-04 ਦੀ ਗੱਲ ਹੈ। ਸਾਡਾ ਨਾ ਵੀਜ਼ਾ ਕਿਸੇ ਨੇ ਕਿਹਾ ਕਿ ਨਾ ਉੱਥੇ ਭਰਵਾਤਾ ਵੀ ਪਾਸਪੋਰਟ ਦੇ ਜਾਓ ਵੀ ਤੁਹਾਡਾ ਵੀਜ਼ਾ ਆ ਜੂਗਾ। ਸਾਨੂੰ ਲੱਗਿਆ ਵੀ ਅਸੀਂ ਤਾਂ ਮੱਥਾ ਮਾਰ ਕੇ ਫਾਰਮ ਭਰ ਭਰ ਕੇ, ਸਾਡਾ ਤਾਂ ਆਇਆ ਨਹੀਂ, ਇਹ ਕਹਿੰਦਾ ਪਾਸਪੋਰਟ ਦੇ ਜਾਓ ਵੀਜ਼ਾ ਆ ਜੂਗਾ। ਸਾਨੂੰ ਕਹਿੰਦਾ ਅਗਲੇ ਦਿਨ ਸਵੇਰੇ ਆਓ ਅਤੇ ਵੀਜ਼ਾ ਲੈ ਲਓ। ਅਸੀਂ ਚੰਡੀਗੜ੍ਹੋਂ ਗੱਡੀ ਚੁੱਕੀ ਅਤੇ ਅਸੀਂ ਜਾ ਰਹੇ ਹਾਂ, ਅਸੀਂ ਜਾ ਰਹੇ 6 ਬੰਦੇ ਗੱਡੀ 'ਚ ਬੈਠੇ, ਮੈਂ ਗੱਡੀ ਡਰਾਈਵ ਕਰ ਰਿਹਾ, ਪਾਸਪੋਰਟ ਲੈਣ ਜਾ ਰਹੇ ਹਾਂ। ਉਦੋਂ ਬਾਏ ਹੈਂਡ ਪਾਸਪੋਰਟ ਮਿਲਦੇ ਸੀ ਸਾਰਿਆਂ ਨੂੰ, ਸਾਊਥ ਅਫਰੀਕਾ ਦਾ ਵੀਜ਼ਾ। ਘਰੋਂ ਚੌਪਾਈ ਸਾਹਿਬ ਦਾ ਪਾਠ ਸ਼ੁਰੂ ਕੀਤਾ, ਰੋਟੀ ਸਾਰਿਆਂ ਨੇ ਖਾਧੀ। ਮਾਤਾ ਕਹਿੰਦੀ ਵੀ ਕਾਕਾ ਆਨੰਦ ਸਾਹਿਬ ਅਤੇ ਚੌਪਾਈ ਸਾਹਿਬ ਤੁਹਾਨੂੰ ਹੋਰ ਤਾਂ ਬਾਣੀਆਂ ਕੰਠ ਨਹੀਂ ਹੋਣਗੀਆਂ, ਇਹ ਤਾਂ ਕੰਠ ਆ ਵੀ ਪ੍ਰਭਾਤ ਫੇਰੀ ਜਾਂਦੇ ਸਵੇਰੇ। ਮੈਂ ਕਿਹਾ ਹਾਂਜੀ। ਕਹਿੰਦੇ ਇਹਦਾ ਪਾਠ ਕਰੋ। ਸਾਨੂੰ ਲੱਗਿਆ ਵੀ ਸਾਰੀ ਰਾਹ ਕਰਨਾ ਪਾਠ, ਮਤਲਬ ਕਿ ਵੀ ਇਹ ਤੁਸੀਂ ਸੁਣਦੇ ਗਾਣੇ ਹੀ ਆ। ਅਸੀਂ ਘਰੋਂ ਨਿਕਲੇ, ਨਾ ਅਸੀਂ ਢਾਬੇ 'ਤੇ ਰੁਕੇ ਚਾਹ ਪੀਤੀ, ਅਸੀਂ ਸਿੱਧਾ ਬੈਸੀ ਦਿੱਲੀ। ਮੈਂ ਉਦੋਂ ਘੰਟੇ ਵੀ 6 ਲੱਗਦੇ ਸੀ ਅਤੇ ਮੈਨੂੰ ਲੱਗਦਾ ਨਹੀਂ ਵੀ 6 ਘੰਟੇ ਕਿਸੇ ਨੇ ਮੂੰਹ 'ਚ ਜ਼ਬਾਨ ਪਾਈ। ਹਰ ਬੰਦਾ ਚੌਪਾਈ ਸਾਹਿਬ ਹੀ ਕਰ ਰਿਹਾ ਸੀ ਅਤੇ ਉੱਥੇ ਰੁਕੇ ਅਸੀਂ ਜਾ ਕੇ, ਅਤੇ ਬੰਦਾ ਬਾਹਰ ਪਾਸਪੋਰਟ ਦੇਣ ਲਈ ਖੜਾ ਸੀ ਵੀ ਤੁਹਾਡੇ ਵੀਜ਼ੇ ਲੱਗ ਗਏ ਜੀ। ਇਹ ਬਿਲੀਵ ਹੈ, ਬਿਲੀਵ ਹੈ, ਇਹ ਉਸ ਵਿਸ਼ਵਾਸ ਨੂੰ ਹੋਰ ਪੱਕਾ ਕਰਤਾ ਵੀ ਯਾਰ ਰੱਬ ਦਾ ਨਾਂ ਲਿਆ ਲੈ ਭਾਂ ਕੀ ਗੱਲ, ਸਾਡਾ ਵੀਜ਼ਾ ਲੱਗਣਾ, ਸਾਡਿਆਂ ਦੇ ਅਕਾਊਂਟਾਂ 'ਚ 30-35 ਹਜ਼ਾਰ ਰੁਪਈਏ ਸਾਡੇ ਵੀਜ਼ੇ ਲੱਗ ਗਏ। ਉਹ ਪਰਮਾਤਮਾ ਨੇ ਤੁਹਾਡਾ ਵਿਸ਼ਵਾਸ ਬਣਾਉਣਾ ਬਣਾਉਣਾ ਗੱਲ ਸਿਰਫ ਇਹ। ਸੋ ਪਰਮਾਤਮਾ ਦੇ ਨਾਂ ਤੋਂ ਸ਼ੁਰੂ ਕੀਤਾ ਸੀ, ਪਰਮਾਤਮਾ ਦੇ ਨਾਂ ਤੇ ਖਤਮ ਕਰਦੇ ਆ। ਦੁੱਖ ਭੰਜਨ ਦੀ ਗੱਲ ਆਉਂਦੀ ਹੈ ਬਾਈ, ਮੇਰੇ ਨਾਲ ਯੂਜੂਅਲੀ ਕੀ ਹੁੰਦਾ, ਅਸੀਂ ਗੁਰਦੁਆਰੇ ਮੱਥਾ ਟੇਕਣ ਜਾਂਦੇ ਹਾਂ, ਬੜਾ ਸਕੂਨ ਮਿਲਦਾ ਉੱਥੇ, ਹੈ ਨਾ। ਮੈਨੂੰ ਕਈ ਜਣੇ ਕਹਿੰਦੇ ਵੀ ਤੂੰ ਬਾਹਮਣ ਆ, ਤੂੰ ਮਤਲਬ ਕੀ, ਹੈ ਨਾ। ਮੈਂ ਕਹਿੰਦੀ ਮੈਨੂੰ ਸਕੂਨ ਮਿਲਦਾ ਉੱਥੇ। ਮੇਰੇ ਨਾਲ ਇੱਕ ਇਸ਼ੂ ਹੈ ਕਿ ਮੈਂ ਯੂਜੂਅਲੀ ਇਮੋਸ਼ਨਲ ਹੋ ਜਾਂਦੀ ਹਾਂ ਬੈਠੀ ਬੈਠੀ, ਮੈਨੂੰ ਉਹਦਾ ਰੀਜ਼ਨ ਅਜੇ ਤੱਕ ਨਹੀਂ ਪਤਾ ਲੱਗਾ, ਖਾਸ ਕਰ ਜਦੋਂ ਕੀਰਤਨ ਚੱਲਦਾ ਹੁੰਦਾ। ਪਰ ਜਦੋਂ ਗੱਲ ਗੋਲਡਨ ਟੈਂਪਲ ਦੀ ਆਉਂਦੀ ਹੈ ਬਾਈ, ਇੱਕ ਵਾਰੀ ਮੈਂ ਗਈ, ਅਸੀਂ ਉੱਤੇ ਜਿਹੜੀ ਉਸ ਜਗ੍ਹਾ ਦੀ ਪਾਵਰ ਹੈ, ਘੱਟੋ ਘੱਟ ਵੀ 1.5 ਘੰਟਾ ਮੈਂ ਚੁੱਪਣੀ ਹੋ ਸਕੀ ਹਾਰ ਕੇ। ਜਿਹੜੇ ਬਾਬਾ ਜੀ ਬੈਠੇ ਹੋਏ ਸੀਗੇ, ਸੇਵਾ ਲਾ ਰਹੇ ਸੀਗੇ, ਉਹਨਾਂ ਨੇ ਮੈਨੂੰ ਸਿਰ 'ਤੇ ਇੱਕਦਮ ਹੱਥ ਰੱਖਿਆ, ਐਂਡ ਆਈ ਵਾਜ਼ ਲਾਈਕ ਕਿ ਹਾਂ ਮੈਂ ਰਿਲੀਫ ਹਾਂ। ਸੋ ਜਿਹੜੀ ਹਰਿਮੰਦਰ ਸਾਹਿਬ ਦੀ ਉਹ ਪਾਵਰ ਹੈ, ਉਹ ਸਕੂਨ ਹੈ, ਉਹ ਮੈਂ ਤੁਹਾਡੇ ਦੋਨਾਂ ਕੋਲੋਂ ਜ਼ਰੂਰ ਜਾਣਨਾ ਚਾਹਾਂਗੀ। ਐਂਡ ਇੱਥੋਂ ਕਰਾਂਗੀ, ਹਾਂ ਉਹ ਇੱਕ ਅਲੱਗ ਵਰਲਡ ਆ। ਜਦੋਂ ਆਈ ਥਿੰਕ ਆਪਾਂ ਪੌੜੀਆਂ ਉਤਰਦੇ ਹਾਂ, ਜਦੋਂ ਪਹਿਲਾਂ ਦੇਖਦੇ ਹਾਂ ਜੋ ਦਰਸ਼ਨ ਹੁੰਦੇ ਆ, ਉਹ ਮੈਂ ਉਹ ਆਈ ਥਿੰਕ ਕੋਈ ਡਿਸਕ੍ਰਾਈਬ ਹੀ ਨਹੀਂ ਕਰ ਸਕਦਾ, ਉਹ ਦੁਨੀਆ ਹੀ ਹੋਰ ਆ। ਜਦੋਂ ਸਾਰੇ ਤੁਸੀਂ, ਤੁਹਾਨੂੰ ਪਤਾ ਹੀ ਨਹੀਂ ਹੁੰਦਾ ਬਾਹਰ ਵਰਲਡ 'ਚ ਹੋ ਕੀ ਰਿਹਾ, ਤਾਂ ਤੁਹਾਡਾ ਜੀ ਵੀ ਨਹੀਂ ਕਰਦਾ ਹੁੰਦਾ ਉੱਥੋਂ ਜਾਣ ਨੂੰ, ਕਦੇ ਵੀ ਨਹੀਂ ਜੀ ਕਰਦਾ ਹੁੰਦਾ। ਮੇਰੇ ਨਾਲ ਇੱਦਾਂ ਹੋਇਆ, ਅਸੀਂ ਹਰ ਵਾਰੀ ਜਦੋਂ ਗਏ ਹਾਂ, ਇੱਕ ਮੈਂ ਮੈਨੂੰ ਆਪ ਨਹੀਂ ਪਤਾ ਕਿਉਂ ਇਮੋਸ਼ਨਲ ਹੋ ਜਾਂਦੇ ਹਾਂ, ਇਹ ਕਦੇ ਵੀ ਨਹੀਂ ਮੈਨੂੰ ਪਤਾ, ਆਈ ਡੋਂਟ ਨੋ ਇਹਦਾ ਰੀਜ਼ਨ ਕੀ ਆ। ਸੋਚ ਕੇ ਵੀ ਜਾਂ ਮੈਨੂੰ, ਮੈਂ ਇਮੈਜਿਨ ਕਰ ਸਕਦੀ ਕਿ ਤੁਸੀਂ ਉੱਥੇ ਹੋ ਗਏ ਹੋਵੋਗੇ ਇਮੋਸ਼ਨਲ, ਹੁੰਦਾ ਇੱਦਾਂ ਬਹੁਤ ਮੇਰੇ ਨਾਲ ਵੀ ਹੁੰਦਾ, ਇੱਕ ਅਲੱਗ ਹੀ ਪਾਵਰ ਆ ਉੱਥੇ। ਹਾਂਜੀ ਹਾਂਜੀ, ਤੁਸੀਂ ਡਿਟੈਚ ਕਰ ਹੀ ਨਹੀਂ ਪਾਉਂਦੇ ਜਾ ਕੇ ਵੀ, ਐਨਰਜੀਜ਼ ਬਹੁਤ ਹਾਈ ਨੇ, ਬਹੁਤ ਹਾਈ ਐਨਰਜੀਜ਼ ਨੇ, ਦੈਟਸ ਵੈਰੀ ਟਰੂ ਬਾਈ। ਮੈਂ ਇਹਦੇ ਬਾਰੇ ਹੁਣ ਕੀ ਕਹਾਂ ਵੀ, ਜਗ੍ਹਾ ਹੀ ਇਹੋ ਜਿਹੀ ਆ ਉਹ, ਹੈਨਾ। ਕਹਿੰਦੇ ਜਦੋਂ ਜਗ੍ਹਾ ਬਣਨੀ ਸੀ ਨਾ, ਤੇ ਜਿਹੜਾ ਕਾਰੀਗਰ ਸੀਗਾ, ਮਿਸਤਰੀ ਸੀ, ਉਹਨੇ ਗੁਰੂ ਰਾਮਦਾਸ ਜੀ ਨੂੰ ਪੁੱਛਿਆ ਵੀ ਕੀ ਬਣਾਉਣਾ। ਉਹਨਾਂ ਨੇ ਸਿਰ 'ਤੇ ਹੱਥ ਰੱਖਤਾ, ਕਹਿੰਦੇ ਅੱਖਾਂ ਮੀਚੀਆਂ ਸਿਰ 'ਤੇ ਹੱਥ ਰੱਖਤਾ। ਕਹਿੰਦੇ ਉਹਨੂੰ ਸੱਚਖੰਡ ਦਿਖਿਆ ਜਿੱਥੇ ਰੱਬ ਆਪ ਰਹਿੰਦਾ। ਉਹ ਕਹਿੰਦੇ ਦੇਖ ਲਿਆ, ਕਹਿੰਦੇ ਦੇਖ ਲਿਆ ਜੀ ਕੀ ਸੀ, ਕਹਿੰਦੇ ਉਹ ਜਗ੍ਹਾ ਜਿੱਥੇ ਅਕਾਲ ਪੁਰਖ ਰਹਿੰਦਾ, ਵਨ ਗੋਡ, ਉਹ ਬਣਾਉਣਾ। ਕਹਿੰਦੇ ਆ ਵੀ ਇਹ ਨਕਸ਼ਾ ਉਹਦਾ ਵਾ, ਪਾਣੀ ਨਾਲ ਘਿਰਿਆ ਹੋਇਆ ਵਾ ਜਿੱਥੇ ਉਹ ਰਹਿੰਦਾ,
ਤਾਂ ਉਹਨੇ ਉਹ ਬਣਾਇਆ, ਉਹਨੂੰ ਉਹਨੇ ਪੁੱਛਿਆ ਨਹੀਂ ਫਿਰ ਕਿਸੇ ਨੂੰ। ਦੂਜੀ ਜਿਹੜੀ ਧਾਰਨਾ ਉਹ ਇਹ ਆ ਉੱਥੇ ਬਾਰੇ ਗੱਲ, ਇੱਕੋ ਹੀ ਸਥਾਨ ਇਹੋ ਜਿਹਾ ਵਾ ਜਿਹੜਾ ਕਿਸੇ ਗੁਰੂ ਨੇ ਬਣਾਇਆ। ਗੱਲ ਸਮਝ, ਜਿਹੜਾ ਕਿਸੇ ਗੁਰੂ ਨੇ ਆਪ ਬਣਾਇਆ, ਗੁਰੂ ਰਾਮਦਾਸ ਜੀ ਨੇ ਸ਼ੁਰੂ ਕੀਤਾ, ਠੀਕ ਹੈ, ਗੁਰੂ ਅਰਜਨ ਦੇਵ ਜੀ ਨੇ। ਹੋਰ ਕੋਈ ਦੁਨੀਆਂ 'ਚ ਗੁਰਦੁਆਰਾ ਇਹੋ ਜਿਹਾ ਨਹੀਂ ਜਿਹੜਾ ਗੁਰੂ ਨੇ ਬਣਾਇਆ। ਦੋ ਹੀ ਥਾਵਾਂ ਨੇ, ਇੱਕ ਹਰਿਮੰਦਰ ਸਾਹਿਬ ਅਤੇ ਇੱਕ ਸਾਹਮਣੇ ਅਕਾਲ ਤਖ਼ਤ, ਉਹ ਛੇਵੇਂ ਪਾਤਸ਼ਾਹ ਨੂੰ। ਇਸ ਕਰਕੇ ਉੱਥੇ ਮਤਲਬ ਪਹੁੰਚ ਕੇ ਬੰਦਾ ਕਿਸੇ ਹੋਰ ਬ੍ਰਹਿਮੰਡ 'ਚ ਪਹੁੰਚ ਜਾਂਦਾ। ਇਸ ਧਰਤੀ ਉੱਤੇ ਇੱਕ ਗੁਰਦੁਆਰੇ ਬਹੁਤ ਨੇ ਜੀ ਜੀ, ਪਰ ਗੁਰੂ ਦੇ ਹੱਥੋਂ ਬਣਿਆ ਹੋਇਆ ਗੁਰਦੁਆਰਾ ਗੁਰੂ ਘਰ, ਤਾਂ ਕਰਕੇ ਉੱਥੇ ਮੈਨੂੰ ਲੱਗਦਾ, ਮੈਂ ਗਲਤ ਵੀ ਹੋ ਸਕਦਾ, ਪਰ ਮੈਨੂੰ ਲੱਗਦਾ ਜਿਹੜਾ ਉਹ ਮਤਲਬ ਅਸਲ ਜਿਹੜਾ ਉਹ ਪ੍ਰਭਾਵ ਹੈ ਨਾ, ਉਹ ਇਹ ਆ ਕਿ ਗੁਰੂ ਦੇ ਹੱਥੋਂ ਆਪ ਬਣਿਆ ਹੋਇਆ। ਵਾਹਿਗੁਰੂ ਤੇ ਧੰਨਵਾਦ। ਤੁਹਾਡੇ ਇਸ ਸਮਝ ਤੱਕ ਪਹੁੰਚਣ ਲਈ ਤਾਂ ਬਾਈ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਣੀ ਹੈ, ਜਾਂ ਜ਼ਿੰਦਗੀ ਦੇ ਵਿੱਚ ਹੋਰ ਬਦਲਾਵ ਲੈ ਕੇ ਆਉਣੇ ਪੈਣੇ ਆ। ਬਟ ਉਹੀ ਗੱਲ ਹੈ, ਤੁਸੀਂ ਕਹਿੰਦੇ ਹੋ ਮਹਿਫਿਲ 'ਚ ਬੈਠੇ ਤੇ ਕੁਛ ਨਾ ਕੁਛ ਦੇ ਕੇ ਜ਼ਰੂਰ ਨਿਕਲੋ, ਮੈਂ ਕਹਿੰਦੀ ਮਹਿਫਿਲ 'ਚ ਬੈਠੋ ਤੇ ਲੈ ਕੇ ਜ਼ਰੂਰ ਨਿਕਲੋ। ਸੋ ਮੈਂ ਹੁਣ ਦੱਸ ਸਕਦੀ ਹਾਂ ਕਿ ਸਿਆਣੇ ਦੱਸਦੇ ਨੇ ਵੀ ਉਸ ਜਗ੍ਹਾ ਦੀ ਸੁੱਚਾ। ਓਕੇ, ਸੋ ਸਿਆਣਿਆਂ ਦੀ ਗੱਲ ਸਿਆਣੀ ਹੀ ਹੁੰਦੀ ਹੈ ਤੇ ਜ਼ਿੰਦਗੀ 'ਚ ਕੰਮ ਹੀ ਆਉਂਦੀ ਆ, ਤੇ ਬਹੁਤ ਸਿਆਣਾ ਕੰਮ ਕੀਤਾ ਕਿ ਤੁਸੀਂ ਇੰਨੀ ਸੋਹਣੀ ਫਿਲਮ ਲੈ ਕੇ ਆ ਰਹੇ ਹੋ। ਸੋ ਬਹੁਤ ਮੁਬਾਰਕਬਾਦ, ਬਹੁਤ ਪਿਆਰ, ਬਹੁਤ ਸਤਿਕਾਰ ਇਸ ਦੇ ਲਈ। ਥੈਂਕ ਯੂ। ਤੇ ਤੁਸੀਂ ਕੁਛ ਨਹੀਂ ਕਰਨਾ, ਜ਼ਿੰਮੇਵਾਰੀ ਇਹ ਸਮਝਣੀ ਹੈ ਕਿ ਸਿਨੇਮਾ 'ਚ ਜਾ ਕੇ ਵੇਖਣ ਲਈ ਬਣਾਇਆ ਜਾਂਦਾ, ਓ ਟੀ ਟੀ ਪਲੇਟਫਾਰਮ 'ਤੇ ਆਉਣ ਤੱਕ ਦਾ ਇੰਤਜ਼ਾਰ ਨਾ ਕਰੀਓ। ਬੀਬੀ ਰਜਨੀ 'ਤੇ ਬਣਾਈ ਗਈ ਉਹ ਫਿਲਮ ਹੈ ਜਿਹਦੀਆਂ ਬਾਤਾਂ ਬਚਪਨ ਤੋਂ ਸੁਣਦੇ ਆ ਰਿਹਾ, ਹੁਣ ਵੇਖਣ ਦਾ ਸਮਾਂ। ਸੋ ਬੜੀ ਮਿਹਨਤ ਨਾਲ ਇਹ ਫਿਲਮ ਬਣਾਈ ਗਈ ਹੈ ਔਰ ਮੈਨੂੰ ਲੱਗਦਾ ਉਨੀ ਹੀ ਸ਼ਿੱਦਤ ਦੇ ਨਾਲ ਸਾਨੂੰ ਵੀ ਵੇਖਣ ਜਾਣਾ ਚਾਹੀਦਾ। ਫਿਲਹਾਲ ਦੇ ਲਈ ਇੰਨਾ ਹੀ, ਆਪਣਾ ਅਤੇ ਆਪਣਿਆਂ ਦਾ ਰੱਖੋ ਖਿਆਲ, ਸਾਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।